ਆਇਆ ਜਨ ਪਰਿ ਉਪਕਾਰੀ ਆਏ ਜੀ ਦਾਨ ਦੇ ਪਸੀ ਲਾਇਨ ਹਰਸਿੰਘ ਲੈਣ ਮਿਲਾ ਸੰਤ ਬਤਾਵੋ ਮਾਰਗ ਪ੍ਰਭ ਦੇ ਮਿਲਣੇ ਦਾ ਅਕੇ ਸੰਤ ਬਤਾਵੋ ਮਾਰਗ ਪ੍ਰਭ ਦੇ ਮਿਲਣੇ ਦਾ Thank you.
ਹਰ ਕੇ ਸੰਤ ਮੁੜੇ ਬਹਿ ਜਾ ਭਾਈ ਇੱਥੇ ਹਰ ਕੇ ਸੰਤ ਬਤਾਵੋ ਮਾਰਗ। ਸਵਾਲ ਹੈ ਕਿ ਹੇ ਪਿਆਰਿਓ ਕੋਈ ਹੈ ਸੰਸਾਰ ਦੇ ਅੰਦਰ ਜਿਹੜਾ ਇਹ ਦੱਸ ਦੇਵੇ ਕਿ ਪ੍ਰਭੂ ਦਾ ਮਿਲਾਪ ਕਿਵੇਂ ਹੁੰਦਾ, ਕਿਉਂਕਿ ਮਹਾਰਾਜ ਦਾ ਫਰਮਾਨ ਹੈ ਕਿ ਭਾਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲ ਕੀ ਇਹ ਤੇਰੀ ਵਰੀਆ। ਬਾਰੀ ਆਈ ਹੋਈ ਹੈ, ਫਿਕਰ ਹੈ ਕਿਤੇ ਬਾਰੀ ਨਾ ਲੰਘ ਜਾਵੇ। ਕੋਈ ਹੈ ਸੰਸਾਰ ਦੇ ਅੰਦਰ ਜਿਹੜਾ ਰਸਤਾ ਦੱਸ ਦੇਵੇ। ਸੋ ਇਹ ਉਸ ਜਗਿਆਸੂ ਦੇ ਮਨ ਦੀ ਅਵਸਥਾ ਹੈ ਜਿਸਦੇ ਮਨ ਦੇ ਅੰਦਰ ਚਾਅ ਹੋਇਆ ਕਰਦਾ ਕਿ ਮਾਨਸ ਜਨਮ ਕਿਤੇ ਲੰਘ ਨਾ ਜਾਵੇ। ਸਾਡੇ ਮਨ ਦੇ ਅੰਦਰ ਇਹ ਦ੍ਰਿੜਤਾ ਨਹੀਂ ਆਉਂਦੀ, ਸਾਡੇ ਮਨ ਦੇ ਅੰਦਰ ਹੋਰ ਇਹ ਸੋਚ ਚੱਲਦੀ ਹੈ, ਫਜ਼ੂਲ ਸੋਚ ਚੱਲਦੀ ਹੈ ਕਿ ਮੈਂ ਧਨ ਕਮਾ ਲਵਾਂ, ਕੋਠੀਆਂ ਬਣਾ ਲਵਾਂ, ਬਹੁਤ ਵੱਡਾ ਆਦਮੀ ਬਣ ਜਾਵਾਂ, ਫਿਰ ਕੀ ਹੋਏਗਾ, ਇੱਥੇ ਹੀ ਪਿਆ ਰਹਿ ਜਾਂਦਾ। ਕੋਈ ਚੀਜ਼ ਨਹੀਂ ਨਾਲ ਜਾਂਦੀ, ਪ੍ਰਭੂ ਦੇ ਦਰ ਦੇ ਉੱਤੇ ਜੇ ਕੋਈ ਚੀਜ਼ ਨਾਲ ਜਾ ਕੇ ਸੁੱਖ ਦਿੰਦੀ ਹੈ। ਇਹਨੂੰ ਹੌਲੀ ਕਰ ਭਾਈ, ਮਹਾਰਾਜ ਫਰਮਾਨ ਕਰਦੇ ਹਾਂ ਕਿ ਉਹ ਗੱਲ ਨੂੰ ਸਮਝਣ ਦਾ ਯਤਨ ਕਰ। ਸਿਆਣਾ ਬੰਦਾ ਇਹ ਸੋਚਦਾ ਜਿਸ ਦੇ ਪੂਰਾ ਕਿ ਵੀ ਦਿਮਾਗ ਦੇ ਵਿੱਚ ਕੋਈ ਸੋਝੀ ਹੈ ਕਿ ਜੋ ਕੁਛ ਮੈਂ ਕੰਮ ਕਰ ਰਿਹਾ ਇਹ ਕਿੱਥੇ ਕੁ ਤੱਕ ਮੈਨੂੰ ਕਰਨਾ ਚਾਹੀਦਾ, ਅਤੇ ਜਿਹੜਾ ਮੈਂ ਕੰਮ ਕਰ ਨਹੀਂ ਰਿਹਾ ਉਹਦੇ ਬਾਰੇ ਵੀ ਸੋਚਣਾ ਚਾਹੀਦਾ। ਸੋ ਅਸੀਂ ਜੋ ਮੋਸਟਲੀ ਅਸੀਂ ਸਾਰੇ ਕੰਮ ਕਰ ਰਹੇ ਹਾਂ, ਅਸੀਂ ਦੁਨੀਆਦਾਰੀ ਦਾ ਕੰਮ ਕਰ ਰਹੇ ਹਾਂ, ਜਿਸ ਨੂੰ ਮਹਾਰਾਜ ਨੇ ਸਵਾਹ ਆਖਿਆ, ਸਵਾਹ ਕਿ ਬੰਦਾ ਸਵਾਹ ਦੇ ਪਿੱਛੇ ਲੱਗਿਆ ਹੋਇਆ, ਵਿਓਹ ਇਕੱਠੀ ਕਰ ਰਿਹਾ। ਹੁਣੇ ਬੀਬੀ ਨੇ ਸ਼ਬਦ ਪੜ੍ਹਿਆ ਸੀ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਪਲਾਇਆ, ਅੰਮ੍ਰਿਤ ਤਾਜ ਬਿਖ ਸੰਗ੍ਰਹਿ ਕਰਤਾ ਆਪ ਖਵਾਇਆ। ਅੰਮ੍ਰਿਤ ਦਾ ਛੱਡ ਦਿੱਤਾ, ਵਿਓਹ ਇਕੱਠੀ ਕਰਨ ਲੱਗ ਗਿਆ, ਕਿੱਡਾ ਬੜਾ ਭੁਲੇਖਾ ਪੈ ਗਿਆ। ਫਿਰ ਅਸੀਂ ਕਹਿੰਦੇ ਹਾਂ ਵੀ ਸਾਰੇ ਹੀ ਕਰਦੇ ਨੇ, ਸਿਆਣੇ ਸਿਆਣੇ ਬੰਦੇ ਜਿਹੜੇ ਬਹੁਤ ਪੜ੍ਹੇ ਲਿਖੇ ਨੇ ਜਿਨ੍ਹਾਂ ਨੂੰ ਸੰਸਾਰ ਕਹਿੰਦਾ ਹੈ ਵੀ ਇਹ ਸਾਨੂੰ ਰਾਹ ਦਿਖਾਉਣ ਵਾਲੇ ਨੇ, ਉਹ ਵੀ ਕਰਦੇ ਨੇ। ਕਹਿੰਦੇ ਦੋ ਤਰ੍ਹਾਂ ਦੀ ਪੜ੍ਹਾਈ ਹੈ, ਇੱਕ ਅਧਿਆਤਮਵਾਦ ਹੈ ਇੱਕ ਸੰਸਾਰੀ ਹੈ। ਸੰਸਾਰ ਵਾਲਾ ਜੋ ਪੜ੍ਹਦਾ ਹੈ ਉਹ ਰੋਟੀ ਵਾਸਤੇ ਪੜ੍ਹਿਆ ਕਰਦਾ। ਮਹਾਰਾਜ ਕਹਿੰਦੇ ਜਿਹੜਾ ਰੋਟੀ ਵਾਸਤੇ ਪੜ੍ਹਦਾ ਹੈ ਉਹ ਮੂਰਖ ਬੰਦਾ ਹੈ, ਕਿਉਂਕਿ ਰੋਟੀ ਤਾਂ ਪਰਮੇਸ਼ਰ ਨੇ ਦੇਣੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਪਾਧੇ ਨੂੰ ਇਹੀ ਆਖਿਆ ਸੀ ਕਿ ਬਾਬਾ ਮੈਨੂੰ ਕੋਈ ਐਸੀ ਪੜ੍ਹਾਈ ਪੜ੍ਹਾ ਜਿਹੜੀ ਦਰਗਾਹ ਵਿੱਚ ਨਾਲ ਜਾ ਕੇ ਸਹਾਇਤਾ ਕਰੇ, ਕਿ ਇਹ ਤੇਰੇ ਜਿਹੜੇ ਟੋਟਲ ਦੇਣੇ, ਹਿਸਾਬ ਕਿਤਾਬ ਕੱਢਣੇ, ਜਰਬਾਂ ਦੇਣੀਆਂ, ਤਕਸੀਮਾਂ ਕਰਨੀਆਂ, ਜਮ੍ਹਾਂ ਕਰਨਾ, ਨਫੀ ਕਰਨੀ, ਸਵਾਏ ਡੇਢੇ ਉਂਟੇ ਢਾਂਚਿਆਂ ਦੇ ਜਿਹੜੇ ਪਹਾੜੇ ਮੈਨੂੰ ਯਾਦ ਕਰਾਉਣਾ ਹੈ, ਇਹ ਦਰਗਾਹ 'ਚ ਵੀ ਕੰਮ ਆਉਣਗੇ। 7 ਸਾਲ ਦੇ ਬੱਚੇ ਤੋਂ ਇਹ ਬਾਤ ਸੁਣ ਕੇ ਹੱਕਾ ਬੱਕਾ ਰਹਿ ਗਿਆ, ਅਖੀਰ ਕਹਿਣ ਲੱਗਿਆ ਨਾਨਕ ਐਸੀ ਪੜ੍ਹਾਈ ਮੇਰੇ ਪਾਸ ਨਹੀਂ ਹੈ, ਤੂੰ ਜਾਣਦਾ ਇਹ ਪੜ੍ਹਾਈ। ਮਹਾਰਾਜ ਕਹਿੰਦੇ ਹਾਂ ਦਾਦਾ ਜੀ, ਪੜ੍ਹਾਈ ਤਾਂ ਹੈ ਪਰ ਉਹਦਾ ਟੀਚਰ ਵੀ ਹੋ ਰਿਹਾ, ਸਕੂਲ ਵੀ ਹੋ ਰਿਹਾ, ਕਾਗਜ਼ ਵੀ ਹੋ ਰਿਹਾ, ਕਲਮ ਵੀ ਹੋ ਰਿਹਾ, ਉਹ ਸਾਰਾ ਉਹਦੀ ਫੱਟੀ ਵੀ ਹੋ ਰਿਹਾ। ਸੋ ਉੱਥੇ ਸਮਝਾਈ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਅਤੇ ਸਾਰੇ ਸ਼ਬਦ ਦੇ ਅੰਦਰ ਦੱਸਿਆ ਕਿ ਐਸੀ ਪੜ੍ਹਾਈ ਕਰ ਜਿਹੜੀ ਨਾਲ ਜਾਵੇ, ਵਿਓਹ ਨਾ ਇਕੱਠੀ ਕਰ। ਸੰਸਾਰ ਵਿਓਹ ਇਕੱਠੀ ਕਰਦਾ, ਕਾਲ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਕੇ ਗਰੇਲਾ ਵੱਜ ਜਾਵੇ, ਫਿਰ ਪਛਤਾਉਂਦਾ ਵੀ ਮੈਂ ਤਾਂ ਕੁਛ ਬਣਾ ਕਰਿਆ। ਬਹੁਤ ਸਾਰੇ ਐਸੇ ਪ੍ਰੇਮੀ ਹੁੰਦੇ ਨੇ, ਇੰਨਾ ਉਹਨਾਂ ਨੂੰ ਮਾਇਆ ਦਾ ਪਿਆਰ ਹੁੰਦਾ ਹੈ ਕਿ ਮਰਦੇ ਦਮ ਥਈ ਇਹ ਕਹਿੰਦੇ ਨੇ ਵੀ ਨਾ ਬੈਂਕ ਦੇ ਬਾਰੇ ਮੈਂ ਆਪਣੇ ਬੱਚਿਆਂ ਨੂੰ ਕੋਈ ਖਬਰ ਦੇਵਾਂ, ਨਾ ਜ਼ਮੀਨ ਦਾ, ਜਾਇਦਾਦ ਦਾ, ਕੋਠੀਆਂ ਦਾ, ਇੰਡਸਟਰੀਆਂ ਦਾ ਕੋਈ ਹੱਕ ਬੱਚਿਆਂ ਨੂੰ ਦੇਵਾਂ, ਮੈਂ ਨਾਲ ਲੈ ਕੇ ਜਾਊਂ। ਜਦ ਮਰ ਜਾਂਦੇ ਨੇ ਸਾਰਾ ਇੱਥੇ ਹੀ ਰਹਿ ਜਾਂਦਾ ਅਤੇ ਕੰਪਲੀਕੇਸ਼ਨ ਸ਼ੁਰੂ ਹੋ ਜਾਂਦੀ ਹੈ ਬੱਚਿਆਂ ਵਾਸਤੇ, ਕਿਉਂਕਿ ਮੋਹ ਪੈ ਗਿਆ ਉਹ ਚੀਜ਼ਾਂ ਛੱਡਣ ਨੂੰ ਤਿਆਰ ਨਹੀਂ ਹੁੰਦਾ।
ਸੋ ਮਹਾਰਾਜ ਕਹਿੰਦੇ ਇਸ ਬੰਦੇ ਨੇ ਵਿਓ ਦੇ ਨਾਲ ਮੋਹ ਪਾ ਲਿਆ, ਪੁਆਇਸਨ ਦੇ ਨਾਲ, ਵਿਖਿਆ ਦੇ ਨਾਲ। ਹੁਣ ਇਹਨੂੰ ਸਮਝਾਵੇ ਕਿਹੜਾ, ਜਿਹੜਾ ਵਿਓ ਇਕੱਠੀ ਕਰੀ ਜਾਂਦਾ ਨਾਮ ਦੀ, ਇਸ ਨੂੰ ਸੋਝੀ ਕੋਈ ਨਹੀਂ ਹੈ, ਕੋਈ ਪਤਾ ਨਹੀਂ ਵੀ ਨਾਮ ਦਾ ਧਨ ਕੀ ਹੁੰਦਾ ਹੈ। ਹੈਰਾਨੀ ਹੁੰਦੀ ਹੈ ਕਿ ਬਾਵਜੂਦ ਇਸ ਦੇ ਕਿ ਸੰਸਾਰ ਦੇ ਅੰਦਰ ਮਹਾਂਪੁਰਸ਼ ਇੱਕੋ ਹੀ ਹੋਕਾ ਦਿੰਦੇ ਨੇ ਕਿ ਪਿਆਰਿਆ ਜਿੱਥੇ ਕੋਈ ਵੀ ਸਹਾਇਤਾ ਕਰਨ ਨੂੰ ਨਹੀਂ ਤੇਰਾ ਬੌੜਨਾ, ਉੱਥੇ ਜੇ ਬੌੜਨਾ ਹੈ ਤਾਂ ਕੇਵਲ ਨਾਮ ਨੇ ਬੌੜਨਾ, ਹੋਰ ਨਹੀਂ ਬੌੜਨਾ। ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦਾ। ਮਹਾਰਾਜ ਐਸਾ ਫਰਮਾਨ ਕਰਦੇ ਨੇ, ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਬਣੇ ਕੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਗ ਵੀ ਭੱਜ ਖਰ ਸਭੋ ਭਜਾ ਆਸਰਾ ਚੁੱਕੇ ਸਭ ਸਰਾਉ ਚਿਤਾ ਵੈ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਰ। ਜੇ ਉਹਦਾ ਨਾਮ ਚੇਤਾ ਆ ਜਾਵੇ ਤੱਤੀ ਵਾਹ ਨਹੀਂ ਲੱਗ ਸਕਦੀ, ਅੱਗ ਜਾਲ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਤਲਵਾਰ ਕੱਟ ਨਹੀਂ ਸਕਦੀ। ਬਹੁਤ ਸਾਰੇ ਪ੍ਰੇਮੀ ਕਹਿਣਗੇ ਤਾਂ ਅਨਸੈਂਟੀਫਿਕ ਬਾਤ ਹੈ, ਇਹ ਗੱਲ ਹੋ ਨਹੀਂ ਸਕਦੀ। ਪਰ ਜੋ ਅਧਿਆਤਮਵਾਦ ਦਾ ਇਤਿਹਾਸ ਹੈ ਉਹ ਦੱਸਦਾ ਹੈ ਕਿ ਇੱਕ 7 ਸਾਲ ਦੇ ਬੱਚੇ ਨੇ ਨਾਮ ਦੀ ਸ਼ਰਨ ਲੈ ਲਈ, ਜਿਸਦਾ ਨਾਮ ਪ੍ਰਹਲਾਦ ਸੀ। ਸਾਰੀ ਸਟੇਟ ਦਾ ਕਾਨੂੰਨ, ਸਾਰੀਆਂ ਫੌਜਾਂ ਦੀ ਸ਼ਕਤੀ, ਰਾਜੇ ਦਾ ਹੁਕਮ ਇੱਕ ਪਾਸੇ ਹੈ ਅਤੇ ਉਹ ਬੱਚਾ ਆਪਣੇ ਇਰਾਦੇ ਦੇ ਉੱਤੇ ਦ੍ਰਿੜ। ਕਿੰਨੀਆਂ ਤਕਲੀਫਾਂ ਦਿੱਤੀਆਂ, ਸੱਪਾਂ ਦੇ ਵਿੱਚ ਬਿਠਾਲਤਾ, ਜ਼ਹਿਰੀਲੇ ਨਾਗ ਜ਼ਹਿਰ ਨਾਲ ਭਰੇ ਹੋਏ ਫਰਾਟੇ ਮਾਰਦੇ, ਜਲੇ ਹੋਏ ਦਿਮਾਗ ਵੀ ਜ਼ਹਿਰ ਕੱਢੀਏ ਕਿਤੇ। ਬੱਚਾ ਜਾਂਦਾ ਭੁੱਲ ਗਏ ਆਪਣੀ ਜ਼ਹਿਰ, ਠੰਡੇ ਹੋ ਗਏ ਕਿਉਂਕਿ ਨਾਮ ਦਾ ਅਸਰ, ਨਾਮ ਦੀ ਫੁਹਾਰ ਉਹਨਾਂ 'ਤੇ ਪੈਣੀ ਸ਼ੁਰੂ ਹੋ ਗਈ। ਨਾਮ ਠੰਡਾ ਠਾਰ ਗੜਾ, ਤਨ ਮਨ ਸ਼ੀਤਲ ਹੋ ਜਾਂਦਾ ਹੈ। ਅਤੇ ਜਦੋਂ ਹਾਰ ਉਹਨਾਂ 'ਤੇ ਪਈ ਜਲਦੇ ਹੋਏ ਸੱਪਾਂ 'ਤੇ, ਜ਼ਹਿਰ ਇਹ ਭੁੱਲ ਗਏ, ਖੇਲਣ ਲੱਗ ਗਏ ਪ੍ਰਹਲਾਦ ਦੇ ਨਾਲ। ਅਖੀਰ ਦੇਖਿਆ ਜਾ ਕੇ ਉਹਦੀ ਲਾਸ਼ ਕੱਢ ਲਿਓ, ਅੱਗੇ ਗਏ ਤਾਂ ਸੱਪ ਖੇਲਦੇ ਕੋਈ ਕਿਸੇ ਤਰੀਕੇ ਨਾਲ, ਕੋਈ ਕਿਸੇ ਨਾਲ ਹੈਰਾਨ ਹੋ ਗਏ ਵੀ ਸੱਪ ਕਿਉਂ ਨਹੀਂ ਕੱਟ ਰਹੇ, ਆਪਣਾ ਸੁਭਾਅ ਕਿਉਂ ਬਦਲ ਗਏ।
ਇਸ ਬਾਤ ਨੂੰ ਸਮਝ ਨਾ ਸਕੇ ਕਿ ਇਹਦੇ ਅੰਦਰ ਕੋਈ ਸ਼ਕਤੀ ਹੈ ਨਾਮ ਦੀ। ਕੋਈ ਵੀ ਨਹੀਂ ਸੰਸਾਰ 'ਚ ਸਮਝ ਸਕਦਾ। ਦੂਸਰਾ ਮਹਾਰਾਜ ਕਹਿੰਦੇ, ਇੱਕ ਬੀਬੀ ਇੱਕ ਸਟੇਟ ਦੀ ਕਰੂਐਲਿਟੀ ਦੇ ਵਿੱਚ ਘਿਰ ਗਈ, ਜ਼ੁਲਮ ਦੇ ਅੰਦਰ ਘਿਰ ਗਈ, ਜਿਸ ਦਾ ਨਾਮ ਦਰੋਪਦੀ ਹੈ। ਉਹਦੇ ਪਤੀ ਵਜਨ ਦੇ ਵਧੇ ਹੋਏ ਦੇਖ ਰਹੇ ਨੇ, ਅਤੇ ਉਸ ਰਾਜੇ ਨੇ ਜਿਸਦਾ ਨਾਮ ਦੁਰਯੋਧਨ ਹੈ, ਉਸਨੇ ਹੁਕਮ ਕਰ ਦਿੱਤਾ ਕਿ ਇਸ ਨੂੰ ਸਾਰੀ ਸਭਾ ਦੇ ਸਾਹਮਣੇ ਨਗਨ ਕਰ ਦਿਉ। ਇਹ ਪਹਿਲਾ ਐਸਾ ਕਦਮ ਸੀ ਜੋ ਸੰਸਾਰ ਨੇ ਸੁਣਿਆ ਅਤੇ ਹੈਰਾਨ ਹੋ ਗਏ ਵੀ ਆਹ ਵੀ ਗੱਲ ਹੋ ਸਕਦੀ ਹੈ। ਇੱਥੇ ਤੱਕ ਮਾੜੇ ਇਰਾਦੇ 'ਤੇ ਤੁਲਿਆ ਹੋਇਆ। ਉਸ ਵੇਲੇ ਉਸਨੇ ਦੇਖਿਆ, ਪਤੀਆਂ ਵੱਲ ਦੇਖਿਆ, ਨੀਵਿਆਂ ਪਾਈ ਬੈਠੇ ਨੇ, ਕੁਛ ਨਹੀਂ ਕਰ ਸਕਦੇ। ਫਿਰ ਉਸਨੇ ਆਪਣੇ ਵੱਲ ਵੱਲ ਤੱਕਿਆ ਵੀ ਨਹੀਂ, ਮੇਰਾ ਵੱਲ ਤਾਂ ਇਹਨਾਂ ਸਾਹਮਣੇ ਕੁਛ ਨਹੀਂ। ਉਸ ਵੇਲੇ ਕੀ ਕਰਿਆ ਮਹਾਰਾਜ ਕਹਿੰਦੇ, ਉਸ ਵੇਲੇ ਉਹ ਸ਼ਕਤੀ ਜਿਹੜੀ ਸਾਰਿਆਂ ਦੇ ਅੰਦਰ ਪਰਿਪੂਰਨ ਹੈ, ਸਾਡੇ ਅੰਦਰ, ਤੁਹਾਡੇ ਅੰਦਰ, ਸਭ ਦੇ ਅੰਦਰ ਹੈ, ਪੰਛੀਆਂ ਦੇ ਅੰਦਰ ਵੀ ਹੈ, ਸਾਰੇ ਸੰਸਾਰ ਦੇ ਅੰਦਰ, ਦਰੱਖਤਾਂ ਦੇ ਅੰਦਰ, ਪਹਾੜਾਂ ਦੇ ਅੰਦਰ, ਦਰਿਆਵਾਂ ਦੇ ਅੰਦਰ, ਪਲੈਨਟਸ ਦੇ ਅੰਦਰ। ਉਹ ਕਿਹੜੀ ਸ਼ਕਤੀ ਹੈ? ਉਹ ਨਾਮ ਦੀ ਸ਼ਕਤੀ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਸਾਰੀਆਂ ਚੀਜ਼ਾਂ ਦੇ ਅੰਦਰ ਉਹ ਨਾਮ ਦੀ ਸ਼ਕਤੀ ਇੱਕ ਰਸ ਪਰਿਪੂਰਨ ਹੈ। ਕਹਿੰਦੇ ਉਸ ਦਾ ਧਿਆਨ ਚਲਿਆ ਗਿਆ, ਉਹਦੀ ਸ਼ਰਨ ਲੈ ਲਈ ਨਾਮ ਦੀ। ਉਸ ਵੇਲੇ ਕੀ ਹੋਇਆ, 45 ਕੋ ਰਾਜ ਸਮਾਂ ਮੈਂ ਰਾਮ ਨਾਮ ਸੁਧ ਆਈ। ਪੂਰੇ ਹਿਰਦੇ ਦੇ ਨਾਲ, ਪੂਰੀ ਫੇਥ ਦੇ ਨਾਲ ਨਾਮ ਦੀ ਸ਼ਰਨ ਲੈ ਲਈ। ਗਲੀ ਇਹ ਗੱਲ ਸਮਝਾਈ ਸੀ ਇੱਕ ਲਾਲ ਦੇ ਕੇ। ਇੱਕ ਸਾਲ ਸਰਾਏ ਜੌਹਰੀ ਸੀਗਾ ਜਿਸਨੇ ਉਸ ਲਾਲ ਦੀ ਕੀਮਤ ਦੇਖ ਕੇ ਇਹ ਗੱਲ ਕਹੀ ਵੀ ਇਹ ਲਾਲ ਦੀ ਕੀਮਤ ਕੋਈ ਨਹੀਂ। ਬਾਕੀ ਤਾਂ ਕੋਈ 2 ਮੂਲੀਆਂ ਮੁੱਲ ਪਾਉਂਦਾ ਸੀ, ਕੋਈ 2 ਗਜ ਕੱਪੜਾ ਪਾਉਂਦਾ ਸੀ, ਕੋਈ ਅੱਧ ਸਿਰ ਮਠਿਆਈ ਪਾਉਂਦਾ ਸੀ। ਸੰਸਾਰ ਦੀ ਨਾਪ ਤੋਲ ਉਹਨਾਂ ਦੇ ਆਪਣੇ ਹਿਸਾਬ ਕਿਤਾਬ ਨਾਲ ਹੁੰਦੀ ਹੈ, ਹਿੱਤ ਨਾਲ ਹੋਇਆ ਕਰਦੀ ਹੈ। ਹਿੱਤ ਹੋਵੇ, ਜ਼ਮੀਨ ਖੇਤ ਦੇ ਨਾਲ ਲੱਗਦੀ ਹੈ, ਇਹ ਤਾਂ ਹੈ। 10,000 ਰੁਪਈਆ ਏਕੜ ਦਾ ਮਹਿੰਗਾ ਦੇ ਦੂ, 20,000 ਵੀ ਦੇ ਦੂ, ਕਿਉਂਕਿ ਹਿੱਤ ਆ ਗਿਆ ਉੱਥੇ। ਜਿਸ ਚੀਜ਼ 'ਚ ਹਿੱਤ ਨਾ ਹੋਵੇ, ਕੌਡੀਆਂ ਦੇ ਭਾਅ ਵਿਕਦੀ ਨਹੀਂ ਲੈਂਦਾ। ਇਸੇ ਤਰ੍ਹਾਂ ਨਾਮ ਦੇ ਵਿੱਚ ਹਿੱਤ ਨਹੀਂ, ਕਿਉਂਕਿ ਸਮਝਦਾ ਨਹੀਂ ਨਾਮ ਕੀ ਹੈ। ਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਨਾਮ ਇਹ ਸਭ ਤੋਂ ਵੱਡੀ ਚੀਜ਼ ਹੈ। ਜਿੱਥੇ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ, ਜੇ ਕੋ ਹੋਵੇ ਦੁਬਲਾ ਨੰਗ ਭੋਕੀ ਪੀਰ, ਦਮਲਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਦ ਸੁਭਾਵ ਨਾ ਕੋ ਕਰੇ ਨਾ ਕੁਛ ਹੋਵੇ ਕਾਜ। ਕਹਿੰਦੇ ਨੇ ਬਾਬਾ ਜੀ ਨੌਕਰੀ ਨਹੀਂ ਮਿਲਦੀ, ਬਹੁਤ ਔਖੇ ਹਾਂ, ਬੜੇ ਤੰਗ ਹਾਂ। ਮਹਾਰਾਜ ਨੇ ਤਾਂ ਨੁਸਖੇ ਲਿਖੇ ਪਏ ਨੇ, ਗੁਰਬਾਣੀ ਦੀ ਵਿਚਾਰ ਕਰੋ, ਵਿੱਚ ਲਿਖਿਆ ਹੋਇਆ, ਚੇਤਾ ਆਵੇ ਉਸ ਪਾਰ ਬਣਾਉਣ ਤਾਂ ਨੇਚਲ ਹੋਵੇ ਰਾਜ। ਕਹਿੰਦੇ ਇਹੋ ਜਿਹਾ ਗਰੀਬ ਆਦਮੀ, ਇੱਕ ਪੈਸਾ ਹੱਥ ਵਿੱਚ ਨਹੀਂ ਆਉਂਦਾ, ਕੋਈ ਅਪਾਓ ਦਾ ਲੇਖੇ ਵਿੱਚ ਨਹੀਂ ਲੱਗਦਾ, ਸਕਾਰਥ ਨਹੀਂ ਹੁੰਦਾ। ਕੋਈ ਬੰਦਾ ਸੰਸਾਰ 'ਚ ਐਸਾ ਨਹੀਂ ਜਿਹੜਾ ਉਹਨੂੰ ਧੀਰਜ ਦੇ ਦੇਵੇ, ਤੂੰ ਫਿਕਰ ਨਾ ਕਰ। ਕੋਈ ਸਵਾਰਥ, ਕੋਈ ਸਵਾ ਕਿਸੇ ਕੰਮ ਨਹੀਂ ਆ ਰਿਹਾ, ਕੋਈ ਕਿਸੇ ਦੀ ਸਿਫਾਰਿਸ਼ ਨਹੀਂ ਲੱਗ ਰਹੀ। ਮਹਾਰਾਜ ਕਹਿੰਦੇ ਸਭ ਤੋਂ ਵੱਡੀ ਸਿਫਾਰਿਸ਼ ਪਰਮੇਸ਼ਰ ਦੇ ਨਾਮ ਦੀ ਹੈ। ਅਤੇ ਤੂੰ ਤਾਂ ਪੈਸੇ ਨੂੰ ਟੋਲਦਾ ਫਿਰਦਾ ਹੈ, ਤੈਨੂੰ ਰਾਜ ਗੱਡੀ ਤਿਆਰ ਹੈ। ਐਸੀਆਂ ਬੇਅੰਤ ਮਸਾਲਾਂ ਨੇ ਜਿਨ੍ਹਾਂ ਨੇ ਨਾਮ ਦੀ ਸ਼ਰਨ ਲਈ। ਸੋ ਨਾਮ ਨੂੰ ਛੱਡ ਦਿੱਤਾ। ਜਿਹੜਾ ਤੁਰ ਦਰਗਾਹ ਦਾ ਸਾਥੀ ਹੈ, ਸੰਸਾਰ ਦਾ ਹੀ ਸਾਥੀ ਨਹੀਂ ਹੈ, ਦਰਗਾਹ ਦਾ ਵੀ ਸਾਥੀ ਹੈ, ਉਹਨੂੰ ਛੱਡ ਕੇ ਵਿਆਹ ਇਕੱਠੀ ਕਰ ਲੈ। ਕਿਉਂਕਿ ਬੰਦੇ ਨੂੰ ਇਹ ਸੰਸਾਰ ਤੋਂ ਅੱਗੇ ਨਹੀਂ ਪਤਾ, ਇੱਥੇ ਹੀ ਕਹਿੰਦਾ ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ। ਖਾਓ ਪੀਓ ਐਸ਼ ਕਰੋ ਬਾਬਰ ਆਲਮ ਦੁਬਾਰਾ ਨੇਸਤ।
ਮਹਾਰਾਜ ਕਹਿੰਦੇ ਅੰਨੇ ਨੇ, ਅੰਨੇ ਅੰਧੇ ਕਹਿੰਦੇ ਨੇ, ਅੱਖਾਂ ਦੇ ਹੁੰਦੇ ਹੋਏ ਅੰਨੇ ਨੇ ਇਹ। ਅੰਧੇ ਇਹ ਨਾ ਆਖੀਐ ਜਿਨਮੁਖ ਲੋਇਣ ਨਾ ਆਏ, ਅੰਧੇ ਸਹੀ ਨਾਨਕਾ ਜੇ ਖਸਮ ਉੱਥੇ ਜਾਏ। ਜਿਹਨੂੰ ਖਸਮ ਦੀ ਪਛਾਣ ਨਹੀਂ, ਵਾਹਿਗੁਰੂ ਦੀ ਪਛਾਣ ਨਹੀਂ, ਕਹਿੰਦੇ ਸਭ ਬਲਾਇੰਡ ਤੁਰੇ ਫਿਰਦੇ ਨੇ, ਕਿਉਂਕਿ ਪਤਾ ਨਹੀਂ ਹੈ, ਕੋਲ ਰਹਿੰਦੇ ਨਾਮ ਦੀ ਕਦਰ ਨਹੀਂ ਜਾਣਦੇ, ਨਾ ਉਹਦਾ ਸਾਥ ਜਾਣਦੇ ਆ, ਉਹਨੂੰ ਛੱਡ ਕੇ ਵਿਹੋ ਇਕੱਠੀ ਕਰੀ ਜਾਂਦੇ। ਸੋ ਤੁਰ ਦਰਗਾਹ ਦਾ ਜੇ ਕੋਈ ਸਾਥੀ ਹੈ ਸੰਸਾਰ ਦੇ ਅੰਦਰ ਤਾਂ ਨਾਮ ਹੈ। ਜੇ ਨਾਮ ਸਾਥੀ ਨਹੀਂ ਬਣਾਇਆ ਫਿਰ ਕੀ ਹੁੰਦਾ? ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਐ ਪੁਕਾਰ, ਉੱਥੇ ਫਿਰ ਜ਼ਿੰਦਗੀ ਰੋਂਦੀ ਹੈ, ਡਰਦੀ ਹੈ, ਕਿਉਂਕਿ ਇਹ ਸਮਾਂ ਤਾਂ ਆਉਣਾ ਹੀ ਆਉਣਾ ਹੈ ਸਾਧ ਸੰਗਤ ਜੀ, ਇਹਨੂੰ ਕੋਈ ਬੈਠ ਨਹੀਂ ਕਰ ਸਕਦਾ। ਮੌਤ ਦਾ ਫਲ ਸਭ ਨੂੰ ਖਾਣਾ ਪੈਣਾ, ਕਿਸੇ ਨੂੰ ਇਹ ਬਹੁਤ ਕੌੜਾ ਲੱਗਣਾ, ਕਿਸੇ ਨੂੰ ਬਹੁਤ ਵਧੀਆ ਲੱਗਣਾ। ਸੋ ਜਿਹਨੇ ਉਹ ਬਸ ਰਸਤਾ ਸੰਵਾਰ ਲਿਆ ਆਪਣਾ, ਉੱਥੇ ਵਾਸਤੇ ਤੋਸ਼ਾ ਇਕੱਠਾ ਕਰ ਲਿਆ, ਉਹ ਤਾਂ ਬੰਦਾ ਇੱਥੇ ਅਕਲ ਵਾਲਾ ਹੈ। ਜਿਹਨੇ ਨਹੀਂ ਕਰਿਆ, ਮਹਾਰਾਜ ਕਹਿੰਦੇ ਜਮਾਂ ਹੀ ਬੇਅਕਲ ਅਤੇ ਅੰਨੇ ਨੇ, ਬਲਾਇੰਡ ਹੈ, ਮੂਰਖ ਲਿਖਿਆ ਮਹਾਰਾਜ ਨੇ। ਆਵਨਾ ਇਹ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ, ਕਹਿੰਦੇ ਦੁਨੀਆਂ 'ਚ ਤਾਂ ਆ ਗਏ ਪਰ ਪਸ਼ੂ ਨੇ, ਪਸ਼ੂ ਵੀ ਢੋਰ, ਸਭ ਤੋਂ ਮੂਰਖ ਪਸ਼ੂ ਇਹ ਗਧੇ ਨੂੰ ਗਿਣਿਆ ਜਾਂਦਾ, ਜਿਹੜਾ ਗੋਹੇ ਨਾਲ ਲਿਬੜੇ ਹੋਏ ਡੱਕੇ ਖਾ ਜਾਂਦਾ। ਕਹਿੰਦੇ ਇਹੋ ਜਿਹੀ ਬੁੱਧੀ ਉਹਨਾਂ ਪੁਰਸ਼ਾਂ ਦੀ ਹੈ ਜਿਹਨਾਂ ਨੇ ਬੁੱਝਿਆ ਹੀ ਨਹੀਂ ਹੈ ਕਿ ਮੈਂ ਕੀ ਕਰਨ ਵਾਸਤੇ ਆਇਆ। ਨਾਮ ਇਹਦੇ ਨਾਲ ਹੈ, ਪਰਮੇਸ਼ੁਰ ਨਾਲ ਹੈ, ਦੋਵੇਂ ਚੀਜ਼ਾਂ ਨਾਲ ਰਹਿੰਦੀਆਂ ਹੋਈਆਂ, ਇਹਨੂੰ ਦੂਰ ਲੱਗਦੀਆਂ ਅਤੇ ਦੁਖੀ ਹੁੰਦਾ ਫਿਰਦਾ। ਜੇ ਨਾਮ ਦੀ ਕਮਾਈ ਨਹੀਂ ਕਰਦਾ ਫਿਰ ਮਹਾਰਾਜ ਕਹਿੰਦੇ ਪ੍ਰੇਮੀਆ ਤੈਨੂੰ ਫਿਰ ਬਹੁਤ ਪਛਤਾਉਣਾ ਪਊ, ਬਹੁਤ ਰੋਣਾ ਪਊ। ਫਿਰ ਜੇ ਫਿਰ ਇਹ ਗੱਲਾਂ ਸੁਣੀਆਂ ਹੋਈਆਂ ਤੇਰੇ ਯਾਦ ਆਉਣਗੀਆਂ, ਉਹ ਸਮਾਂ ਤੇਰਾ ਲੰਘ ਗਿਆ ਜਦੋਂ ਤੂੰ ਨਾਮ ਜਪਣਾ ਸੀ। ਆਪਣਾ ਜਪਸ ਜਪਸ ਕਾ ਪਾਈ, ਆਪਣਾ ਪਦਸ ਪਦਸ ਕਾ ਪਾਈ, ਆਵੇ ਅੰਤ ਨਾ ਭਜਿਆ ਜਾਈ, ਜੋ ਕੁਛ ਕਰੇ ਸੋਈ ਅਵਸਾਰ, ਫਿਰ ਪਛਤਾਵੋ ਨਾ ਪਾਵੋ ਪਰ, ਕਰਨਾ ਹੋ ਤੋ ਸੋ ਨਹਿ ਕੀਓ, ਪਰਿਓ ਲੋਭ ਕੈ ਫੰਗ, ਨਾਨਕ ਸਮਿਓ ਰਮ ਗਿਓ। ਅਬ ਕਿਉਂ ਰੋਵਤ ਅੰਧ ਹੁਣੇ ਅੰਨਿਆ ਬਲਾਇੰਡ, ਹੁਣ ਤੂੰ ਰੋਣ ਲੱਗਿਆ ਹੋਇਆ। ਸਖਤੀ ਦੇ ਨਾਲ ਮਹਾਰਾਜ ਸਮਝਾ ਰਹੇ ਨੇ ਵੀ ਇਹੋ ਜਿਹੇ ਬੰਦੇ ਕਹਿੰਦੇ ਆ ਅਸੀਂ ਅਕਲਮੰਦ ਹਾਂ, ਸਾਡੇ ਕੋਲ ਪੈਸਾ ਬਹੁਤ ਆ, ਅਸੀਂ ਅਹੁਦੇ ਬੜੇ ਖੱਟੇ ਨੇ, ਅਸੀਂ ਦੁਨੀਆਂ ਨੂੰ ਚਾਰ ਸਕਦੇ ਹਾਂ ਗੱਲਾਂ ਦੇ ਨਾਲ, ਪਰ ਜਿਹਨੂੰ ਆਪਣਾ ਹੀ ਨਹੀਂ ਪਤਾ, ਆਪਣੇ ਹਿੱਤ ਦਾ ਹੀ ਨਹੀਂ ਪਤਾ, ਕਹਿੰਦੇ ਉਹਦੇ ਨਾਲ ਉਹ ਕਮਲਾ ਕਿਹੜਾ, ਅਤੇ ਉਹ ਤਾਂ ਮੂਰਖ ਹੈ। ਕੱਲ ਮੈਂ ਪ੍ਰੇਤ ਜਿਹਨੇ ਰਾਮ ਨਾ ਪਛਾਤਾ, ਕਹਿੰਦੇ ਉਹ ਪ੍ਰੇਤ ਹੈ ਜਿਹਨੇ ਰਾਮ ਦੀ ਪਛਾਣ ਨਹੀਂ ਪਈ, ਕਿਉਂਕਿ ਰੋਣਾ ਪਏਗਾ ਫਿਰ ਕੁਛ ਬਣਨਾ ਨਹੀਂ ਹੈ। ਰੋਵੇਗੀ ਜਿੰਦੇ ਆਹ
Thank you.
मार के गने जाए न कोसा, हर का नाम हुआ संग तोसा, जे पेंडे मांद गवारा, हर का नाम तय संग जे, जय पंथ तेरा को न सजानू, हर का नाम तय नाल पछा, जय महाप्यान तख्त भाव काम, तय हर के नाम की तू ऊपर छा, जय त्रिखा मन तुझे खरखे, तय नानक हर हर अमृत भर खै। ओ जो नाम साथी है तुर दुर्गा दा, ओदे वलों तो चुप रहा, ते जड़ी पॉइजन है उत्थे जाके दुख देना है, ते लेखे पत्ते दबाने ने, ओदे वास्ते होशियार हो गया। महाराज कहते कमाल है इहदी बुद्धि नूं। ਜਾਣਾ ਕਿਹਾ ਜਾਵੇ ਕਿ ਕਮਲਾ ਕਿਹਾ ਜਾਵੇ, ਜਿਹੜੀ ਗੱਲ ਕਰਨੀ ਸੀ ਉਹ ਕਰ ਨਹੀਂ ਰਿਹਾ, ਜਿਹੜੀ ਨਹੀਂ ਕਰਨੀ ਸੀ ਜਿਹਦੇ ਬਾਰੇ ਮਹਾਂਪੁਰਸ਼ ਸਾਰੇ ਕਹਿੰਦੇ ਸੀ ਨਾ ਸ਼ਰਾਬ ਪੀ ਔਖਾ ਹੋ ਜਾਏਗਾ, ਦਰਗਾਹ 'ਚ ਜਾ ਕੇ ਬਹੁਤ ਔਖਾ ਹੋ ਜਾਏਗਾ। ਗੁਰੂ ਨਾਨਕ ਪਾਤਸ਼ਾਹ ਨੂੰ ਕਾਬਾ ਸ਼ਰੀਫ ਦੇ ਅੰਦਰ ਪੁੱਛਿਆ, ਹੇ ਨਾਨਕ ਇਹ ਤਾਂ ਦੱਸ ਜਿਹੜੇ ਨਸ਼ੇ ਪੀਂਦੇ ਨੇ ਇਹਨਾਂ ਦਾ ਵੀ ਕੋਈ ਹਾਲ ਹੈ? ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ੁਰ ਨੂੰ ਭੁੱਲ ਕੇ ਨਸ਼ੇ ਪੀਂਦੇ ਨੇ ਇਹਨਾਂ ਦਾ ਜਦ ਜੀਵ ਆਤਮਾ ਆਏਗਾ ਇੱਥੇ ਤਾਂ 1000 ਮਣ ਸਿੱਕਾ ਰੋਜ਼ ਘੋਲ ਕੇ ਗਰਮ ਕਰਕੇ ਉਹਦੇ ਗਲ 'ਚ ਹੀ ਨਗਾਉਣਗੇ, ਫਿਰ ਚੀਕਾਂ ਮਾਰੂਗਾ, ਹੁਣ ਆਵਾਜ਼ ਨਹੀਂ ਸੁਣਦਾ। ਜਿੱਤ ਪੀਤਾ ਖਸਮ ਵਿਸਰੈ, ਦਰਗੇ ਮਿਲੇ ਸਜਾਏ, ਦਰਗਾਹ 'ਚ ਸਜ਼ਾ ਮਿਲੇਗੀ। ਹੁਣ ਆਵਾਜ਼ਾਂ ਦਿੰਦੇ ਨੇ, ਇਹ ਆਵਾਜ਼ ਤਾਂ ਸੁਣਨੀ, ਸ਼ੇਰ ਵਰਗਾ ਹੋ ਜਾਂਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਆ, ਬੁਰਿਆਂ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਤੋਂ Thank you.
ਵਾਹਿਗੁਰੂ ਇੰਨਾ ਸਮਝਾਉਂਦਾ। ਫਿਰ ਵੀ ਜੇ ਬੰਦਾ ਨਾ ਸਮਝ ਸਕੇ ਸਿੱਧੀ ਜੀ ਗੱਲ, ਫਿਰ ਤਾਂ ਉਹਨੂੰ ਕਹਿ ਨਹੀਂ ਸਕਦਾ ਵੀ ਇਹ ਕੋਈ ਅਕਲ ਵਾਲਾ ਬੰਦਾ। ਆਪੇ ਹੀ ਆਪਣੇ ਦਿਲ ਦੇ ਅੰਦਰ ਸਹੀ ਅੰਦਾਜ਼ਾ ਲਾ ਲੈਣਾ। ਜੇ ਕਹੇ ਜੀ ਅਸੀਂ ਤਾਂ ਗੁਰੂ ਸਾਹਿਬ ਦੀ ਬਾਤ ਤਾਂ ਨਹੀਂ ਮੰਨਦੇ, ਪਰ ਕੋਈ ਸਾਇੰਸ ਵਾਲਾ ਕਹੇ, ਕੋਈ ਮੈਡੀਕਲ ਵਾਲਾ ਕਹੇ, ਮੈਡੀਕਲ ਵਾਲਿਆਂ 'ਤੇ ਪੁੱਛ ਲਓ, ਕਹਿੰਦੇ ਤੰਬਾਕੂ ਦਾ ਵਰਤੋਂ ਕਰੇਗਾ ਅਮਰੀਕਾ ਦੇ ਅੰਦਰ ਥੋੜ੍ਹਾ ਮਗਰ ਪਏ ਨੇ, ਤੰਬਾਕੂ ਪੀਣ ਨਹੀਂ ਦਿੰਦੇ, ਜਹਾਜ਼ਾਂ 'ਚ ਬੰਦ ਕਰ, ਬੜੇ ਬੜੇ ਦਫ਼ਤਰਾਂ 'ਚ ਬੜੇ ਬੜੇ ਸਟੋਰਾਂ 'ਚ ਬੰਦ ਕਰਤਾ ਵੀ ਨੋ ਸਮੋਕਿੰਗ, ਨੋ ਸਮੋਕਿੰਗ, ਹੋਟਲਾਂ ਦੇ ਅੰਦਰ ਵੱਡਾ ਸਾਰਾ ਲਿਖਿਆ ਹੋਇਆ ਹੈ ਵਾਰਨਿੰਗ, ਯੂ ਆਰ ਐਂਟਰਿੰਗ ਨੋ ਸਮੋਕਿੰਗ, ਜੇ ਪੀਣਾ ਪੀਣੀ ਆ ਉੱਧਰ ਜਾਓ, ਇੱਧਰ ਨਾ, ਇਸ ਵਾਤਾਵਰਨ ਸ਼ੁੱਧ ਰਹਿਣ। ਬਾਗ ਤਹਿਰੀਕਾਂ ਚੱਲਦੀਆਂ ਵੀ ਸਾਡੀ ਹਵਾ ਖਰਾਬ ਨਾ ਕਰੋ, ਇਹ ਕੁਦਰਤ ਨੇ ਸਾਡੇ ਸਾਹ ਲੈਣ ਵਾਸਤੇ ਹਵਾ ਦਿੱਤੀ ਹੈ ਪਿਓਰ ਹਵਾ, ਇਹ ਤਾਂ ਕਾਰਖਾਨਿਆਂ ਨੇ ਖਰਾਬ ਕਰ ਦਿੱਤੀ, ਧੂੰਏ ਨੇ ਖਰਾਬ ਕਰ ਦਿੱਤੀ, ਇੰਡੀਆ ਦਾ ਤਾਂ ਹਾਲ ਹੀ ਬੜਾ ਮਾੜਾ, ਵਿੱਚ ਹੋਰ ਸਿਗਰਟਾਂ ਦੇ ਧੂੰਏ ਆਈਆਂ, ਉਹ ਕਹਿੰਦੇ ਕੈਂਸਰ ਹੋ ਜਾਏਗਾ ਇਹਦੇ ਨਾਲ, 70% ਕੈਂਸਰ ਵਾਲੇ ਤੰਬਾਕੂ ਵਾਲੇ ਹੋਇਆ, ਬਾਕੀ 20% ਸ਼ਰਾਬ ਅਤੇ ਨਸ਼ਿਆਂ ਵਾਲੇ ਹੋਇਆ ਕਰਦੇ, 10% ਹੈ ਜਿਹਨਾਂ ਨੂੰ ਕੋਈ ਖਾਨਦਾਨੀ ਬਿਮਾਰੀ ਹੁੰਦੀ ਹੈ ਜਾਂ ਕੋਈ ਪੈਸੇ ਹੋ ਜਾਂਦੇ, ਸੋ ਇਸ ਤਰ੍ਹਾਂ ਦੇ ਨਾਲ ਉਹ ਵੀ ਇਹ ਕਹਿੰਦੇ ਨੇ ਵੀ ਨਾ ਵਰਤੋ ਇਹਨਾਂ। ਧਰਮ ਵੀ ਇਹ ਕਹਿੰਦਾ ਵੀ ਤੇਰੀ ਬੁੱਧੀ ਮਲੀਨ ਹੋ ਜਾਏਗੀ, ਇਹਦੀ ਲਾਈਟ ਨਹੀਂ ਕਾਇਮ ਰਹਿਣੀ, ਤਮੋ ਗੁਣ ਪ੍ਰਧਾਨ ਹੋ ਜਾਏਗਾ, ਨਾ ਇਹ ਚੀਜ਼ਾਂ ਖਾ, ਤਮੋ ਗੁਣ ਦੀਆਂ ਚੀਜ਼ਾਂ ਖਾ, ਜੈਸਾ ਅੰਨ ਤੈਸਾ ਮਨ, ਉਹਦੇ ਨਾਲ ਤੇਰਾ ਭਜਨ ਕਰਨ ਵਾਲਾ ਮਨ ਬਣਨਾ, ਨਹੀਂ ਇਹ ਛਲਾਂਗਾ ਮਾਰਨ ਵਾਲਾ ਹੀ ਮਨ ਬਣਨਾ, ਤਿੰਨ ਦੋ ਗੁਣਾਂ ਨਾਲ ਤਮੋ ਗੁਣ ਅਤੇ ਰਜੋ ਗੁਣ, ਉਹਨੇ ਭਜਨ 'ਚ ਨਹੀਂ ਬੈਠਣਾ, ਗੁਟਕਾ ਤੇਰੇ ਹੱਥ 'ਚ ਰਹਿ ਜਾਏਗਾ, ਛੜੱਪੇ ਮਾਰਦਾ ਫਿਰੇਗਾ, ਕਦੇ ਉੱਧਰ, ਕਿਉਂ ਖੁਰਾਕ 'ਚ ਫਰਕ ਹੈ, ਪੁਸ਼ਾਕ 'ਚ ਫਰਕ ਹੈ, ਰਹਿਣ ਸਹਿਣ 'ਚ ਫਰਕ ਹੈ, ਗੱਲਬਾਤ 'ਚ ਫਰਕ ਹੈ, ਸੋ ਇਸ ਤਰ੍ਹਾਂ ਦੇ ਨਾਲ ਸਮਝਾਉਂਦੇ ਨੇ, ਸਮਝਦਾ ਨਹੀਂ। ਸੋ ਵਿਚਾਰ ਇਹ ਸੀ ਕਿ ਆਦਮੀ ਨੂੰ ਔਖਾ ਵੇਲਾ ਸਾਹਸੀ ਜ਼ਰੂਰ ਆਉਂਦਾ, ਜੇ ਅੱਜ ਦੀ ਅੱਜ ਦੇ ਹਾਲਾਤ 'ਚ ਫਸਿਆ ਹੋਇਆ, ਪੈਸਾ ਉਹਦੇ ਕੋਲ ਹੈ ਅਤੇ ਹੋਰ ਵੀ ਉਹਦੇ ਬਾਲ ਬੱਚੇ ਸਭ ਕੁਛ ਹੈਗੇ, ਰਿਸ਼ਤੇਦਾਰ ਹੈਗੇ, ਅਤੇ ਆਲੇ ਦੁਆਲੇ ਉਹਦੇ ਖੇੜਾ ਹੈ, ਮਹਾਰਾਜ ਕਹਿੰਦੇ ਭੁਲੇਖਾ ਹੈ, ਇਹ ਐਵੇਂ ਜਿਵੇਂ ਹੀ ਹੈ ਜਿਵੇਂ ਬੱਦਲ ਆ ਜਾਵੇ ਭਾਦੋਂ ਦੇ ਮਹੀਨੇ, ਥੋੜ੍ਹੀ ਦੇਰ ਵਾਸਤੇ ਛਾਂ ਹੋ ਜਾਵੇ, ਉਹਦੇ ਵਿੱਚ ਤੂੰ ਮਸਤ ਨਾ ਰਹਿ, ਇਹ ਸਰੀਰ ਨਹੀਂ ਰਹਿਣ ਵਾਲੀਆਂ ਚੀਜ਼ਾਂ, ਤਨ ਜੋਵਨ Thank you.
ਸਦਾ ਇੱਕ ਅਵਸਥਾ ਨਹੀਂ ਰਹਿੰਦੀ, ਇਸ ਦੇ ਵਿੱਚ ਆਦਮੀ ਕਹਿੰਦਾ ਮੇਰਾ ਸਰੀਰ ਸਦਾ ਹੀ ਰਹੇਗਾ, ਤੰਦਰੁਸਤ ਰਹੇਗਾ, ਐਕਸੀਡੈਂਟ ਹੋ ਜਾਂਦਾ, ਤੁਰਿਆ ਫਿਰਦਾ, ਕੋਈ ਅੰਗ ਟੁੱਟ ਜਾਂਦਾ, ਕੋਈ ਗਲਤ ਗੱਲ ਹੋ ਜਾਂਦੀ ਹੈ, ਬਾਲ ਬੱਚਿਆਂ ਦੇ ਵਿੱਚ ਖੁਸ਼ ਹੈ, ਝਪਟਾ ਪੈਂਦਾ ਆ ਕੇ, ਪਤਾ ਹੀ ਨਹੀਂ ਰਹਿੰਦਾ ਵੀ ਕੀ ਹੋ ਗਿਆ। 84 ਇੱਕ ਰਾਤ ਪਹਿਲਾਂ ਕਿਸੇ ਨੂੰ ਨਹੀਂ ਸੀ ਪਤਾ ਵੀ ਕੱਲ੍ਹ ਨੂੰ ਕੀ ਹੋ ਜਾਂਦਾ, ਕਿੱਡਾ ਝਪਟਾ ਪਿਆ ਸਾਧ ਸਿੰਘ ਜੀ ਆ ਕੇ। ਫਰੀਦਾ ਦਰਿਆਵੇ ਕੰਨੇ ਵਗਲਾ ਬੈਠਾ ਕੇਲ ਕੇ ਕਲੇਰ ਕਰਿੰਦੇ ਹੰਜ ਨੂੰ ਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਤਾਂ ਗੱਲ ਹੀ ਰੱਬ ਦੀਆਂ, ਜੇ ਸਦਾ ਰਹਿਣ ਵਾਲੀਆਂ ਹੁੰਦੀਆਂ ਫਿਰ ਰੱਖ ਲੈਂਦਾ ਮਨੁੱਖ, ਇਹ ਨਹੀਂ ਰਿਹਾ ਗਾ। ਸੋ ਇਸ ਤਰ੍ਹਾਂ ਮਨੁੱਖ ਸਮਝਦਾ ਨਹੀਂ ਇਹਨਾਂ ਚੀਜ਼ਾਂ 'ਚ ਪਰਚਿਆ ਹੋਇਆ, ਵਿਉਹ ਇਕੱਠੀ ਕਰੀ ਜਾਂਦਾ ਅਤੇ ਜਿਹੜੀ ਚੀਜ਼ ਨਾਲ ਜਾਣੀ ਹੈ ਉਹ ਇਕੱਠੀ, ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਨਾਲ ਕੀ ਜਾਊਗਾ, ਸਰੀਰ ਵੀ ਨਹੀਂ ਸਾਡਾ ਤਾਂ ਨਾਲ ਜਾਂਦਾ, ਕੱਪੜੇ ਵੀ ਨਹੀਂ ਨਾਲ ਜਾਂਦੇ, ਕੋਠੀਆਂ ਵੀ ਨਹੀਂ ਨਾਲ ਜਾਂਦੀਆਂ, ਬੈਂਕ ਦਾ ਪੈਸਾ ਵੀ ਨਹੀਂ ਨਾਲ ਜਾਂਦਾ, ਫਿਰ ਕਾਹਨੂੰ ਇਹਦੇ ਵਿੱਚ ਫਸਿਆ ਜੇ ਨਾਲ ਨਹੀਂ ਜਾਣਾ। ਫਿਰ ਜੇ ਤੈਨੂੰ ਨਹੀਂ ਪਤਾ ਗੁਰੂ ਤੇ ਪੁੱਛ ਵੀ ਮਹਾਰਾਜ ਕੋਈ ਚੀਜ਼ ਨਾਲ ਵੀ ਜਾਂਦੀ ਹੈ, ਨਾਲ ਤਾਂ ਬਹੁਤ ਕੁਛ ਜਾਂਦਾ, ਤੇਰੇ ਮਾੜੇ ਕਰਮ ਵੀ ਨਾਲ ਜਾਂਦੇ ਨੇ ਭਾਰੇ ਪੱਥਰ, ਤੇਰੇ ਚੰਗੇ ਕਰਮ ਵੀ ਨਾਲ ਜਾਂਦੇ ਨੇ, ਪਰ ਇਹ ਦੋਏ ਵੇਟ ਨੇ ਫਾੜ ਦੀ ਚੜ੍ਹਾਈ ਦੇ ਉੱਤੇ, ਚਾਹੇ ਮਨ ਰੂੰ ਚੱਕ ਲਓ ਚਾਹੇ ਮਨ ਦਾ ਪੱਥਰ ਚੱਕ ਲਓ, ਇੱਕੋ ਹੀ ਗੱਲ ਹੋਇਆ ਕਰੇ। ਅਤੇ ਸੁੱਖ ਦੇਣ ਵਾਲੀ ਚੀਜ਼ ਕੋਈ ਮਹਾਰਾਜ ਕਹਿੰਦੇ ਉਹ ਨਾਮ ਹੈ ਪਰਮੇਸ਼ਰ ਦਾ, ਜੈ ਮਾਤ ਪਿਤਾ ਸੁਖਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਇ, ਉੱਥੇ ਤਾਂ ਨਾਮ ਨੇ ਸਹਾਇਤਾ ਕਰਨੀ ਹੈ ਤੇਰੀ, ਹੋਰ ਕੋਈ ਚੀਜ਼ ਸਹਾਇਤਾ ਨਹੀਂ ਕਰਨੀ। ਜਦ ਤੂੰ ਬਹੁਤ ਔਖਾ ਹੋਵੇਂਗਾ ਉੱਥੇ ਧਨ ਖੱਟਿਆ ਹੋਇਆ ਤੇਰੇ ਕੰਮ ਆਏ, ਜਿਵੇਂ ਇੱਥੋਂ ਅਮਰੀਕਾ ਜਾਣਾ ਪੈਸਾ ਖੱਟ ਲਓ ਡਾਲਰ ਕਨਵਰਟ ਕਰ ਲਓ, ਉੱਥੇ ਜਾ ਕੇ ਸਿਖਾਲੇ ਰਹੀਦਾ, ਉੱਥੇ ਕਿਤੋਂ ਮੰਗੇ ਜਾ ਕੇ ਯਾਰ ਰੁਪਈਆਂ ਦਾ ਭਰ ਕੇ ਲੈ ਜਾਓ ਬੈਗ, ਉੱਥੇ ਪੁੱਛਦਾ ਹੀ ਨਹੀਂ ਵੀ ਇਹ ਤਾਂ ਕਾਗਜ਼ ਨੇ, ਕਿਉਂਕਿ ਉਹ ਸਥਾਉਂਦਾ ਇਹ ਸਿੱਕਾ ਨਹੀਂ ਹੈ, ਉੱਥੇ ਜਿਹੜਾ ਸਿੱਕਾ ਜਿਸ ਦੇਸ਼ ਦਾ ਹੁੰਦਾ ਹੈ ਉਹੀ ਉੱਥੇ ਚੱਲ। ਉਹ ਦਰਗਾਹ ਦੇ ਅੰਦਰ ਜੇ ਕੋਈ ਸਿੱਕਾ ਹੈ ਭਾਰੀ ਸਿੱਕਾ ਜਿਹਦਾ ਥੋੜ੍ਹੇ ਜਿਹਾ ਹੀ ਬਹੁਤਾ ਮੁੱਲ ਹੈ, ਉਹ ਨਾਮ ਦਾ ਸਿੱਕਾ ਹੈ। ਮਹਾਰਾਜ ਕਹਿੰਦੇ ਉਹ ਧਨ ਖੱਟ ਲੈ ਪ੍ਰੇਮੀਆਂ, ਸਾਥੀ ਦਰਗਾਹ ਦਾ ਨਾਮ ਧਨ ਖੱਟ ਲੈ, ਦਰਗਾਹ ਵਿੱਚ ਮਾ
ना धर्म राजा इहदे उत्ते कोई डाना ला सकदा। ऐसा धन है जे दरगाह दे विच खट के जिहड़ा भी जांदा है, महाराज कहिंदे रेरे दरगे कहे ना को, आओ बैठ आदर सब सब कहणगे, आदर देणगे, क्योंकि नाम दे जो खटण वाला है, जिसने नाम दा धन खट लिया, वह कोई मामूली आदमी नहीं होया करदा, संसार की निगाह च हो सकदा, क्योंकि इहदा गज सोने का है, पैसे टके जायदाद नाल किसी बंदे नूं नाप रिश्ता करन जाना होवे, पहला पुछदे आ किन्नी जायदाद है, ट्रक चलते ने जी, जमीन इन्नी है, ट्रैक्टर चलते ने, गाल ही गल नहीं, घर तां चंगा, अगे तां नहीं देखदे भी करैक्टर भी है उहदा, कोई शराबी कबाबी है जां किहा जिहा लंपट है, जुएबाज है, आ बात इत्थे है, क्योंकि दुनिया का जो नाप है वह सोने के गज नाल नापे जाता है, हरेक की शक्ति, गुरु नहीं नापता, गुरु का नाप दरगाह का नाप, जिथे जाके पत प्रवान पैनी है, जिनकी लेखे पत चंगे सही, उत्थे लेखे दे दरगाह च जाके पत प्रवान पैनी है, बट्टे होर ने उत्थे होर तरीके नाल तोलिया जाता, नापया जाता, वह जो नाम धन वाला है वह सब तो बड़ा होया करता, इस तरह फरमान करते हैं। चित हरी दे नाम नाल के आजा Thank you.
ਜਾਤ ਅੱਛੀ ਨਾ ਹੋਵੇ, ਕੋਈ ਪਤ ਨਾ ਹੋਵੇ, ਕੋਈ ਮਿੱਤਰ ਨਾ ਹੋਵੇ, ਜੰਗਲਾਂ 'ਚ ਘੁੰਮਦਾ ਰਹਿੰਦਾ ਹੋਵੇ, ਕੀ ਕਹਿਣਗੇ? ਬੈਠਣ ਵੀ ਨਹੀਂ ਦਿੰਦੇ ਕੋਲ, ਵੀ ਇਹ ਤਾਂ ਐਵੇਂ ਹੈ ਜੀ ਫਾਲਤੂ ਆਦਮੀ, ਕੁਛ ਨਹੀਂ ਹੈ। ਮਹਾਰਾਜ ਕਹਿੰਦੇ ਜੇ ਉਹਦੇ ਚਿੱਤ ਵਿੱਚ ਪਰਮੇਸ਼ੁਰ ਦਾ ਨਾਮ ਵਸਿਆ ਹੋਇਆ ਹੈ, ਉਹ ਰਾਜਾ ਹੈ ਸਾਰੀ ਸ੍ਰਿਸ਼ਟੀ ਦਾ, ਕਾਇਨਾਤ। ਉਹਦਾ ਹੁਕਮ ਇੱਥੇ ਨਹੀਂ ਚੱਲਦਾ, ਜਾਂ ਕਾ ਕਹਿਆ ਦਰਗਾਹ ਚਲੈ, ਕਿਸ ਕੋ ਨਜ਼ਰ ਲਾਇਆ ਵੇ ਤਲ। ਬੜੇ ਬੜੇ ਬਾਦਸ਼ਾਹਾਂ ਦੀਆਂ ਮਿਸਾਲਾਂ ਨੇ, ਜਹਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ, ਆਪਦੇ ਬੜੀ ਉਮਰ ਤੱਕ ਔਲਾਦ ਨਾ ਹੋਈ। ਉਸ ਵੇਲੇ ਪੁੱਛਿਆ ਵੀ ਕੋਈ ਹੈ ਪਰਮੇਸ਼ੁਰ ਦਾ ਪਿਆਰਾ? ਬੇਅੰਤ ਸਨ ਉਸ ਵੇਲੇ, ਲੇਕਿਨ ਦੱਸ ਪਈ ਇੱਕ ਮਹਾਤਮਾ ਦੀ ਜੋ ਲੁਧਿਆਣੇ ਤੋਂ ਥੋੜ੍ਹੀ ਦੂਰ ਜਗਰਾਵਾਂ ਰਿਹਾ ਕਰਦਾ ਸੀ। ਉੱਥੇ ਆਪਣਾ ਬਹੁਤ ਹਾਥੀ ਘੋੜਿਆਂ ਦੇ ਨਾਲ ਉਹਨਾਂ ਦੇ ਦੀਦਾਰ ਵਾਸਤੇ ਗਿਆ। ਖੜਕਾ ਸੁਣਿਆ ਉਹਨਾਂ ਨੇ, ਭੋਰੇ 'ਚ ਰਿਹਾ ਕਰਦੇ ਸੀ, ਇੱਕ ਬੀਬੀ ਡਿਊਟੀ ਦਿਆ ਕਰਦੀ ਜਿਸਦਾ ਨਾਮ ਬਾਨੋ ਸੀ। ਅੰਦਰੋਂ ਆਵਾਜ਼ ਦਿੱਤੀ, ਕਹਿਣ ਲੱਗੇ ਕੌਣ ਹੈ, ਕਿਉਂ ਇੰਨਾ ਰੌਲਾ? ਉਹ ਕਹਿਣ ਲੱਗੀ ਹਜ਼ੂਰ, ਆਪਦੀ ਜ਼ਿਆਰਤ ਵਾਸਤੇ ਸ਼ਹਿਨਸ਼ਾਹ ਹਿੰਦ ਆ ਰਿਹਾ। ਕਹਿੰਦੇ ਸ਼ਹਿਨਸ਼ਾਹ ਦਾ ਮੇਰੇ ਨਾਲ ਕੀ ਕੰਮ? ਮੈਨੂੰ ਕੋਈ ਕੰਮ ਨਹੀਂ। ਨਹੀਂ ਹਜ਼ੂਰ, ਉਹ ਆ ਰਿਹਾ, ਇੱਧਰ ਨੂੰ ਵਧੇ ਆ ਰਹੇ ਨੇ, ਜਾਓ ਅੱਗੇ ਰੋਕੋ ਉਹਨਾਂ ਨੂੰ। ਕਿਉਂਕਿ ਖੜਕਾ ਦੜਕਾ, ਬਾਬਾ ਬੁੱਢਾ ਜੀ ਜਦ ਬੀੜ 'ਚ ਬੈਠੇ ਨੇ, ਮਾਤਾ ਗੰਗਾ ਮਿਲਣ ਜਾਂਦੇ ਨੇ, ਉਸ ਵੇਲੇ ਆਪਨੇ ਖੜਕਾ ਸੁਣਿਆ, ਸਮਾਧੀ ਸਥਿਤੀ। ਸੇਵਾਦਾਰ ਨੂੰ ਕਹਿਣ ਲੱਗੇ ਕਾਹਦਾ ਰੌਲਾ ਗੌਲਾ ਆ? ਕੰਗਰਾਲਾਂ ਖੜਕਦੀਆਂ ਆਉਂਦੀਆਂ ਨੇ, ਜੰਗ ਖੜਕਦੇ ਨੇ ਰਥਾਂ ਦੇ, ਕੀ ਗੱਲ ਹੈ ਇੰਨੀ ਰੌਲਾ ਗੌਲਾ ਕਿਉਂ ਹੈ? ਕਹਿੰਦੇ ਮਹਾਰਾਜ ਗੁਰੂ ਕੇ ਮਹਿਲ ਆ ਰਹੇ। ਕਹਿੰਦੇ ਗੁਰੂ ਕੇ ਮਹਿਲਾਂ ਨੂੰ ਭਾਜੜ ਕਿੱਧਰੋਂ ਪੈ ਗਈ? ਵਰ ਲੈਣ ਜਾਂਦੇ ਸੀ, ਸਹਿ ਸੁਭਾਵ ਵਚਨ ਹੋ, ਹੁਣ ਉਹ ਵਚਨ ਨੂੰ ਕੋਈ ਟਾਲਣ ਵਾਲਾ ਨਹੀਂ ਹੈ, ਭਾਜੜ ਪੈ ਗਈ। ਤੋ ਇਸ ਤਰ੍ਹਾਂ ਲਾਈਕ ਨਹੀਂ ਕਰਦੇ ਮਹਾਤਮਾ। ਤੋ ਉਸ ਵੇਲੇ ਕਹਿਣ ਲੱਗੇ ਰੋਕੋ ਇਸ ਨੂੰ, ਕਿਆ ਚਾਹੁੰਦਾ ਹੈ ਪੁੱਛ ਕੇ ਆਓ। ਅੱਗੇ ਵਧੀ ਬੀਬੀ, ਦੂਰ ਜਾ ਕੇ ਰੋਕਿਆ, ਰੁਕ ਗਏ ਸਾਰੇ, ਕਿਉਂਕਿ ਮੰਗਤੇ ਬਣ ਕੇ ਆ ਰਹੇ ਸੀ, ਬਾਦਸ਼ਾਹ ਬਣ ਕੇ ਨਹੀਂ ਸੀ ਆ ਰਹੇ। ਉਹ ਚੀਜ਼ ਮਿਲਦੀ ਨਹੀਂ ਹੈ, ਬਾਕੀ ਚੀਜ਼ਾਂ ਸਭ ਮਿਲ ਜਾਂਦੀਆਂ। ਜੋ ਸੰਤਾਂ ਦੇ ਦਰ ਤੋਂ ਚੀਜ਼ ਮਿਲਦੀ ਹੈ, ਉਹ ਸੰ ਕਿਸੇ ਨਾ ਪੈਸੇ ਨਾਲ ਮਿਲਦੀ ਹੈ, ਨਾ ਕਿਸੇ ਹਕੂਮਤ ਦੇ ਜ਼ੋਰ ਨਾਲ ਮਿਲਦੀ। ਉਹ ਤਾਂ ਬਖਸ਼ਿਸ਼ ਹੋਵੇ ਉਹਨਾਂ ਦੀ ਤਾਂ ਮਿਲਿਆ ਕਰ। ਮਹਾਰਾਜ ਫਰਮਾਨ ਕਰਦੇ ਹੈ ਕਿ ਜੋ ਸੰਤਾਂ ਕੋਲ ਚੀਜ਼ਾਂ ਨੇ, ਉਹ ਪੈਸੇ ਟਕਿਆਂ ਨਾਲ ਨਹੀਂ ਮਿਲਿਆ ਕਰ। ਉਹ ਤਾਂ ਸ਼ੁੱਧ ਭਾਵਨਾ ਹੋਵੇ, ਸੇਵਾ 'ਚ ਲੱਗੇ, ਫਿਰ ਜਾ ਕੇ ਪ੍ਰਾਪਤ ਹੋਇਆ ਕਰ। ਚਾਰ ਪਦਾਰਥ ਸੇਵਾ ਕਰ,
ਕੀ ਸੇਵਾ ਲੱਗ ਪੈਸੇ ਨਾਲ ਪੁੱਤਰ ਨਹੀਂ ਹਾਸਲ ਹੋਇਆ ਕਰ ਪੈਸੇ ਦੇ ਨਾਲ ਧਰਮ ਨਹੀਂ ਹਾਸਲ ਹੋਇਆ ਕਰ ਕਰਮ ਅਰਥ ਕਾਮ ਮੋਹ ਕਾਮਨਾ ਵਾਸ਼ਨਾਵਾਂ ਪੂਰੀਆਂ ਨਹੀਂ ਹੋਇਆ ਕਰਦੀਆਂ ਚਾਰ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਬਾਦਸ਼ਾਹ ਵੀ ਮੰਗਤਾ ਹੋ ਕੇ ਖੜਦਾ ਹਮਾਇਓ ਅਕਬਰ ਦਾ ਬਾਬਰ ਦਾ ਲੜਕਾ ਬਾਬਰ ਤੋਂ ਬਾਅਦ ਇਸਨੇ ਹਿੰਦੁਸਤਾਨ ਦਾ ਰਾਜ ਕਰਿਆ ਉਸ ਵੇਲੇ ਸ਼ੇਰ ਸ਼ਾਹ ਅਫਗਾਨ ਸ਼ੇਰ ਸ਼ਾਹ ਸੂਰੀ ਉਹਤੋਂ ਹਾਰ ਖਾ ਗਿਆ ਦੌੜਿਆ ਜਾਂਦਾ ਕਿਤੇ ਟਿਕਾਣਾ ਨਹੀਂ ਮਿਲ ਪਤਾ ਲੱਗਿਆ ਵੀ ਸਾਡੇ ਕਦਮ ਇੱਥੇ ਕਿਸ ਤਰ੍ਹਾਂ ਜੰਮੇ ਸੀ ਕਹਿਣ ਲੱਗੇ ਇੱਕ ਵਾਅਦਾ ਦਿੱਤਾ ਸੀ ਇੱਕ ਜ਼ਮਾਨਤ ਦਿੱਤੀ ਸੀ ਕੌਣ ਸੀ ਕਹਿੰਦੇ ਉਹ ਗੁਰੂ ਨਾਨਕ ਸੀ ਇਹ ਜ਼ਮਾਨਤ ਦਿੱਤੀ ਸੀ ਹੇ ਗੁਰੂ ਨਾਨਕ ਸਾਨੂੰ ਹਿੰਦੁਸਤਾਨ ਦਾ ਰਾਜ ਬਖਸ਼ਦੇ ਅਸੀਂ ਹਿੰਦੂ ਮੁਸਲਮਾਨ ਸਭ ਨੂੰ ਇੱਕ ਅੱਖ ਨਾਲ ਦੇਖਾਂਗੇ ਦੋ ਨਾਲ ਨਹੀਂ ਦੇ ਇਨਸਾਫ ਦਾ ਰਾਜ ਕਰਾਂਗੇ ਜ਼ੁਲਮ ਨਹੀਂ ਕਰਾਂਗੇ ਅਤੇ ਉਹਦੀ ਬਖਸ਼ਿਸ਼ ਦੇ ਨਾਲ ਸਾਨੂੰ ਰਾਜ ਦੀ ਪ੍ਰਾਪਤੀ ਹੋਈ ਅਤੇ ਉਹਨੇ ਇਹ ਵੀ ਕਹਿਤਾ ਸੀ 58 ਜਾਣ 97 ਹੋਰ ਵੀ ਉੱਠ ਸੀ ਮਰਦ ਕਰ ਚੇਲਾ ਕੀ ਸਨ ਹੈ ਕਹਿੰਦੇ 97 ਹੈ ਕਹਿੰਦੇ ਹੁਣ ਉੱਥੇ ਹੀ ਚਲੋ ਗੁਰੂ ਮਹਾਰਾਜ ਉੱਥੇ ਹੀ ਆ ਗਏ ਖਡੂਰ ਸਾਹਿਬ ਅੱਗੇ ਮਹਾਰਾਜ ਜੀ ਆਪਣੇ ਧਿਆਨ ਵਿੱਚ ਮਹਿਬ ਨੇ ਸਵੈ ਸਰੂਪ ਮਹਿਬ ਨੇਤਰ ਖੁੱਲ੍ਹੇ ਨੇ ਪਰ ਸ੍ਰਿਸ਼ਟੀ ਦਾ ਰੰਗ ਕੁਛ ਹੋਰ ਦੇਖਦੇ ਨੇ ਬਾਦਸ਼ਾਹ ਆ ਗਿਆ ਮਹਾਂਪੁਰਸ਼ਾਂ ਨੂੰ ਬਾਦਸ਼ਾਹ ਕੁਛ ਨਹੀਂ ਹੋਇਆ ਕਰਦਾ ਫਿਰ ਬਾਦਸ਼ਾਹ ਮੰਗਤਾ ਆਇਆ ਮੰਗਣ ਵਾਸਤੇ ਆਇਆ ਮਹਾਰਾਜ ਨੇ ਧਿਆਨ ਨਾ ਦਿੱਤਾ 15 ਖੜ੍ਹਾ ਰਹੇ ਹੁਣ ਮੈਂ ਜਾਗ ਪੀ ਵੀ ਜੇ ਮੈਂ ਹਾਰ ਗਿਆ ਸ਼ੇਰ ਸ਼ਾਹ ਸੂਰੀ ਤੋਂ ਇੰਨਾ ਤਾਂ ਨਹੀਂ ਮੈਂ ਗਿਰਿਆ ਵੀ ਇਹਦੇ ਸਾਹਮਣੇ ਮੇਰੀ ਗੱਲੇ ਨਾ ਕਰੇ ਈਗੋ ਉੱਠ ਖੜੀ ਫਤੂਰ ਉੱਠ ਖੜਿਆ ਤਲਵਾਰ ਖਿੱਚੀ ਮਹਾਰਾਜ ਨੇ ਨੇਤਰ ਦ੍ਰਿਸ਼ਟੀ ਕਰੀ ਹੱਥ ਨਹੀਂ ਚੱਲਦਾ ਬਾਹਰ ਜੁੜੀ ਖੜੀ ਹੈ ਹੈਰਾਨ ਹੁੰਦਾ ਵੀ ਸਾਧੂਆਂ ਤੇ ਤਲਵਾਰ ਨਹੀਂ ਚੱਲ ਰਹੀ ਮਹਾਰਾਜ ਕਹਿੰਦੇ ਹਮਾਇਓ ਆ ਤੇਰੀ ਬਹਾਦਰੀ ਉੱਥੇ ਕਿੱਥੇ ਗਈ ਸੀ ਮੈਦਾਨੇ ਜੰਗ 'ਚ ਉੱਥੇ ਨਾ ਚੱਲ ਸਕੀ ਤੇਰੀ ਤਲਵਾਰ ਹੁਣ ਸੰਤਾਂ 'ਤੇ ਆ ਕੇ ਤਲਵਾਰਾਂ ਖਿੱਚਣਾ ਸ਼ਰਮਿੰਦਾ ਹੋ ਗਿਆ ਚਰਨੀ ਟਹਿ ਗਿਆ ਕਹਿਣ ਲੱਗਿਆ ਪ੍ਰਭੂ ਗਲਤੀ ਹੋ ਗਈ ਮੇਰੇ 'ਤੇ ਭੁੱਲ ਹੋ ਗਈ ਬਾਦਸ਼ਾਹੀ ਹੋਮੈ ਆ ਗਈ ਕਹਿੰਦੇ ਜਾ ਤੈਨੂੰ ਹੁਣੇ ਬਖਸ਼ਿਆ ਜਾਣਾ ਸੀ 14 ਭਟਕਦਾ ਫਿਰ ਇੰਨੀ ਗੱਲ ਦੀ ਸਜ਼ਾ 14 ਸਾਲ ਹੀ ਆਈ
ਇਨਸਾਫ ਦਾ ਰਾਜ ਕਰੀ ਰਾਜ ਮਿਲਜੂ ਤੈਨੂੰ। ਰਾਜ ਤਾਂ ਕਿਸੇ ਨੇ ਕਰਨਾ ਹੀ ਹੈ, ਗੁਰੂ ਮਹਾਰਾਜ ਗੁਰੂ ਦਸ਼ਮੇਸ਼ ਪਿਤਾ ਨੇ। ਜੇ ਕੋਈ ਕਹੇ ਮੁਗਲਾਂ ਨੂੰ ਰਾਜ ਕਿਉਂ ਦਿੱਤਾ, ਰਾਜਾ ਤਾਂ ਕਿਸੇ ਨੇ ਬਣਨਾ ਹੀ ਹੈ। ਗੁਰੂ ਦਸ਼ਮੇਸ਼ ਪਿਤਾ ਜੀ ਦੇ ਪਾਸ ਭਾਈ ਨੰਦ ਲਾਲ ਬਗੌਰ ਵਿੱਚ ਆਉਂਦੇ ਨੇ, ਬੇਨਤੀ ਕਰਦੇ ਨੇ, ਮਹਾਰਾਜ ਇਸ ਵੇਲੇ ਸ਼ਹਿਜ਼ਾਦਾ ਮੁਅਜ਼ਮ ਬਹੁਤ ਸੰਕਟ ਵਿੱਚ ਹੈ, ਵੱਡਾ ਪੁੱਤਰ ਹੈ, ਰਾਜ ਦਾ ਹੱਕਦਾਰ ਹੈ, ਉਹਦਾ ਰਾਈਟ ਹੈ ਗੱਦੀ ਦੇ ਉੱਤੇ, ਅਤੇ ਧੱਕੇ ਦੇ ਨਾਲ ਤਾਰਾ ਆਜ਼ਮ ਰਾਜ ਲੈ ਰਿਹਾ, ਅਤੇ ਤੁਸੀਂ ਕਿਰਪਾ ਕਰੋ ਮੈਨੂੰ ਤੁਹਾਡੇ ਪਾਸ ਭੇਜਿਓ। ਮਹਾਰਾਜ ਕਹਿੰਦੇ ਕਸਾਈ ਤਾਂ ਨਹੀਂ ਅਸੀਂ ਗੱਦੀ 'ਤੇ ਬੈਠਣਾ, ਜੇ ਉਹ ਸੱਚਮੁੱਚ ਰਾਜਾ ਬਣ ਕੇ ਬੈਠਣਾ ਚਾਹੁੰਦਾ ਹੈ ਤਾਂ ਠੀਕ ਹੈ, ਕਿਸੇ ਨਾ ਕਿਸੇ ਨੇ ਤਾਂ ਗੱਦੀ ਲੈਣੀ ਹੈ, ਫਿਰ ਤੇਰੀ ਸੋਹਤ ਹੈ ਉਸਨੂੰ। ਨੰਦ ਲਾਲ ਜੀ ਨੇ ਸਿਫਾਰਿਸ਼ ਕਰੀ, ਮਹਾਰਾਜ ਕਹਿੰਦੇ ਜਾ ਪੁੱਛ ਕੇ ਆਇਆ ਗੱਲਾਂ ਪਹਿਲਾਂ। ਦੁਬਾਰਾ ਫਿਰ ਆ ਜਾਂਦੇ ਨੇ, ਫਿਰ ਆ ਕੇ ਉਸਨੇ ਕਿਹਾ ਵੀ ਹਾਂ ਜਿਵੇਂ ਗੁਰੂ ਮਹਾਰਾਜ ਕਹਿਣਗੇ ਵੈਸਾ ਹੀ ਰਾਜ ਕਰਾਂਗੇ। ਕਹਿੰਦੇ ਜਾ ਫਿਰ ਇਹ ਜੰਮ ਨਹੀਂ ਦਿੰਦਾ, ਰਾਜ ਅਸੀਂ ਲੈ ਦਾਂਗੇ ਆਪਣੇ ਹੱਥੀਂ, ਤਾਰਾ ਆਜ਼ਮ ਨੂੰ ਮਾਰਾਂਗੇ। ਇਹ ਗੱਲ ਨਹੀਂ ਵੀ ਗੁਰੂ ਮਹਾਰਾਜ ਰਾਜ ਕਿਸੇ ਨੂੰ ਮੁਗਲਾਂ ਨੂੰ ਮੁਸਲਮਾਨਾਂ ਨੂੰ ਕਿਉਂ ਦਵਾਤਾ, ਪਹਾੜੀ ਰਾਜੇ ਕੌਣ ਸੀ ਜਿਨ੍ਹਾਂ ਨੇ ਮਹਾਰਾਜ ਨੂੰ ਤੰਗ ਕਰ ਦਿੱਤਾ, ਜਿਨ੍ਹਾਂ ਦੀ ਬਦੌਲਤ ਚਾਰੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੋਣਾ ਪਿਆ, ਆਨੰਦਪੁਰ ਸਾਹਿਬ ਨੂੰ ਬਰਬਾਦੀ ਦੇ ਦਿਨ ਦੇਖਣੇ ਪਏ, ਬੇਅੰਤ ਸਿੱਖ ਬ੍ਰਹਮ ਗਿਆਨ ਦੀ ਅਵਸਥਾ ਦੇ ਮੈਦਾਨੇ ਜੰਗ ਵਿੱਚ ਸ਼ਹੀਦ ਹੋਏ, ਕਿਹਨੇ ਕਰਾਏ? ਮਹਾਰਾਜ ਨੇ ਤਾਂ ਕਿਹਾ ਸੀ ਵੀ ਤੁਸੀਂ ਸੱਤ ਦੇ ਰਾਜ, ਸੱਤ ਦਾ ਰਹਿਣਾ ਸਹਿਣਾ ਕਬੂਲ ਕਰ ਲਓ, ਤੁਹਾਨੂੰ ਰਾਜ ਭਾਰਤ ਵਰਸ਼ ਦਾ ਦਵਾ ਦਿੰਦੇ। ਸੋ ਇਹ ਗੱਲ ਨਹੀਂ ਹੈ। ਮਹਾਰਾਜ ਕਹਿਣ ਲੱਗੇ ਫਿਰ ਤੈਨੂੰ 14 ਸਾਲ ਭਟਕਣਾ ਪਏਗਾ, 14 ਸਾਲ ਤੋਂ ਬਾਅਦ ਫਿਰ ਆਇਆ। ਸੋ ਇਹ ਬਾਦਸ਼ਾਹ ਹੁੰਦੇ ਨੇ ਸਾਰੀ ਸ੍ਰਿਸ਼ਟੀ ਦੇ, ਸੰਸਾਰ ਦੀ ਚਾਲ ਨੂੰ ਦਰਿਆ ਨੂੰ ਕਹਿ ਦੇਣ ਵੀ ਰੁਕ ਜਾ। ਮਹਾਰਾਜਾ ਰਣਜੀਤ ਸਿੰਘ ਨੂੰ ਖਬਰ ਆਈ ਜਮਰੌਤ ਤੋਂ ਬਈ ਜੇ ਤੁਸੀਂ ਛੇਤੀ ਤੋਂ ਛੇਤੀ ਇੱਥੇ ਕੁਮਕ ਲੈ ਕੇ ਨਾ ਪਹੁੰਚੇ, ਤੋਪਖਾਨੇ ਨਾ ਲਿਆਂਦੇ, ਤਾਂ ਸ਼ਾਹ ਸ਼ੁਜਾ ਜਿਹੜਾ ਰੋਕਿਆ ਹੋਇਆ ਸੀ ਕਾਬਲ ਦਾ ਬਾਦਸ਼ਾਹ, ਇੰਨਾ ਇਲਗਾਰ ਹੈ, ਇੰਨਾ ਮੁਲਖਈਆ, 2 ਲੱਖ ਤੋਂ ਵੱਧ ਗਿਣਤੀ ਹੈ, ਰਸਤੇ ਵਿੱਚ ਕੋਈ ਸਰਦਾਰ ਨਹੀਂ ਜਿਹੜਾ ਇਹਨਾਂ ਦਾ ਮੁਕਾਬਲਾ ਕਰੇ, ਹਰੀ ਸਿੰਘ ਨਲੂਆ ਚੜ੍ਹਾਈ ਕਰ ਚੁੱਕਿਆ, ਅਤੇ ਤੁਸੀਂ ਛੇਤੀ ਤੋਂ ਛੇਤੀ ਆ ਜਾਓ। ਉਸ ਵੇਲੇ ਬਹੁਤ ਕਾਹਲੀ ਦੇ ਨਾਲ ਆਪਣੇ ਸਫ਼ਰ ਦਿਨ ਰਾਤ ਇੱਕ ਕਰਕੇ ਕਰਿਆ, ਦਰਿਆਏ ਸਿੰਧ ਦੇ ਕੰਢੇ 'ਤੇ ਪਹੁੰਚ ਜਾਂਦੇ ਨੇ, ਜਿਸ ਨੂੰ ਉਸ ਵੇਲੇ ਅਟਕ ਕਹਿੰਦੇ ਸੀ, ਸਭ ਨੂੰ ਅਟਕਾਉਂਦਾ ਸੀ, ਕੋਈ ਨਹੀਂ ਸੀ ਜਿਹੜਾ ਅਟਕ ਦੇ ਕੰਢੇ ਨਾ ਅਟਕਿਆ ਹੋਵੇ। ਉਸ ਵੇਲੇ ਰਣਜੀਤ ਸਿੰਘ ਘਬਰਾ ਗਿਆ, ਕਹਿਣ ਲੱਗਿਆ ਕਿਵੇਂ ਕਰੀਏ, ਅਤੇ ਸ੍ਰਿਸ਼ਟੀ ਦਾ ਬਾਦਸ਼ਾਹ ਨਾਲ ਜਾ ਰਿਹਾ ਸੀ ਬਾਬਾ ਵੀਰ ਸਿੰਘ ਜੀ, ਮਹਾਂਪੁਰਸ਼ੋ ਬਹੁਤ ਸੰਕਟ ਆ ਗਿਆ, ਕਿਰਪਾ ਕਰੋ, ਵਾਰ ਵਾਰ ਬੇਨਤੀ ਕਰਦੇ ਨੇ। ਅਤੇ ਉਸ ਵੇਲੇ ਬਾਬਾ ਜੀ ਕਹਿਣ ਲੱਗੇ ਕੋਈ ਨਹੀਂ, ਪੈ ਵਿੱਚ ਪਵਣ ਵਹੇ ਸਦਵਾਓ, ਪੈ ਵਿੱਚ ਚੱਲੈ ਲੱਖ ਦਰਿਆ, ਪੈ ਵਿੱਚ ਅਗਨ ਕੱਢੇ ਵਿਗਾਰ, ਪੈ ਵਿੱਚ ਤਾਤੀ ਦੱਬੀ ਪਾਰ। ਕਹਿੰਦੇ ਇਹ ਤਾਂ ਸਾਰੇ ਪਰਮੇਸ਼ੁਰ ਦੇ ਪੈ ਵਿੱਚ ਚੱਲਦੇ ਨੇ, ਕੋਈ ਨਾ ਅਸੀਂ ਕਹਿ ਦਿੰਦੇ ਹਾਂ। ਕੱਢੇ ਜਾ ਕੇ ਕਹਿਣ ਲੱਗੇ ਲੈ ਬਈ, ਅਸੀਂ 2 ਘੰਟੇ ਵਾਸਤੇ ਸੁਖਨੀ ਸਾਹਿਬ ਦਾ ਪਾਠ ਕਰਨਾ, ਤੇਰੇ ਵਿੱਚ ਖੜ੍ਹੇ ਹੋ ਅਤੇ ਤੂੰ ਰਾਹ ਦੇ ਦੇ। ਉਸੇ ਵੇਲੇ ਦਰਿਆ ਉਛਲਦਾ ਕੰਢਿਆਂ ਦੇ ਉੱਪਰ ਦੀ ਗਿੱਟੇ ਗਿੱਟੇ ਹੋ ਗਿਆ। ਬਾਬਾ ਜੀ ਕਹਿਣ ਲੱਗੇ ਅਸੀਂ ਹਾਥੀ 'ਤੇ ਪਾਠ ਕਰਾਂਗੇ, ਤੁਸੀਂ ਲੰਘ ਜਾਓ। ਸਾਰੀ ਫੌਜ ਲੰਘ ਗਈ, ਇੱਕ ਕੰਪਨੀ ਰਹਿ ਗਈ, ਉਹ ਕੰਪਨੀ ਨਾਸਤਕ ਸੀ ਸਾਰੀ। ਇੱਕੋ ਹੀ ਗੱਲ ਕਹੀ ਜਾਵੇ ਵੀ ਦਰਿਆ ਕਿਵੇਂ ਉਤਰ ਸਕਦਾ ਹੈ? ਇਹ ਗੱਲ ਹੋ ਸਕਦੀ ਹੈ ਵੀ ਦਰਿਆ ਚੜ੍ਹਿਆ ਹੋਇਆ ਉਤਰ ਜਾਵੇ? ਅਤੇ ਉਸ ਵੇਲੇ ਬਾਬਾ ਜੀ ਨੇ ਜਦੋਂ ਆਖਰੀ ਅਸ਼ਟਪਦੀ ਆਈ, ਝੰਡੀ ਫਲਾਈ ਵੀ ਅਸੀਂ ਜਾ ਰਹੇ ਹਾਂ, ਆ ਜਾਓ ਛੇਤੀ। ਬਾਬਾ ਜੀ ਬਰੇਤੀ ਦੇ ਕੋਲ ਚਲੇ ਗਏ, ਇਹ ਕੰਢੇ ਦੇ ਕੋਲ ਚਲੇ ਗਏ ਅਤੇ ਇਹ ਦਾਖਲ ਹੋ ਗਏ, ਬਾਬਾ ਜੀ ਬਾਹਰ ਨਿਕਲ ਗਏ, ਇਹ ਦਰਿਆ ਦੇ ਵਿੱਚ ਚਲੇ। ਉਸੇ ਵੇਲੇ ਛਾਲ ਆਈ, 80 ਉਹ ਬੰਦੇ ਰੁੜ ਗਏ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਕਿ ਮਹਾਰਾਜ ਬੰਦੇ ਰੁੜ ਗਏ। ਕਹਿੰਦੇ ਕੋਈ ਨਾ, ਇੰਨੇ ਬੰਦਿਆਂ ਦੀ ਬਲੀ ਇਹ ਮੰਗਦਾ ਸੀਗਾ, ਨਾਸਤਕ ਸੀਗੇ ਕਹਿੰਦੇ। ਸੋ ਇਹ ਸਾਰੀਆਂ ਚੀਜ਼ਾਂ ਪਰਮੇਸ਼ੁਰ ਦੇ ਰਾਜੇ ਦਾ, ਜਿਹੜਾ ਰਾਜਾ ਬਣਾਇਆ ਪਰਮੇਸ਼ੁਰ ਨੇ ਬੰਦਗੀ ਕਰਨ ਵਾਲਾ ਰਾਜਾ, ਸਗਲੀ ਸ੍ਰਿਸ਼ਟ ਦਾ ਹਰਨਾਮ ਮਨ ਭਿੰਨ, ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਜਿਹਦੇ ਨਾਮ ਦੇ ਨਾਲ ਜਿਹਦਾ ਮਨ ਭੇਜਿਆ ਪਿਆ। ਸੋ ਉਸ ਰਾਜੇ ਦੇ ਕੋਲ ਸਾਰੇ ਮੰਗਤੇ ਹੋ ਕੇ ਆਉਂਦੇ ਨੇ। ਮਹਾਰਾਜ ਕਹਿੰਦੇ 4 ਪਦਾਰਥ ਜੇ ਕੋ ਮੰਗ ਹੈ ਸਾਧ ਜਨਾ ਕੀ ਸੇਵਾ ਲੱਗ ਕਰ ਲਓ ਸੇਵਾ। ਬਾਬਾ ਭਾਈ ਆਦਮ ਗੁਰੂ ਚੌਥੇ ਪਾਤਸ਼ਾਹ ਮਹਾਰਾਜ ਦੇ ਪਾਸ ਆਇਆ,
70 ਸਾਲ ਦੀ ਉਮਰ ਹੈ, ਪੁੱਤਰ ਨਹੀਂ ਹੋ ਰਿਹਾ। ਸੇਵਾ ਕਰੀ ਉਸਨੇ, ਸੰਗਤਾਂ ਦਾ ਪਾਲਾ ਦੂਰ ਕਰਿਆ। ਮਹਾਰਾਜ ਕਹਿੰਦੇ, ਚੰਗਾ ਭਾਈ ਆਦਮ, ਤੇਰੀ ਕਿਸਮਤ ਤਾਂ ਨਹੀਂ ਲਿਖਿਆ, ਤੇ ਅਸੀਂ ਐਂ ਕਰਦੇ ਹਾਂ, ਆਪਣਾ ਚੌਥਾ ਪੁੱਤਰ ਤੇਰੇ ਘਰ ਭੇਜ ਦਿੰਦੇ ਹਾਂ, ਉਹਦਾ ਨਾਂ ਭਾਈ ਭਗਤੂ ਰੱਖਣੀ, ਜਮਾਂਦਰੂ ਸਿੱਧ ਹੋਏਗਾ। ਇਸੇ ਤਰ੍ਹਾਂ ਬਾਬਾ ਅਤਰ ਸਿੰਘ ਜੀ ਮਹਾਰਾਜ, ਮਹਾਰਾਜ ਜੀ ਤੋਂ ਪਹਿਲਾਂ ਜਿਹੜੇ ਸੀ ਰੇਰੂ ਸਾਹਿਬ ਵਾਲੇ, ਆਪ ਕਲਪਾਨੀ ਨਦੀ ਦੇ ਕੰਢੇ ਬੈਠੇ ਨੇ, ਫਰੰਟੀਅਰ ਵਿੱਚ, ਜਿੱਥੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਹੋਏ ਨੇ, ਉੱਥੇ ਆਪ ਦਰਸ਼ਨ ਕਰਨ ਜਾਇਆ ਕਰਦੇ ਸੀ। ਅੱਜ ਆਪ ਬੈਠੇ ਨੇ ਅਤੇ ਦੂਰੋਂ ਹਨੇਰੀ ਰਾਤ ਹੈ, ਇੱਕ ਲਾਲਟੈਨ ਦਾ ਚਾਨਣਾ ਨਜ਼ਰ ਆਇਆ ਸੇਵਾਦਾਰ ਨੂੰ, ਗੌਰ ਨਾਲ ਦੇਖਦਾ ਰਿਹਾ, ਕਿਉਂਕਿ ਕਬਾਇਲੀ ਇਲਾਕਾ ਸੀ, ਉੱਥੇ ਬੰਦਿਆਂ ਨੂੰ ਚੁੱਕ ਕੇ ਲਿਜਾ ਕੇ ਕਿਡਨੈਪ ਕਰਕੇ ਉਹਦੇ ਪੈਸੇ ਮੰਗਿਆ ਕਰਦੇ ਸੀ। ਫਿਰ ਵੀ ਇੰਨੇ ਪੈਸੇ ਦੇ ਜਾਓ, ਅਸੀਂ ਛੱਡ ਦਿੰਦੇ ਹਾਂ। ਥੋੜ੍ਹੀ ਦੇਰ ਦੇਖਿਆ, ਜਦੋਂ ਦੇਖਿਆ ਵੀ ਵਾਧੇ ਤੁਰੇ ਆਉਂਦੇ ਨੇ, ਬੇਨਤੀ ਕਰੀ, ਮਹਾਰਾਜ ਆਹ ਰੋਸ਼ਨੀ ਆਪਣੇ ਵੱਲ ਨੂੰ ਵਾਧੇ ਤੁਰੀ ਜਾਂਦੀ ਹੈ। ਮਹਾਰਾਜ ਬੋਲੇ, ਕਹਿਣ ਲੱਗੇ, ਕੋਈ ਨਹੀਂ ਸੇਵਾਦਾਰ, ਇਹ ਮਿੱਤਰਤਾ ਦੀ ਖੁਸ਼ਬੂ ਆ ਰਹੀ ਹੈ, ਦੁਸ਼ਮਣੀ ਦੀ ਦੁਰਗੰਧੀ ਨਹੀਂ ਆ ਰਹੀ, ਆ ਜਾਣਦੇ। ਹੌਲੀ ਹੌਲੀ ਕੀ ਦੇਖਦੇ ਨੇ, ਇੱਕ 90 ਸਾਲ ਦਾ ਬੰਦਾ, ਸਰੀਰ ਤੰਦਰੁਸਤ, ਬਹੁਤ ਸੋਹਣਾ ਸਰੀਰ ਹੈ, ਲਾਲਟੈਨ ਹੱਥ ਵਿੱਚ ਹੈ, ਇਕੱਲਾ ਤੁਰਿਆ ਆ ਰਿਹਾ ਹੈ, ਆ ਕੇ ਸਿਜਦਾ ਕਰਿਆ। ਕਹਿੰਦਾ, ਪੀਰ ਜੀ, ਕਿਰਪਾ ਕਰਕੇ ਮੇਰੀ ਮੰਗ ਪੂਰੀ ਕਰੋ, ਮੈਂ ਮੰਗਤਾ ਬਣ ਕੇ ਚੋਲੀ ਅੜ ਕੇ ਤੁਹਾਡੇ ਦੁਆਰੇ ਆਇਆ, ਖੈਰ ਪਾ ਦਿਓ। ਮਹਾਰਾਜ ਕਹਿਣ ਲੱਗੇ, ਕੀ ਗੱਲ? ਕਹਿੰਦੇ, ਮਹਾਰਾਜ ਮੈਂ 5 ਸ਼ਾਦੀਆਂ ਕਰਾ ਚੁੱਕੇ, ਬੜੀ ਜ਼ਮੀਨ ਜਾਇਦਾਦ ਆ ਮੇਰੇ ਕੋਲ, ਪਰ ਮੇਰੇ ਪੁੱਤਰ ਦਾ ਮੂੰਹ ਦੇਖਣਾ ਨਸੀਬ ਨਹੀਂ ਹੋਇਆ, ਔਲਾਦ ਨਹੀਂ ਹੋਈ ਕੋਈ ਵੀ, 2 ਚੜ੍ਹਾਈ ਕਰ ਚੁੱਕੀਆਂ ਨੇ, 90 ਸਾਲ ਦੀ ਮੇਰੀ ਉਮਰ ਹੈ, ਅਤੇ ਤੀਸਰੀ ਜਿਹੜੀ ਆ ਉਹ 70 ਸਾਲ ਦੀ ਹੈ, ਚੌਥੀ 60 ਸਾਲ ਦੀ ਹੈ, 5ਵੀਂ 50 ਸਾਲ ਦੀ ਹੈ। ਚੁੱਪ ਕਰ ਗਏ, ਦੇਖਿਆ, ਕਹਿਣ ਲੱਗੇ, ਖਾਨ ਸਾਹਿਬ, ਜੇ ਗੁਰੂ ਨਾਨਕ ਦੇ ਘਰੋਂ ਦਬਾਉਣਾ ਹੀ ਹੈ ਤਾਂ ਵੱਡੀ ਬੇਗਮ ਨੂੰ ਇਹ ਦਵਾਵਾਂਗੇ, 70 ਸਾਲ ਦੀ, ਨਾ ਮੈਡੀਕਲ ਸਾਇੰਸ ਇਸ ਗੱਲ ਨੂੰ ਮੰਨਦੀ ਹੈ, ਨਾ ਦਲੀਲ ਮੰਨਦੀ ਹੈ। ਕਹਿੰਦੇ, ਜਾ ਗੁਰੂ ਨਾਨਕ ਦੇ ਘਰੋਂ ਤੈਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਏਗੀ, ਅਤੇ ਨੌਂ ਅੱਲਾ ਦਿੱਤਾ ਰੱਖੀ, ਅੱਲਾ ਦਾ ਦਿੱਤਾ ਹੋਇਆ। ਤੋ ਦੂਸਰੇ ਸਾਲ ਕਹਿਣ ਲੱਗਿਆ, ਪੀਰ ਜੀ, ਜੇ ਮੇਰੀ ਝੋਲੀ ਵਿੱਚ ਖੈਰ ਪੈ ਗਈ ਤਾਂ ਮੈਂ ਸ਼ਰ੍ਹਾਂ ਸ਼ੁਰਾਂ ਨੂੰ ਪਾਸੇ ਲਾ ਕੇ ਢੋਲ ਵਜਾਉਂਦਾ, ਨਾਚ ਕਰਦਾ, ਭੰਗੜੇ ਪਾਉਂਦਾ, ਤੇਰੇ ਦਰ 'ਤੇ ਆਉਂਦਾ। ਤੋ ਮਹਾਰਾਜ ਆ ਦੂਸਰੇ ਸਾਲ ਗਏ, ਬੱਚਾ ਕੁਛੜ ਚੱਕਿਆ ਹੋਇਆ, ਬੇਗਮਾਂ ਨਾਲ ਨੇ ਵਾਜਿਆ, ਢੋਲ ਵੱਜ ਰਹੇ, ਅਤੇ ਆਪਦੀ ਦਰਗਾਹ ਵਿੱਚ ਪੇਸ਼ ਹੋਇਆ, ਲਿਆ ਕੇ ਬੱਚਾ ਚਰਨਾਂ 'ਤੇ ਰੱਖ, ਲਓ ਪਾਤਸ਼ਾਹ ਇਹ ਦਾਤ ਹੈ ਤੁਹਾਡੀ ਦਿੱਤੀ ਹੋਈ। ਮਹਾਂਪੁਰਸ਼ਾਂ ਨੇ ਮਸਤਕ ਦੇ ਉੱਤੇ ਆਪਣਾ ਪਵਿੱਤਰ ਹੱਥ ਰੱਖਿਆ, ਅਸੀਸ ਦਿੱਤੀ। ਤੋ ਇਹ ਦਾਤੇ ਹੁੰਦੇ ਨੇ, ਜੋ ਕੁਛ ਕਰੇ ਸੋਈ ਪ੍ਰਭ ਮਾਨੇ ਹੋਏ, ਰਾਮ ਨਾਮ ਰੰਗ ਰਾਤੇ, ਬਾਦਸ਼ਾਹ ਹੋਇਆ ਕਰਦੇ ਨੇ ਦੁਨੀਆਂ ਦੇ, ਸਾਰੀ ਦੇ ਸਾਰਾ ਕੁਛ ਹੱਥ ਹੁੰਦਾ ਉਹਨਾਂ ਦੇ। ਤੋ ਇਸ ਤਰ੍ਹਾਂ ਜਹਾਂਗੀਰ ਖੜ੍ਹਾ, ਬੀਬੀ ਸਾਹਮਣੇ ਖੜ੍ਹੀ ਹੈ, ਕਹਿੰਦੀ, ਹੁਕਮ ਨਹੀਂ ਹੈ ਬਾਦਸ਼ਾਹ ਦਾ ਤੁਹਾਨੂੰ ਅੱਗੇ ਜਾਣ ਦਾ। ਹੁਣ ਹੈਰਾਨ ਹੁੰਦਾ ਹੈ ਵੀ ਜਿਹਦਾ ਹੁਕਮ ਸਾਰੇ ਹਿੰਦੁਸਤਾਨ 'ਤੇ ਚੱਲਦਾ ਹੈ, ਉਹਨੂੰ ਵੀ ਹੈ ਕੋਈ ਜਿਹੜਾ ਹੁਕਮ ਦੇ ਕੇ ਰੋਕ ਦੇਵੇ ਵੀ ਅੱਗੇ ਨਹੀਂ ਪੈਰ ਰੱਖਣਾ, ਚੋਲੀ ਅੱਡੀ ਹੋਈ ਹੈ, ਹੁਕਮ ਮੰਨ ਲਿਆ। ਕਹਿਣ ਲੱਗੇ, ਕੀ ਕੰਮ ਹੈ, ਕਾਹਦੇ ਵਾਸਤੇ ਆਏ ਹੋ, ਚੋਲੀ ਕਿਸ ਵਾਸਤੇ ਅੱਡੀ ਹੈ? ਕਹਿਣ ਲੱਗੇ, ਇੱਕ ਪੁੱਤਰ ਦੀ ਖੈਰ ਮੰਗਦੇ, ਕਿਉਂਕਿ ਪੁੱਤਰ ਦੀ ਖੈਰ ਬੜੇ ਕੰਮ ਕਰਾ ਦਿੰਦੀ ਹੈ। ਮਹਾਰਾਜ ਭੁਪਿੰਦਰ ਸਿੰਘ, ਮਹਾਰਾਜ ਯਾਦਵਿੰਦਰ ਸਿੰਘ ਦਾ ਪਿਤਾ, ਪਟਿਆਲੇ ਵਾਲੇ ਰਾਜੇ, ਆਪਦੇ ਕਾਫੀ ਦੇਰ ਔਲਾਦ ਨਾ ਹੋਈ, ਉਸ ਵੇਲੇ ਦੇਖਿਆ, ਕਿਸੇ ਨੇ ਦੱਸਿਆ ਵੀ ਵਿਦੌਸੀ ਵਾਲੇ ਸੰਤ ਬੀਰ ਮਦਾਸ ਉਹ ਮਸਤਾਨੀ ਅਵਸਥਾ 'ਚ ਰਹਿੰਦੇ ਨੇ, ਅਤੇ ਉਹਨਾਂ ਦੇ ਦਰ 'ਤੇ ਜਾ ਕੇ ਜੇ ਖੈਰ ਮੰਗੀ ਜਾਵੇ ਝੋਲੀ 'ਚ ਪੈ ਜਾਏਗੀ। ਨਾਲ ਇਹ ਦੱਸ ਦਿੱਤਾ ਕਿ ਉਹ ਲਿਹਾਜ਼ ਨਹੀਂ ਕਰਦੇ, ਡੰਡਾ ਪਿੱਠ 'ਚ ਪੈਂਦਾ ਜਿਹੜਾ ਨੇੜੇ ਜਾਂਦਾ, ਜੇ ਸਹਿ ਲਵੇ ਤਾਂ ਮਿਲ ਜਾਂਦਾ, ਜੇ ਗੁੱਸੇ ਹੋ ਜਾਵੇ ਫਿਰ ਨਹੀਂ ਮਿਲਦਾ। ਅਤੇ ਅੱਜ ਮਹਾਤਮਾ ਅੰਤਰ ਆਤਮੇ ਜਾਣਗੇ ਕਿ ਇੱਕ ਵੱਡਾ ਮੰਗਤਾ ਤੁਰਿਆ ਆ ਰਿਹਾ,
ਆਪ ਇੱਕ ਵਾਹੇ ਹੋਏ ਖੇਤ 'ਚ ਛੋਲਿਆਂ ਦਾ ਵੱਢ ਬੜੇ ਬੜੇ ਡਲੇ ਪਏ ਨੇ, ਪੈੜੀ ਜ਼ਮੀਨ ਹੈ, ਉੱਥੇ ਬੈਠੇ ਧੁੱਪੇ ਹੀ ਬੈਠੇ ਅਤੇ ਇਹਨੇ ਦੂਰ ਆ ਕੇ ਮਹਾਰਾਜ ਨੇ ਕਾਰ ਰੋਕੀ ਆਪਣੀ, ਜੁੱਤੀ ਲਾਹ ਤੀ, ਡਲਿਆ 'ਚ ਹੀ ਤੁਰਿਆ ਜਾਂਦਾ, ਕਦੇ ਤੁਰਿਆ ਨਹੀਂ ਹੈ, ਬੜਾ ਔਖਾ ਹੈ ਜਿਹੜਾ ਕਦੇ ਤੁਰਿਆ ਨਾ ਹੋਵੇ ਔਖੇ ਥਾਂ, ਉਹਦੇ ਤਾਂ ਪੈਰ ਤੁਰੇ ਨਹੀਂ ਸਕਦੇ, ਬਹੁਤ ਔਖਾ, ਲੇਕਿਨ ਗਰਜਦਾ ਬੰਨਿਆ ਹੋਇਆ ਤੁਰਿਆ ਜਾ ਰਿਹਾ। ਸੰਤ ਕਹਿਣ ਲੱਗੇ ਵੀ ਵੱਡਾ ਮੰਗਤ ਆ ਰਿਹਾ, ਅੱਜ ਸੋਟੀ ਨਾ ਲਿਆਓ, ਬਾਂਸ ਲੈ ਕੇ ਆਓ। ਦੂਰੋਂ ਹੀ ਦਬਕਾ ਮਾਰਿਆ, ਕਹਿੰਦੇ ਦੂਰ ਰਹਿ ਇੱਥੋਂ, ਸਾਡੇ ਨੇੜੇ ਨਾ। ਇਹਨੇ ਉੱਥੇ ਹੀ ਮੱਥਾ ਟੇਕਤਾ, ਉਹਨਾਂ ਨੇ ਬਾਂਸ ਚੱਕ ਕੇ ਪਿੱਠ 'ਤੇ ਜ਼ੋਰ ਨਾਲ ਮਾਰਿਆ, ਇੱਕ ਖਾ ਲਿਆ, ਦੂਜਾ ਫੇਰ, ਤੀਜਾ ਫੇਰ, ਚੌਥਾ ਫੇਰ। ਉਹ ਕਹਿੰਦੇ ਉਹ ਸਬਰ ਵੀ ਕਰ, ਬਸ ਵੀ ਕਰ, ਜਾ ਰੜ ਜਾ। ਕਹਿੰਦਾ ਕਿੰਨੇ ਪੁੱਤਰ ਹੋਏ, ਦਾਤ ਦੇ ਤੀ ਸਾਸ ਨੂੰ। ਸੋ ਇਸ ਤਰ੍ਹਾਂ ਝੋਲੀ ਅੱਗੇ ਖੜਾ, ਕਹਿੰਦੀ ਰੁਕੋ ਮੈਂ ਜਾਇਆ ਵਾਂ ਹੇਠਾਂ, ਭੋਰੇ 'ਚ ਗਈ ਜਾ ਕੇ, ਕਹਿੰਦੀ ਮਹਾਰਾਜ ਸ਼ਹਿਨਸ਼ਾਹ ਹਿੰਦ ਇੱਕ ਫਰਜ਼ੰਦ ਦੀ ਅਰਜਦਾਸ਼ਤ ਆਪਦੇ ਦਰਬਾਰ 'ਚ ਗੁਜ਼ਾਰੇ। ਕਹਿੰਦੇ ਜਾਓ, ਕਹਿ ਦਿਉ ਇੱਕ ਹੋ ਜਾਏਗਾ, ਜਾਓ ਹੋਏਗਾ। ਵਾਪਸ ਚਲਿਆ ਗਿਆ, ਖੁਸ਼ੀਆਂ ਮਨਾਈਆਂ ਜਾ ਰਹੀਆਂ, ਸ਼ਾਹਜਹਾਨ ਦਾ ਜਨਮ ਹੋ ਗਿਆ, ਬੜੀਆਂ ਖੁਸ਼ੀਆਂ ਮਨਾਈਆਂ ਅਤੇ ਅਜੀਬ ਭੇਟਾ ਤਿਆਰ ਕਰ ਲਈ। ਅਤੇ ਉਸ ਵੇਲੇ ਵੱਡੇ ਵੱਡੇ ਦੀਵੇ ਬਣਾਏ ਸੋਨੇ ਦੇ, ਚਿਰਾਗ ਬਣਾਏ, ਛੋਟੇ ਬਣਾਏ, ਵੱਡੇ ਬਣਾਏ, ਚਾਰ ਬਹੁਤ ਵੱਡੇ ਬਣਾਏ ਜਿਹਨਾਂ 'ਚ ਮਣ ਮਣ ਤੇਲ ਪੈ ਜਾਵੇ। ਦੁਬਾਰਾ ਧੂਮਧਾਮ ਨਾਲ ਬੈਂਡ ਵਾਜੇ ਵਜਾਉਂਦਾ ਆ ਰਿਹਾ। ਮਹਾਤਮਾ ਨੇ ਫਿਰ ਪੁੱਛਿਆ ਵੀ ਆਹ ਰੌਲਾ ਕਿਹੜੀ ਚੀਜ਼ ਦਾ? ਕਹਿਣ ਲੱਗੀ ਮਹਾਰਾਜ ਸ਼ਹਿਨਸ਼ਾਹ ਹਿੰਦ ਆਪਦੇ ਦਰ 'ਤੇ ਆ ਰਿਹਾ, ਆਪਦੀ ਦੁਆ ਦੇ ਨਾਲ, ਬਖਸ਼ਿਸ਼ ਦੇ ਨਾਲ ਇੱਕ ਫਰਜ਼ੰਦ ਇਸ ਨੂੰ ਪ੍ਰਾਪਤ ਹੋ ਗਿਆ, ਲੜਕਾ ਹੋ ਗਿਆ, ਉਹ ਆਪਦੇ ਚਰਨਾਂ 'ਚ ਭੇਟਾ ਕਰਨ ਵਾਸਤੇ ਆ ਰਹੇ। ਕਹਿੰਦੇ ਰੁਕ ਜਾਵੇ ਬਾਹਰ, ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ, ਬੱਚੇ ਨੂੰ ਸਾਡੇ ਕੋਲ ਲੈ ਆਓ। ਉਸ ਬੀਬੀ ਨੇ, ਬਾਨੋ ਨੇ ਬੱਚਾ ਫੜਿਆ, ਮਹਾਂਪੁਰਸ਼ਾਂ ਦੇ ਚਰਨਾਂ 'ਤੇ ਲਟਾ ਤਾ, ਲੇਖ ਦੇਖੇ, ਖੁਸ਼ੀ ਕੀਤੀ, ਬੱਚਾ ਵਾਪਸ ਕਰਤਾ। ਕਹਿਣ ਲੱਗੀ ਮਹਾਰਾਜ ਉਹ ਖੁਸ਼ੀ ਕਰਨ ਵਾਸਤੇ ਆਪ 'ਤੇ ਆਗਿਆ ਮੰਗ ਰਹੇ ਨੇ, ਕਹਿੰਦੇ ਕੀ ਕਰਨਾ ਚਾਹੁੰਦੇ ਹੈ? ਕਹਿੰਦੇ ਮਹਾਰਾਜ ਸੋਨੇ ਦੇ ਦੀਵਿਆਂ ਦੇ ਅੰਦਰ ਸਾਰੀ ਰਾਤ ਇਸ ਥਾਂ ਦੇ ਉੱਤੇ ਚਾਨਣਾ ਕਰਨਾ, ਰੋਸ਼ਨੀ ਕਰਨੀ ਚਾਹੁੰਦੇ। ਕਹਿੰਦੇ ਇਜਾਜ਼ਤ ਹੈ, ਕਰ ਸਕਦੇ। ਰੋਸ਼ਨੀ ਹੋਈ ਅਤੇ ਅੱਜ ਤੱਕ ਹੁੰਦੀ ਤੁਰੀ ਆਉਂਦੀ ਹੈ, ਜਿਹਨੂੰ ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਕਹਿੰਦੇ। ਸੋ ਰਾਜਾ ਸਗਲੀ ਸ੍ਰਿਸ਼ਟ ਕਾ ਹਰਨਾਮ ਮਨ ਪਿੰਨਾ, ਉਹ ਰਾਜਾ ਹੈ, ਬਾਦਸ਼ਾਹ ਹੈ, ਲੇਕਿਨ ਸੰਸਾਰ ਇਸ ਗੱਲ ਨੂੰ ਨਹੀਂ ਸਮਝਦਾ। ਮਹਾਰਾਜ ਕਹਿੰਦੇ ਉਹ ਧਨ ਖੱਟ ਲੈ, ਜਿਹੜੇ ਧਨ ਦੀ ਕਦੇ ਤੋਟ ਨਾ ਆ ਸਕੇ, ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਸਾਰ ਹਰ ਹਰ।
ਖੜਨਾ ਪੈਂਦਾ। ਅਸੀਂ ਤਾਂ ਐਂ ਸਮਝਦੇ ਹਾਂ ਵੀ ਹੁਣੇ ਜਾਓ ਹੁਣੇ ਨਾਮ ਮਿਲ ਜੇ, ਗਿਣਤੀਆਂ ਮਿਣਤੀਆਂ ਵਧਾਉਣੀਆਂ ਨੇ। ਨਾਮ ਬਹੁਤ ਕੀਮਤੀ ਚੀਜ਼ ਹੈ ਸਾਧ ਸਿੰਘ ਜੀ, ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਏ। ਮੁੱਲ ਕੀ ਦੇਣਾ ਕਹਿੰਦੇ, ਤਾਜੇ ਅਪਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇ ਪਸੰਤ ਐ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ, ਤਨ ਤਨ ਕਹਿ ਸਭ ਕੋਈ, ਮੁਖ ਉਜਲ ਹਰ ਦਰ ਗੇ ਸੋਏ, ਇਹ ਵਪਾਰ ਬਿਰਲਾ ਵਪਾਰ, ਨਾਨਕ ਤਾਂ ਕਹਿ ਸਦ ਬਲਿਹਾਰ। ਮੰਗਤਾ ਬਣ ਕੇ ਜਦ ਅਸੀਂ ਮੰਗਦੇ ਹਾਂ ਫਿਰ ਨਾਮ ਮਿਲ ਜਾਂਦਾ। ਮੰਗਤ ਜਨ ਦੀਨ ਹਰੇ ਦਰ ਠੱਗ, ਇਹ ਗੁਰੂ ਮਹਾਰਾਜ ਅਸੀਂ ਮੰਗਤੇ ਬਣ ਕੇ ਤੇਰੇ ਦਰਵਾਜ਼ੇ 'ਤੇ ਖੜ੍ਹੇ। ਅਤ ਤਰਸਨ ਕੋ ਦਾਨ ਦੀਜੈ, ਤਰਸ ਕਰੋ ਸਾਡੇ, ਅਤੀ ਤਰਸ ਕਰੋ, ਥੋੜ੍ਹੇ ਜਿਹੇ ਤਰਸ ਨਾਲ ਨਹੀਂ ਸਾਡਾ ਗੁਜ਼ਾਰਾ ਚੱਲਣਾ, ਅਤੀ ਤਰਸ ਕਰ ਦਿਉ ਅਤੇ ਦਾਨ ਦੇ ਦਿਉ। ਤਰਾ ਤਰਾ ਸ਼ਰਨ ਪ੍ਰਭ ਆਏ, ਰੱਖ ਲਓ ਹੇ ਮਹਾਰਾਜ, ਰੱਖ ਲਓ ਸਾਨੂੰ ਥੋੜ੍ਹੀ ਸ਼ਰਨ ਆਏ। ਮੋਕੋ ਗੁਰਮਤਿ ਨਾਮ ਦ੍ਰਿੜੀ, ਮੈਨੂੰ ਦ੍ਰਿੜ ਕਰਾ ਦਿਉ ਗੁਰਮਤਿ ਨਾਮ। ਕਾਮ ਕ੍ਰੋਧ ਨਗਰ ਮੈਂ ਸਵਲਾ, ਕਹਿੰਦੇ ਇੱਥੇ ਤਾਂ ਬਹੁਤ ਤਕੜੀਆਂ ਲਹਿਰਾਂ ਨੇ, ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਅਹੰਕਾਰ ਦੀਆਂ, ਈਰਖਾ, ਨਿੰਦਿਆ, ਚੁਗਲੀ ਦੀਆਂ ਬਹੁਤ ਸਵਲ ਨੇ, ਬਹੁਤ ਤਕੜੀਆਂ ਨੇ। ਨਿਤ ਉੱਠ ਉੱਠ ਜੂਝ ਕੀਜੈ, ਰੋਜ਼ ਸਵੇਰੇ ਉੱਠ ਕੇ ਪਹਿਲਾਂ ਅਸੀਂ ਇਹਨਾਂ ਨਾਲ ਲੜਦੇ ਹਾਂ ਮਹਾਰਾਜ। ਅੰਗੀਕਾਰ ਕਰੋ, ਰੱਖ ਲੇ ਵੋ, ਮੇਰਾ ਹੁਣ ਜ਼ੋਰ ਨਹੀਂ ਚੱਲਦਾ, ਤੁਸੀਂ ਮੇਰੇ ਹੀ ਰਾਖੀ ਕਰੋ, ਮੈਨੂੰ ਰੱਖ ਲਓ। ਗੁਰਪੂਰਾ ਕਾਢ ਕਬੀਜਾ, ਗੁਰੂ ਪੂਰੇ ਤੇ ਬਗੈਰ ਇਹ ਦੁਸ਼ਟ ਨਹੀਂ ਮੇਰੇ ਅੰਦਰੋਂ ਜਾਣੇ। ਅੰਤਰ ਅਗਨ ਸਵਲ ਹੱਤ ਵਿਖਿਆ, ਕਹਿੰਦੇ ਪੋਇਜ਼ਨ ਭਰੀ ਪਈ ਹੈ ਅੰਦਰ ਤ੍ਰਿਸ਼ਨਾ ਦੀ, ਤੇ ਅੱਗ ਲੱਗੀ ਪਈ ਹੈ ਮਹਾਰਾਜ। ਹੇਵ ਸੀਤਲ ਸ਼ਬਦ ਗੁਰ ਦੀਜਾ, ਮੈਨੂੰ ਠੰਡਾ ਠਾਰ ਨਾਮ ਦੇ ਦਿਉ, ਇਹ ਅੱਗ ਬੁੱਝ ਜਾਵੇ, ਤਨ ਮਨ ਸ਼ਾਂਤ ਹੋਏ ਅਟਕਾਈ, ਰੋਗ ਕੱਟ ਹੈ ਸੁਖ ਸੁਖ ਸਭੀ, ਮੇਰੇ ਰੋਗ ਨਿੰਦਿਆ ਚੁਗਲੀ ਈਰਖਾ ਹੋਮੈ ਦੇ ਰੋਗ ਕੱਟੇ ਜਾਣ, ਇਹ ਮੇਰਾ ਤਨ ਮਨ ਸ਼ਾਂਤ ਹੋ ਜਾਵੇ। ਜਦੋਂ ਅਸੀਂ ਇਸ ਤਰ੍ਹਾਂ ਨਾਮ ਦੀ ਦਾਤ ਮੰਗਾਂਗੇ, ਫਿਰ ਦਾਤਾ ਜਿਹੜਾ ਹੈ ਬਿਨ ਸਤਿਗੁਰ ਨਾਉ ਨਾ ਪਾਈਐ, ਬੂਝੋ ਕਰ ਵਿਚਾਰ, ਬਗੈਰ ਸਤਿਗੁਰੂ ਤੇ ਨਾਮ ਨਹੀਂ ਮਿਲਦਾ, ਕਹਿੰਦੇ ਵਿਚਾਰ ਕਰਕੇ ਬੂਝੋ। ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਲੇਕਿਨ ਭਾਗ ਪੂਰੇ ਹੋਣ ਤਾਂ ਹੀ ਗੁਰੂ ਦੀ ਸ਼ਰਨ ਆ ਜਾਵੇ। ਪੂਰੇ ਸਮਰੱਥ ਗੁਰੂ ਦੀ, ਚਾਰ ਪੰਜ ਕਿਸਮ ਦੇ ਗੁਰੂ ਹੁੰਦੇ ਨੇ। ਪਹਿਲਾ ਗੁਰੂ ਤਾਂ ਹੋਇਆ ਕਰਦਾ ਕੱਚਾ, ਐਵੇਂ ਹੀ ਮਗਰ ਲਾ ਲੈਂਦਾ। ਦੂਸਰਾ ਗੁਰੂ ਹੋਇਆ ਕਰਦਾ ਅੰਨਾ, ਰਾਹ ਦਾ ਆਪ ਨੂੰ ਨਹੀਂ ਪਤਾ ਹੁੰਦਾ, ਦੂਜਿਆਂ ਨੂੰ ਦੱਸਦਾ ਫਿਰਦਾ। ਤੀਸਰਾ ਗੁਰੂ ਹੋਇਆ ਕਰਦਾ ਪੜ੍ਹਿਆ ਲਿਖਿਆ ਵਿਦਵਾਨ, ਜਾਣਦਾ ਸਭ ਕੁਛ ਹੈ, ਲੇਕਿਨ ਅਖਤਿਆਰ ਨਹੀਂ ਉਹਦੇ ਕੋਲ ਹੁੰਦਾ, ਡਰਾਮਾ ਤਾਂ ਕਰ ਸਕਦਾ ਫਿਲਮ ਵਾਲਿਆਂ ਵਾਂਗ, ਫਿਲਮ ਦੇ ਅੰਦਰ ਫਾਂਸੀ ਦੇ ਦਿੰਦੇ ਨੇ, ਗੋਲੀ ਮਾਰ ਦਿੰਦੇ, ਅਖਤਿਆਰ ਤਾਂ ਹੈ ਨਹੀਂ, ਉਹ ਤਾਂ ਇੱਕ ਡਰਾਮਾ ਹੈ। ਇਸੇ ਤਰ੍ਹਾਂ ਜਿਹੜਾ ਵਿਦਵਾਨ ਗੁਰੂ ਹੈ ਉਹਦੇ ਕੋਲ ਅਖਤਿਆਰ ਨਹੀਂ ਹੁੰਦਾ ਜਗਿਆਸੂ ਨੂੰ ਤਾਰਨ ਦਾ, ਜਗਿਆਸੂ ਨੂੰ ਤਾਰਨ ਦਾ ਜੇ ਕਿਸੇ ਕੋਲ ਅਖਤਿਆਰ ਹੈ ਉਹ ਸਮਰੱਥ ਗੁਰੂ ਹੋਇਆ ਕਰਦਾ। ਸਮਰੱਥ ਗੁਰੂ ਕਲਯੁਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦਸ ਰੂਪਾਂ 'ਚ ਆਏ, ਅਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਦਰ ਬਿਰਾਜਮਾਨ ਨੇ ਸਾਡੇ ਕੋਲ। ਘਰ ਕਿਉਂ ਛੱਡਣਾ ਹੈ ਆਪਣਾ, ਬਗਾਨੇ ਜਾ ਕੇ ਘਰ ਚਲੇ ਜਾਓ, ਉੱਥੇ ਮੰਗਤੇ ਬਣ ਜਾਈਦਾ। ਆਪਣੇ ਮਾਂ ਬਾਪ ਦੇ ਨਾਲ ਅਸੀਂ ਲਾਡ ਨਾਲ ਗੱਲ ਕਰ ਸਕਦੇ ਹਾਂ, ਕਿਉਂਕਿ ਅਸੀਂ ਇਹਨਾਂ ਦੇ ਹੀ ਹਾਂ, ਸਾਡੇ ਬਾਪ ਵੀ ਇਹਨਾਂ ਦੇ, ਦਾਦੇ ਵੀ ਇਹਨਾਂ ਦੇ, ਇਹ ਘਰ ਨਹੀਂ ਆਪਣਾ ਛੱਡਣਾ ਚਾਹੀਦਾ। ਮੰਗੋ ਇਹਨਾਂ 'ਤੇ, ਇੰਨਾ ਸਿਖਾਲਾ ਤਾਂ ਨਹੀਂ ਨਾਮ ਮਿਲਣਾ,
ਵੀ ਗਏ ਤੇ ਨਾ ਮਿਲੇ ਤੇ ਵਾਸਤੇ ਕੁਛ ਕਰਨਾ ਪਏਗਾ। ਗੁਰੂ ਦਸ਼ਮੇਸ਼ ਪਿਤਾ ਨੇ ਜੋ ਦਾਤ ਸ਼ਬਦ ਗੁਰੂ ਦੇ ਕੋਲ ਹੈ ਇਹ ਪੰਜਾਂ ਪਿਆਰਿਆਂ ਦੇ ਰਾਹੀਂ ਦਿੰਦੇ ਨੇ, ਅੰਮ੍ਰਿਤ ਛਕਾਉਂਦੇ ਨੇ ਉਹ ਤੇ ਬਾਅਦ ਪੰਜੇ ਪਿਆਰੇ ਇਕੱਠੇ ਹੋ ਕੇ ਨਾਮ ਦਿੰਦੇ ਨੇ, ਇੱਕ ਨਹੀਂ ਦਿੰਦਾ ਇਕੱਠੇ ਹੋ ਕੇ। ਫਿਰ ਸੰਤਾਂ ਦੀ ਸੰਗਤ ਕਰੋ, ਸੰਤ ਗੁਰੂ ਮਹਾਰਾਜ ਦੇ ਵਿੱਚ ਸਮਾ ਕੇ ਰਹਿੰਦੇ, ਆਪਣੇ ਆਪ ਨੂੰ ਵੱਖਰਾ ਨਹੀਂ ਕਰਾਉਂਦੇ ਵੀ ਆਪਣੀ ਪੂਜਾ ਕਰਾਓ ਆਪ ਗੁਰੂ ਬਣੋ, ਉਹ ਇਹਨਾਂ ਦੇ ਵਿੱਚ ਰਹਿੰਦੇ ਨੇ, ਇਹਨਾਂ ਦੇ ਪਿੱਛੇ ਲਾਉਂਦੇ ਨੇ। ਗੁਰੂ ਕਿਤੇ ਚਲਿਆ ਗਿਆ, ਜੇ ਗੁਰੂ ਚਲਿਆ ਜਾਵੇ ਫਿਰ ਅਰਦਾਸਾਂ ਕਿਉਂ ਕਰੀਏ, ਫਿਰ ਤਾਂ ਅਰਦਾਸ ਸਾਡੀ ਐਵੇਂ ਹੋ ਗਈ ਵੀ ਉਹ ਤਾਂ ਦੂਰ ਚਲਿਆ ਗਿਆ। ਮਹਾਰਾਜ ਕਹਿੰਦੇ ਨਾ ਭੁਲੇਖਾ ਨਾ ਖਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਅਤੇ ਸਦਾ ਸਮਾਨ। ਜੇ ਤੈਨੂੰ ਨਹੀਂ ਦਿੰਦਾ ਤਾਂ ਨਾ ਸਹੀ, ਕੋਈ ਗੱਲ ਨਹੀਂ, ਤੂੰ ਵਿਸ਼ਵਾਸ ਵਿੱਚ ਤਾਂ ਆ, ਤੇਰੇ ਨਾਲ ਹੈ, ਵਿਸ਼ਵਾਸ ਵਿੱਚ ਰਹਿ। ਫਿਰ ਬੋਲਦਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਅੰਦਰ, ਕਦੇ ਬੋਲਦਾ ਜੇ ਕੋਈ ਗੁਰੂ ਦੂਸਰਾ ਹੈ, 10 ਲੱਖ ਬੰਦਾ ਉਹਦਾ ਫੋਲੋਅਰ ਹੋਵੇ, ਇੱਕ ਵਾਰੀ ਤਾਂ ਟਾਈਮ ਮਿਲ ਜੂ, ਮੁੜ ਕੇ ਸਾਰੀ ਜ਼ਿੰਦਗੀ ਟਾਈਮ ਨਹੀਂ ਮਿਲਦਾ ਦਰਸ਼ਨ ਕਰਨ। ਫਿਰ ਉਹ ਕਹਿੰਦੇ ਨੇ ਸਾਡੀਆਂ ਪੁਸਤਕਾਂ ਪੜ੍ਹੋ, ਫਿਰ ਇਹ ਜਿਹੜੀ ਪੱਕੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਸਾਧ ਸੰਗਤ ਦੀ, ਉਹੀ ਕਿਉਂ ਨਾ ਪੜ੍ਹੀ ਜਾਵੇ, ਕਿਉਂ ਘਰ ਛੱਡਿਆ ਜਾਵੇ। ਸੋ ਇਸ ਤਰ੍ਹਾਂ ਨਾਮ ਦੀ ਦਾਤ ਗੁਰੂ ਦੇ ਕੋਲ ਹੁੰਦੀ ਹੈ, ਮੈਨੂੰ ਸਤਿਗੁਰ ਨਾਉ ਨਾ ਪਾਈ ਹੈ ਬੁਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੂ। ਕਹਿੰਦੇ ਸਾਨੂੰ ਤਾਂ ਮਿਲੇ ਹੋਏ ਨੇ, ਨਹੀਂ ਭਾਈ ਮਿਲੇ ਹੋਏ ਵੀ ਨਹੀਂ ਮਿਲੇ ਹੋਏ, ਕਿਉਂਕਿ ਸਾਡੇ ਅੰਦਰ ਪਰਦਾ ਪਿਆ ਹੈ, ਅਸੀਂ ਸਮਝ ਨਹੀਂ ਰਹੇ ਸ਼ਬਦ ਗੁਰੂ ਨੂੰ ਕੀ ਹੈ, ਗੁਰੂ ਦੇ ਨਾਲ ਸਾਡੀ ਸਾਂਝ ਨਹੀਂ ਪੈ ਰਹੀ, ਕਦੇ ਪਿਆਰ ਨਹੀਂ ਆ ਰਿਹਾ, ਕਦੇ ਹਿਰਦੇ ਦੇ ਅੰਦਰ ਖਿੱਚ ਨਹੀਂ ਖਾ ਰਹੇ, ਕਿਉਂਕਿ ਅੰਦਰੋਂ ਗੁਮਰੱਠ ਜਿਹੇ ਹੋਏ ਹਾਂ, ਤਾਰ ਤੋੜੀ ਹੋਈ ਹੈ। ਤਾਰ ਜੋੜ ਲਓ ਗੱਲ ਖਤਮ ਹੋ ਜਾਏਗੀ। ਅਤੇ ਜਿਹਨਾਂ ਨੇ ਦੇਖਿਆ ਹੈ ਬਾਣੀ ਕਰੰਟ ਮਾਰਦੀ ਹੈ, ਕਰੰਟ ਆਉਂਦੀਆਂ ਸਹਿ ਨਹੀਂ ਸਕਦਾ ਅੰਦਰ, ਜਿਹਨਾਂ ਨੇ ਬਾਣੀ ਦੀ ਕਰੰਟ ਖਾਧੀ ਹੈ ਉਹਨਾਂ ਦਾ ਫਰਮਾਨ ਹੈ ਇਸ ਤਰ੍ਹਾਂ ਹੈ। ਗੁਰਾਂ ਨੇ ਮੇਰੇ ਓ ਮਾਰਿਆ, ਗੁਰਾਂ ਨੇ ਮੇਰੇ ਓ ਮਾਰਿਆ, ਮੇਰੇ ਪੈ ਗਿਆ ਤੇਰੇ ਤੇ।
ਮਾਰ ਮਾਰਿਆ ਪੂਰੇ ਗੁਰੂ ਨੇ। ਉੱਠ ਰਾਮ ਕੇ ਕਹੋ ਰਾਮ, ਬਹੁਤੀਆਂ ਗੱਲਾਂ ਨਹੀਂ ਸੀ ਕਿਉਂਕਿ ਉੱਥੇ ਜਗਿਆਸੂ ਹੋ ਕੇ ਆਇਆ ਸੀ। ਅਸੀਂ ਨਹੀਂ ਜਗਿਆਸੂ ਹੁੰਦੇ, 1430 ਪੰਨੇ ਦੇ ਵਿੱਚੋਂ ਬਾਣ ਲੱਗਦੇ ਨੇ, ਅਸੀਂ ਝੂਠ ਦੀ ਸੰਜੋਹ ਪਹਿਨ ਕੇ ਆਉਂਦੇ, ਇੱਕ ਨਹੀਂ ਲੱਗਣ ਦਿੰਦੇ, ਅਸੀਂ ਚਾਹੁੰਦੇ ਨਹੀਂ। ਸੋ ਇਹ ਫਰਕ ਹੈ ਸਾਡਾ, ਗੁਰੂ ਤਾਂ ਪੂਰਾ ਹੈ, ਡੱਠਣ ਦੀ ਲੋੜ ਨਹੀਂ ਹੈ, ਜਦ ਜੀ ਕਰਦਾ ਮਿਲ ਲਓ। ਮਹਾਰਾਜ ਕਹਿੰਦੇ ਘਰ ਘਰ ਹੋਏ ਬਹਿਗੇ ਰਾਮਾ, ਕੋਈ ਨਾ ਸਰੇ ਕਿਸੇ ਦਾ ਕਾਮਾ, ਬੇਅੰਤ ਗੁਰੂ ਬੇਅੰਤ ਚੇਲੇ ਹੋਣ। ਸੋ ਇਸ ਤਰ੍ਹਾਂ ਦੇ ਨਾਲ ਨਾਮ ਗੁਰੂ ਤੋਂ ਪ੍ਰਾਪਤ ਹੋਣ। ਸੋ ਅਸੀਂ ਵਿਚਾਰ ਕਰ ਰਹੇ ਸੀ ਪਿਛਲੀ ਵਾਰੀ ਕਿ ਗੁਰੂ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਪਾਸ ਮਾਤਾ ਜੀਤੋ ਜੀ ਸਾਡੇ ਭਰੇ ਵਾਸਤੇ ਹਾਜ਼ਰ ਹੋਏ ਅਤੇ ਮਹਾਰਾਜ ਪਾਸ ਬੇਨਤੀ ਕਰੀ ਕਿ ਮਹਾਰਾਜ ਗੁਰੂ ਨਾਨਕ ਦੇ ਘਰ ਨਾਮ ਪ੍ਰਧਾਨ ਹੈ ਅਤੇ ਕਿਰਪਾ ਕਰਕੇ ਨਾਮ ਦੇ ਬਾਰੇ, ਨਾਮ ਦੀ ਕੋਈ ਜੁਗਤ ਕਿਸ ਤਰ੍ਹਾਂ ਦੇ ਨਾਲ ਨਾਮ ਜਪਿਆ ਜਾਂਦਾ ਹੈ, ਕਿਰਪਾ ਕਰਕੇ ਦੱਸ ਫਰਮਾਓ ਆਪ। ਮਹਾਰਾਜ ਕਹਿਣ ਲੱਗੇ ਵੀ ਠੀਕ ਹੈ, ਤੁਸੀਂ ਜਾਣਦੇ ਹੋ, ਚਲੋ ਸੰਸਾਰ ਦਾ ਕਲਿਆਣ ਹੋ ਜਾਏਗਾ। ਮਹਾਰਾਜ ਨੇ ਤਿੰਨ ਗੱਲਾਂ ਜਿਹੜੀਆਂ ਕੱਲ੍ਹ ਦੱਸੀ, ਆਪਾਂ ਪਿਛਲੀ ਵਾਰੀ ਵਿਚਾਰ ਕਰੇ ਸੀ। ਪਹਿਲਾਂ ਤਾਂ ਇਹ ਕਿ ਵਾਹਿਗੁਰੂ ਬਾਰੇ ਜ਼ਰੂਰ ਪਛਾਣ ਹੋਣੀ ਚਾਹੀਦੀ। ਜੇ ਸਾਨੂੰ ਪਰਮੇਸ਼ੁਰ ਦੀ ਪਛਾਣ ਇਹ ਨਹੀਂ ਵੀ ਉਹ ਕਿਹਾ ਗਿਆ ਹੈ, ਕੀ ਸਾਡੇ ਨਾਲ ਸੰਬੰਧ ਹੈ ਅਤੇ ਸਾਡੇ ਵੱਲ ਉਹਦੀ ਕਹੀ ਜੀ ਦ੍ਰਿਸ਼ਟੀ ਹੈ ਅਤੇ ਉਹਨੂੰ ਮਿਲਣਾ ਕਿਉਂ ਜ਼ਰੂਰੀ ਹੈ, ਉਹਨਾਂ ਚਿਰ ਸੰਬੰਧ ਨਹੀਂ ਜੁੜਿਆ ਕਰਨਾ। ਕਿਉਂਕਿ ਬੰਦਾ ਹਿੱਤ ਦਾ ਹੈ, ਬੰਨਿਆ ਹੋਇਆ ਪਰਿਵਾਰ ਵਿੱਚ ਹਿੱਤ ਨਾਲ ਬੰਨਿਆ ਤੁਰਿਆ ਫਿਰਦਾ, ਕਮਾਈਆਂ ਕਰਦਾ। ਹਿੱਤ ਅੰਦਰ ਬਹੁਤ ਗਹਿਰਾ ਹੈ ਵੀ ਜਦ ਮੈਂ ਬੁੜਾ ਹੋ ਜਾਵਾਂਗਾ ਤਾਂ ਮੇਰੇ ਬੱਚੇ ਮੈਨੂੰ ਸੰਭਾਲਣ। ਕਦੇ ਅੱਜ ਸਹੀ ਪੂਰਾ ਹੋਇਆ ਹੈ ਕੰਮ? ਕੋਈ ਕਿਸਮਤ ਵਾਲਾ ਬੱਚਾ ਹੈ, ਭਾਗਾਂ ਵਾਲਾ ਪੁਰਸ਼ ਜਿਹਨੂੰ ਬੱਚੇ ਸੰਭਾਲ ਲੈਣ, ਨਹੀਂ ਤਾਂ ਇੱਕ ਕੋਨੇ ਬਿਠਾ ਦਿੰਦੇ ਨੇ ਲਾ ਕੇ ਵੀ ਉੱਥੇ ਬੈਠਾ ਰਹੇ, ਨਾ ਦਵਾਈ ਨਾ ਕੋਈ ਗੱਲ ਨਾ ਪੈਸੇ ਟਕੇ ਨੂੰ ਹੱਥ, ਸਭ ਖੁੱਜ ਜਾਂਦਾ ਰਹਿੰਦਾ। ਲੇਕਿਨ ਹਿੱਤ ਦੇ ਨਾਲ ਕਿੰਨਾ ਕੰਮ ਕਰਦਾ ਜਵਾਨੀ ਦੇ ਅੰਦਰ, ਥੋੜ੍ਹਾ ਜਿਹਾ ਵੀ ਮਿੱਠਾ ਹੋ ਕੇ ਬੋਲ ਪਵੇ ਬੱਚਾ, ਸਾਰੀਆਂ ਗਲਤੀਆਂ ਉਸੇ ਵੇਲੇ ਮਾਫ਼ ਕਰ ਦਿੰਦਾ। ਸੋ ਇਹ ਹਿੱਤ ਹੈ, ਪਰਮੇਸ਼ੁਰ ਨਾਲ ਸਾਡਾ ਹਿੱਤ ਨਹੀਂ ਬਣਦਾ, ਪਿਆਰ ਨਹੀਂ ਬਣਦਾ। ਪਹਿਲਾਂ ਵਾਹਿਗੁਰੂ ਦਾ ਪਿਆਰ ਹਿਰਦੇ 'ਚ ਹੋਵੇ, ਉਹਦੇ ਬਾਰੇ ਸਮਝੋ। ਦੂਸਰਾ ਇਹ ਹੈ ਕਿ ਗੁਰੂ ਦੇ ਉੱਤੇ 100% ਵਿਸ਼ਵਾਸ ਹੋਣਾ ਚਾਹੀਦਾ ਵੀ ਇਹ ਤਾਂ ਆਪ ਹੀ ਅਕਾਲ ਪੁਰਖ ਹੈ, ਗੁਰ ਪਰਮੇਸ਼ੁਰ ਇੱਕ ਉਜਾਨ, ਸਮੁੰਦ ਬਰੋਲ ਸ਼੍ਰੀ ਰਾਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਸੋ ਤੀਸਰਾ ਹੋਇਆ ਕਰਦਾ ਹੈ ਨਾਮ ਦੀ ਮਹਿਮਾ ਉੱਤੇ ਵਿਸ਼ਵਾਸ। ਸੋ ਮਹਿਮਾ ਦੇ ਬਾਰੇ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਲ ਸਰਾਏ ਜੌਹਰੀ ਦਾ ਲਾਲ ਦੀ ਪਰਖ ਕਰਾ ਕੇ ਮਰਦਾਨੇ ਨੂੰ ਸਮਝਾਇਆ ਸੀ ਕਿ ਮਰਦਾਨਿਆ ਦੇਖ, ਤੂੰ ਲਾਲ ਸਬਜ਼ੀ ਫਰੋਸ਼ ਨੂੰ ਦਿਖਾਇਆ, ਉਹਨੇ 2 ਮੂਲੀਆਂ ਦਿੱਤੀਆਂ, ਮੁੱਲ ਪਾਇਆ। ਹਲਵਾਈ ਨੂੰ ਦਿਖਾਇਆ, ਉਹ ਕਹਿੰਦਾ ਅੱਧ ਸੇਰ ਮਠਿਆਈ ਲੈ ਜਾ। ਬਜਾਜ ਨੂੰ ਦਿਖਾਇਆ, ਉਹ ਕਹਿੰਦਾ 2 ਗਜ ਕੱਪੜਾ ਲੈ ਜਾ। ਅਣਜਾਣ ਜੌਹਰੂ ਨੂੰ ਦਿਖਾਇਆ, ਉਹ ਕਹਿੰਦਾ 10 ਰੁਪਈਏ ਲੈ ਜਾ। ਦੂਸਰੇ ਨੂੰ ਤੂੰ ਚੰਗੇ ਨੂੰ ਦਿਖਾਇਆ, ਉਹ ਕਹਿੰਦਾ ਵੀ 100 ਰੁਪਈਆ ਲੈ ਜਾ। ਅਤੇ ਜਦ ਪੂਰਾ ਕਦਰਦਾਨ ਮਿਲ ਗਿਆ, ਉਹ ਕਹਿੰਦਾ ਭਾਈ ਮਰਦਾਨਾ, ਇਹਦਾ ਤਾਂ ਮੁੱਲ ਏ ਕੋਈ ਨਹੀਂ, ਇਹ ਤਾਂ ਅਮੁੱਲ ਵਸਤੂ ਹੈ। ਸਮਝਾ ਦਿੱਤਾ। ਅਤੇ ਇਸੇ ਤਰ੍ਹਾਂ ਦੇ ਨਾਲ ਸੰਸਾਰ ਕਦਰ ਨਹੀਂ ਕਰਦਾ ਨਾਮ ਦੀ, ਜਾਣਦਾ ਨਹੀਂ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦਾ, ਜਿੰਨਾ ਭਾਗ ਮਥਾ ਇਸੇ ਨਾਨਕ ਹਰ ਰੰਗ ਮਾਨ। ਕਬੀਰ ਸਾਹਿਬ ਨਾਰਾਜ਼ ਹੋ ਗਏ ਮਾਤਾ ਲੋਈ 'ਤੇ ਇਸ ਗੱਲ 'ਤੇ ਵੀ ਤੈਂ 3 ਵਾਰੀ ਕਿਉਂ ਰਾਮ ਕਹਾਇਆ, ਰੋਗ ਤਾਂ 1 ਵਾਰੀ ਰਾਮ ਕਹਿਣ ਨਾਲ ਵੀ ਹਟ ਜਾਣਾ ਸੀ, ਤੈਨੂੰ ਵਿਸ਼ਵਾਸ ਨਹੀਂ ਆਇਆ। ਕਹਿਤ ਕਬੀਰ ਸੁਣੋ ਰੀ ਲੋਈ, ਅਬ ਤੁਮਰਾ ਵਿਸ਼ਵਾਸ ਨਾ ਹੋਈ, ਮੇਰੇ ਦਿਲ 'ਚੋਂ ਤੇਰੀ ਕਦਰ ਕੀਮਤ ਜਾਂਦੀ ਰਹੀ, ਤੈਨੂੰ ਰਾਮ 'ਤੇ ਵਿਸ਼ਵਾਸ ਨਹੀਂ, ਇੰਨਾ ਸਸਤਾ ਨਾਮ ਲਾ ਤਾ। ਬੇਨਤੀ ਕਰੀ ਪਾਤਸ਼ਾਹ, ਉਹ ਪਹਿਲਾ ਨਾਮ ਤਾਂ ਮੈਂ ਉਹਨਾਂ ਪਾਪਾਂ ਨੂੰ ਜਾਲਣ ਵਾਸਤੇ ਲਾਇਆ ਸੀ, ਜਿਹੜਿਆਂ ਦਾ ਫਲ ਇਹਨੂੰ ਬਿਮਾਰੀ ਲੱਗੀ ਹੈ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਾਂ ਨੁੱਠ ਖਲੋਏ ਰੋ। ਦੂਸਰਾ ਨਾਮ ਮੈਂ ਇਸ ਦੀ ਬਿਮਾਰੀ ਨੂੰ ਦੂਰ ਕਰਨ ਵਾਸਤੇ ਰਾਮ ਕਿਹਾ। ਤੀਸਰੀ ਵਾਰੀ ਰਾਮ ਮੈਂ ਇਸ ਨੂੰ ਗੁਰਮੰਤਰ 'ਚ ਦਿੱਤਾ ਵੀ ਮੁੜ ਕੇ ਬੁਰਿਆਈਆਂ 'ਚ ਫੇਰ ਨਾ ਪੈ ਜਾਵੇ। ਸੋ 1 ਵਾਰੀ ਵੀ ਰਾਮ ਕਹਿਣਾ ਉਹਨਾਂ ਨੂੰ ਚੰਗਾ ਨਾ ਲੱਗਿਆ, ਵੀ ਐਡੀ ਕੀਮਤੀ ਚੀਜ਼। ਸੋ ਸਾਰੀਆਂ ਇੱਛਾ ਵਾਸ਼ਨਾ ਪੂਰੀਆਂ ਕਰਨ ਨੂੰ ਜੇ ਕੋਈ ਚੀਜ਼ ਸਮਰੱਥ ਹੈ ਤਾਂ ਉਹ ਕੇਵਲ ਪਰਮੇਸ਼ਰ ਦਾ ਨਾਮ ਹੈ। ਸਭੇ ਇੱਛਾ ਹੋਣ ਪੂਰੀਆਂ
ਚੀਜ਼ ਪੂਰੀ ਕਰ ਸਕਦੀ ਹੈ ਉਹ ਪਰਮੇਸ਼ੁਰ ਦਾ ਨਾਮ ਜਪਣ ਕਰ ਐਸਾ ਜੋ ਨਾਮ ਹੈ ਇਹਦੀ ਅਗਰ ਕੀਮਤ ਉੱਤੇ ਮਹਿਮਾ ਉੱਤੇ ਸਾਡਾ ਵਿਸ਼ਵਾਸ ਨਹੀਂ ਆਉਂਦਾ ਤਾਂ ਫਿਰ ਗੱਲ ਗਾਹਾਂ ਕਿਵੇਂ ਚੱਲੇਗੀ ਕਿਉਂਕਿ ਨਾਮ ਦੀ ਮਹਿਮਾ ਪੁੱਛੋ ਸੰਤਾਂ ਨੂੰ ਨਾਮ ਕੀ ਮਹਿਮਾ ਸੰਤ ਰਿਦ ਵਸ ਸੰਸਾਰ ਨੂੰ ਨਹੀਂ ਇਸ ਗੱਲ ਦਾ ਪਤਾ ਤੂੰ ਮਹਾਰਾਜ ਕਹਿਣ ਲੱਗੇ ਕਿ ਗੁਰੂ ਦਸ਼ਮੇਸ਼ ਪਿਤਾ ਮਾਤਾ ਜੀਤੋ ਜੀ ਨੂੰ ਕਿ ਨਾਮ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਮਹਿਮਾ 'ਤੇ ਦੂਸਰਾ ਹੈ ਮੰਤਰ ਜੋ ਮੰਤਰ ਪ੍ਰਾਪਤ ਹੋ ਗਿਆ ਸੰਸਾਰ ਦੇ ਅੰਦਰ ਅਨੇਕਾਂ ਨਾਮ ਨੇ ਇੱਕ ਨਾਮ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਜਦ ਕਾਸ਼ੀ ਵਿੱਚ ਗਏ ਤਾਂ ਉੱਥੇ ਸਵਾਲ ਕੀਤਾ ਗਿਆ ਵਿਦਵਾਨ ਪੁਰਸ਼ਾਂ ਨੇ ਗੁਰੂ ਨਾਨਕ 'ਤੇ ਸਵਾਲ ਕਰਿਆ ਹੇ ਨਾਨਕ ਕਿਰਪਾ ਕਰਕੇ ਇਹ ਤਾਂ ਦੱਸੋ ਬਈ ਪਰਮੇਸ਼ੁਰ ਦਾ ਨਾਮ ਓਮ ਕਹਿਣਾ ਜਾਂ ਹਰੇ ਰਾਮ ਕਹਿਣਾ ਜਾਂ ਹਰੇ ਕ੍ਰਿਸ਼ਨ ਕਹਿਣਾ ਜਾਂ ਗੋਬਿੰਦ ਕਹਿਣਾ ਨਾਰਾਇਣ ਕਹਿਣਾ ਜਾਂ ਸੋਹੰਗ ਕਹਿਣਾ ਅਨੇਕਾਂ ਨਾਮ ਨੇ ਪਰਮੇਸ਼ੁਰ ਦੇ ਵੀ ਇਹ ਨਾਮ ਸਾਰਿਆਂ ਨਾਲੋਂ ਸ੍ਰੇਸ਼ਟ ਨਾਮ ਕਿਹੜਾ ਹੈ ਕਿਹੜਾ ਮੰਤਰ ਹੈ ਜਿਹਦਾ ਜਾਪ ਕਰਿਆ ਜਾ ਮਹਾਰਾਜ ਕਹਿੰਦੇ ਦੇਖੋ ਪ੍ਰੇਮੀਓ ਜਿੰਨੇ ਵੀ ਨਾਮ ਨੇ ਸਾਰੇ ਪਰਮੇਸ਼ੁਰ ਦੇ ਨਾਮ ਕੋਈ ਵੀ ਨਾਮ ਜਪਿਆ ਜਾਵੇ ਲੇਕਿਨ ਧਿਆਨ ਪਰਮੇਸ਼ੁਰ 'ਚ ਹੋਣਾ ਚਾਹੀਦਾ ਸਭ ਨਾਮ ਪਰਮੇਸ਼ੁਰ ਦੇ ਨੇ ਜਿੰਨੇ ਵੀ ਜੇਤਾ ਕੀਤਾ ਤੇਤਾ ਨਾ ਬਿਨ ਨਾਵੈ ਨਾ ਹੀ ਕੋਥ ਸਾਰੇ ਹੀ ਉਸਦੇ ਨਾਮ ਨੇ ਜੋ ਮੰਤਰ ਸਮਰੱਥ ਗੁਰੂ ਤੋਂ ਪ੍ਰਾਪਤ ਹੋ ਗਿਆ ਉਹ ਮੰਤਰ ਤੈਨੂੰ ਤਾਰ ਜਿਸ ਬੇੜੀ 'ਚ ਕੋਈ ਬੈਠ ਗਿਆ ਸਵਾਲ ਇਹ ਹੁੰਦਾ ਹੈ ਕਿ ਉਸ ਬੇੜੀ ਦਾ ਜੋ ਮਲਾਹ ਹੈ ਇੱਕ ਤਾਂ ਉਹਦੇ ਹੱਥ ਪੂਰੇ ਹੋਣ ਪ੍ਰਾਪਤ ਹੋਣੇ ਚਾਹੀਦੇ ਦੂਸਰਾ ਇਹ ਹੈ ਕਿ ਉਹਦੇ ਨੇਤਰ ਜਿਹੜੇ ਨੇ ਦੂਰ ਤੱਕ ਦੇਖਣ ਵਾਲੇ ਚਾਹੀਦੇ ਨੇ ਤੀਸਰਾ ਹੈ ਕਿ ਉਹਦੇ ਅੰਦਰ ਅਨੁਭਵ ਹੋਣਾ ਚਾਹੀਦਾ ਹੱਥ ਇਸ ਵਾਸਤੇ ਤਕੜੇ ਹੋਣੇ ਚਾਹੀਦੇ ਨੇ ਕਿ ਬੇੜੀ ਨੂੰ ਚੱਪੂ ਚਲਾ ਕੇ ਕੰਢੇ ਲਾ ਦੇਵੇ ਦੂਸਰੇ 'ਚ ਅਨੁਭਵ ਇਸ ਵਾਸਤੇ ਹੋਣਾ ਚਾਹੀਦਾ ਹੈ ਕਿ ਕਮਰ ਆ ਰਿਹਾ ਘੁੰਮਣ ਘੇਰੀ ਆ ਰਹੀ ਹੈ ਇੱਥੋਂ ਮੈਂ ਬੇੜੀ ਨੂੰ ਕਿਵੇਂ ਬਚਾ ਕੇ ਨਗਾਵਾਂ ਲਹਿਰਾਂ ਉੱਠ ਰਹੀਆਂ ਹੈ ਕਿਸ ਰੁੱਖ ਪਾਵਾਂ ਕਿ ਬੇੜੀ ਵਿੱਚ ਪਾਣੀ ਨਾ ਪੈ ਜਾਵੇ ਤੀਸਰਾ ਉਹਦੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਕਿ ਕੰਢਾ ਕਿੱਥੇ ਹੈ ਜਿੱਥੇ ਪੱਥਰ ਨਹੀਂ ਹੈ ਕਿੱਥੇ ਆਰਾਮ ਦੇ ਨਾਲ ਮੈਂ ਬੇੜੀ ਨੂੰ ਕੰਢੇ ਲਾ ਸਕਾਂ ਕਹਿੰਦੇ ਬੇੜੀਆਂ ਸਾਰੀਆਂ ਹੀ ਨਗਾ ਦਿੰਦੀਆਂ ਅਤੇ ਮਹਾਰਾਜ ਨੇ ਐਸਾ ਫਰਮਾਨ ਕੀਤਾ ਬਲਿਹਾਰੇ ਜਵਾਂ ਦੇ
ਤੇਰੇ 2000 ਨਾਮ ਕਹਿੰਦੇ ਨੇ ਸ਼ੇਸ਼ ਨਾਗ ਰੋਜ਼ ਨਵੇਂ ਚਾਰ, ਲੇਕਿਨ ਖਤਮ ਨਹੀਂ ਹੋਣ ਚਾਹੁੰਦੇ। ਬੇਅੰਤ ਨਾਮ ਹੈ, ਬੇਅੰਤ ਨਾਮ ਤੇ ਆਏ ਤੋ ਨਾਮ ਤਾਂ ਬੇਅੰਤ ਨੇ। ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਧਸੂਦਨ ਦਾਮੋਦਰ ਸਵਾਮੀ ਰਿਸ਼ੀਕੇਸ਼ ਗੋਵਰਧਨ ਤਾਰੀ ਮੁਰਲੀ ਮਨੋਹਰ ਹਰਰੰਗਾ ਮੋਹਨ ਮਾਧਵ ਕ੍ਰਿਸ਼ਨ ਮਰਾਰੇ ਜਗਦੀਸ਼ਰ ਹਰਜੀਓ ਅਸਰ ਸ਼ਿੰਗਾਰੇ ਜਗ ਜੀਵਨ ਅਵਨਾਸ਼ੀ ਠਾਕਰ ਘਟ ਘਟ ਵਾਸੀ ਹੈ ਸੰਗਾ ਧਰਨੀ ਧਰ ਈਸ ਨਰ ਸਿੰਘ ਨਾਰਾਇਣ ਦਾੜਾ ਅੱਗੇ ਪ੍ਰਥਮ ਤਰਾਇਣ ਬਾਵਨ ਰੂਪ ਕੀਆ ਤੁਦ ਕਰਤੇ ਸਭ ਹੀ ਸੇਤੀ ਹੈ ਸੰਗ। ਤੋ ਜਿੰਨੇ ਵੀ ਨਾਮ ਨੇ ਸਾਰਿਆਂ ਤੋਂ ਅਸੀਂ ਬਲਿਹਾਰ ਜਾਂਦੇ। ਸੋ ਇਸ ਵਾਸਤੇ ਜੋ ਵੀ ਨਾਮ ਗੁਰੂ ਤੋਂ ਪ੍ਰਾਪਤ ਹੋ ਗਿਆ ਉਹਦੇ ਉੱਤੇ ਵਿਸ਼ਵਾਸ ਰੱਖੋ ਭਾਈ। ਬੰਦੇ ਡੋਲਦੇ ਨੇ ਵੀ ਉਹ ਨਾਮ ਜੇ ਮੈਨੂੰ ਮਿਲ ਜੇ ਤਾਂ ਮੈਂ ਧਰ ਦੂੰ। ਜੋ ਗੁਰੂ ਨੇ ਦਿੱਤਾ ਉਹ ਤੈਨੂੰ ਧਾਰਨ ਨੂੰ ਸਮਰੱਥ ਹੈ, ਸਮਰੱਥ ਗੁਰੂ ਦਾ ਦਿੱਤਾ ਹੋਇਆ ਨਾਮ। ਇਹ ਬੜਾ ਕਨਫਿਊਜ਼ਨ ਹੈ ਅੱਜ। ਉਹ ਕਹਿੰਦੇ ਜੀ ਜੇ ਫਲਾਣੇ ਥਾਂ 'ਤੇ ਨਾਮ ਲਈਏ ਤਾਂ ਧਰ ਉਹ ਨਾਮ ਲੈ ਲਈਏ, ਕੋਈ ਕਹਿੰਦਾ ਸੋਹੰਗ ਨਾਮ ਲੈ ਲਈਏ। ਠੀਕ ਹੈ, ਸੋਹੰਗ ਨਾਮ ਹੈ, ਸੋਹੰਗ ਹੰਸਾ ਜਾਪ ਜਾਪ ਹੈ, ਦਸਮ ਦੁਆਰ ਦਾ ਨਾਮ ਹੈ, ਪਰ ਉਹ ਨਾਮ ਜਿਸ ਨੂੰ ਪ੍ਰਾਪਤ ਹੈ ਟਿਕੋ ਉਸ ਥਾਂ ਦੇ ਉੱਤੇ। ਕਿਸੇ ਨੂੰ ਅੱਲਾ ਮਿਲਿਆ, ਕਿਸੇ ਨੂੰ ਖੁਦਾ ਮਿਲਿਆ, ਕਿਸੇ ਨੂੰ ਓਮ ਮਿਲਿਆ, ਕਿਸੇ ਨੂੰ ਹਰੇ ਰਾਮ ਮਿਲਿਆ, ਜੋ ਨਾਮ ਮਿਲਿਆ ਉਹ ਨਾਮ ਠੀਕ ਹੈ, ਸਾਰੇ ਹੀ ਨਾਮ। ਸੋ ਜਿਸ ਨਾਮ ਦੇ ਜੋ ਵੀ ਪ੍ਰਾਪਤ ਹੋ ਗਿਆ ਉਹ 'ਤੇ ਭਰੋਸਾ ਰੱਖ। ਐਸੀ ਇੱਕ ਸਾਖੀ ਆਉਂਦੀ ਹੈ ਕਿ ਇੱਕ ਮਹਾਤਮਾ ਸੀ, ਉਹਨਾਂ ਦੇ ਪਾਸ ਇੱਕ ਪ੍ਰੇਮੀ ਆਇਆ, ਸਿੱਧਾ ਸਧਾਰਨ ਬੰਦਾ ਸੀ। ਸਧਾਰਨ ਉਹ ਹੁੰਦਾ ਜਿਹਦੇ ਮਨ ਦੇ ਅੰਦਰ ਤਰਕ ਨਾ ਹੋਵੇ, ਚੰਚਲਤਾ ਹੀ ਨਾ ਹੋਵੇ, ਤਰਕਾ ਨਾ ਹੋ, ਐਸਾ ਬੰਦਾ ਛੇਤੀ ਲੰਘ ਜਾਂਦਾ ਧੰਨੇ ਵਰਗਾ। ਜਿਹੜਾ ਚਲਾਕ ਹੈ ਉਹ ਬੰਦੇ ਨੂੰ ਬੜੀ ਦੇਰ ਲੱਗਦੀ ਹੈ, ਕਿਉਂਕਿ ਉਹਦਾ ਮਨ ਪਹਿਲਾਂ ਮੈਦਾਨ ਨਹੀਂ ਬਣਦਾ। ਟਿੱਬੇ ਢੋਏ ਢਾਉਣ ਨੂੰ ਕਿੰਨਾ ਚਿਰ ਲੱਗੇਗਾ? ਟਿੱਬੇ ਢੋਏ ਭਰਨ, ਟਿੱਬੇ ਢਾਉਣੇ ਨੇ, ਟੋਏ ਭਰਨੇ ਨੇ, ਕਿੰਨਾ ਉਹਦੇ ਅੰਦਰ ਮਨੌਤਾਂ, ਕਿੰਨੀਆਂ ਕਿਤਾਬਾਂ ਪੜ੍ਹੀਆਂ ਨੇ ਜਿਹਦੇ ਨਾਲ ਉਹਦੇ ਬੜੇ ਬੜੇ ਟੀਲੇ ਉਸਰੇ ਖੜ੍ਹੇ ਨੇ। ਕੀ ਕਰੇਗਾ, ਉਹਦੀ ਤਾਂ ਸ਼ਰਧਾ ਹੀ ਨਹੀਂ ਵੱਜਦੀ। ਸੋ ਬੜਾ ਪ੍ਰੇਮੀ ਸਿੱਧਾ ਸੰਤਾਂ ਦੇ ਕੋਲ ਆ ਗਿਆ। ਆਮ ਸੁਭਾਅ ਹੈ ਕਿ ਸੰਤਾਂ ਕੋਲ ਆਉਂਦੇ ਹੀ ਕਹਿੰਦੇ ਨੇ ਜੀ ਮੈਨੂੰ ਨਾਮ ਦੇ। ਪਹਿਲੇ ਜ਼ਮਾਨਿਆਂ ਦੇ ਅੰਦਰ ਮਹਾਤਮਾ ਇਨੀਸ਼ੀਏਸ਼ਨ ਇੰਨੀ ਛੇਤੀ ਨਹੀਂ ਸੀ ਕਰਿਆ ਕਰਦੇ। ਪਹਿਲਾਂ ਗਾਹਕ ਨੂੰ ਪਰਖਿਆ ਕਰਦੇ ਸੀ ਵੀ ਇਹਦੇ 'ਚ ਉਹ ਕੁਆਲਿਟੀਜ਼ ਹੈ ਜਿਹਦੇ ਵਿੱਚ ਨਾਮ ਸੰਭਾਲ ਲੂ, ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ 'ਚ ਰਹਿ ਸਕੇ, ਇੰਨਾ ਤੇਜ਼ ਹੁੰਦਾ ਬਾਕੀ ਬਰਤਨਾਂ 'ਚ ਗਲੀਆਂ ਕਰ ਦਿੰਦਾ। ਸੋ ਇਹ ਨਾਮ ਜੇ ਸਿਰ ਦੇ 'ਚ ਟਿਕਾਉਣਾ ਹੈ, ਮਹਾਤਮਾ ਉਹਦਾ ਜਾਇਜ਼ਾ ਲੈਂਦੇ ਸੀ, ਉਹਨੂੰ ਪੱਕਾ ਕਰਦੇ ਸੀ, ਐਸਾ ਨਾ ਹੋਵੇ ਫਿਰ ਇਹ ਡੋਲਦਾ ਫਿਰ। ਅਤੇ ਸਾਡਾ ਖਿਆਲ ਇਹ ਹੈ ਕਿ ਹੁਣੇ ਮਹਾਤਮਾ ਕੋਲ ਗਏ, ਹੁਣੇ ਨਾਮ ਸਾਨੂੰ ਮਿਲ ਜਾਵੇ। ਹੱਕ ਹੋ ਗਿਆ, ਨਾਮ ਦੇ ਦਿਓ, ਨਹੀਂ ਚੁੱਪ ਕਰ।
ਕਿਉਂਕਿ ਨਾਮ ਇੰਨਾ ਸਸਤਾ ਨਹੀਂ ਹੁੰਦਾ, ਬੜੀ ਮਹਿੰਗੀ ਚੀਜ਼ ਹੈ ਨਾਮ। ਸੋ ਕਦਰਦਾਨ ਨਾ ਹੋਣ ਕਰਕੇ ਇੱਥੋਂ ਨਾਮ ਲੈ ਲਿਆ, ਉੱਥੇ ਜਾ ਕੇ ਹੋਰ ਲੈ ਲਿਆ, ਉੱਥੇ ਜਾ ਕੇ ਹੋਰ ਲੈ ਲਿਆ, ਪਹਿਲਾਂ ਵੀ ਛੱਡਤਾ ਅਤੇ ਦੋਸ਼ੀ ਬਣ ਜਾਂਦੇ ਨੇ। ਗੁਰੂ ਧਾਰਨ ਕਰ ਲਿਆ, ਜਾਂਦੇ ਸ਼ਰਾਬ ਪੀ ਲਈ, ਛੱਡ ਦਿੱਤਾ, ਦੋਸ਼ੀ ਬਣ ਗਿਆ, ਕਿਉਂਕਿ ਗਾਹਕ ਨਹੀਂ ਸੀ, ਕੱਚਾ ਸੀਗਾ, ਕੱਚੇ ਨੂੰ ਨਾਮ ਵਰਗੀ ਦਾਤ ਉਹਦੇ ਪੱਲੇ ਪਾ ਦਿੱਤੀ। ਗਿਣਤੀਆਂ ਮਿਣਤੀਆਂ ਨਾਲ ਤਾਂ ਕੁਛ ਨਹੀਂ ਬਣਦਾ, ਥੋੜ੍ਹੇ ਜਿਹੇ ਹੀ ਚੰਗੇ ਨੇ ਜਿਹੜੇ ਪੱਕੇ ਹੋਣ, ਨੇਚੇ ਵਾਲੇ ਹੋਣ, ਅਤੇ ਬਹੁਤਾ ਜਿਹੜੇ ਰੰਗ ਪਾਉਣਾ ਹੈ ਉਹ ਠੀਕ ਨਹੀਂ ਹੋਇਆ ਕਰਦਾ, ਨਾ ਕਿਸੇ 'ਚ ਇੰਨੀ ਤਾਕਤ ਹੈ ਵੀ ਸਾਰਿਆਂ ਦੇ ਪਾਪ ਕੱਢ ਦੇਵੇ। ਸੋ ਪਰਖੋ, ਗੁਰੂ ਮਹਾਰਾਜ ਵੀ ਪਰਖਿਆ ਕਰਦੇ ਸੀ, ਮਹਾਤਮਾ ਸਾਰੇ ਬਹੁਤ ਮਹਾਤਮਾ ਐਸੇ ਸੀ ਜਿਹੜੇ ਬੜੀ ਬੜੀ ਦੇਰ ਮਹਾਰਾਜ ਜੀ ਕੋਲ ਆਉਣਾ ਵੀ ਅੰਮ੍ਰਿਤ ਛਕਣਾ। ਮਹਾਰਾਜ ਮਹਾਰਾਜ ਕਹਿੰਦੇ ਐਂ ਕਰ, ਪਹਿਲਾਂ 1,25,000 ਪਾਠ ਕਰ ਮੂਲ ਮੰਤਰ ਦਾ, ਫਿਰ ਆਈ। ਆਹੀ ਉਹਨਾਂ ਦੀ ਰੀਤੀ ਸੀ, 1,25,000 ਪਾਠ ਕਰ ਲਿਆ ਮਹਾਰਾਜ, ਮੈਂ 33 ਮਾਲਾ ਰੋਜ਼ ਦੀਆਂ ਮੂਲ ਕਰ ਲਈਆਂ, ਹੁਣ ਤਾਂ ਕਿਰਪਾ ਕਰੋ ਫਿਰ ਕਰਨਾ, 6 ਮਹੀਨੇ ਕਰ, 6 ਮਹੀਨੇ 'ਤੇ ਲਾ ਦੇਣਾ, ਫਿਰ ਸਾਲ 'ਤੇ ਲਾ ਦੇਣਾ, ਫਿਰ ਕਿਤੇ ਜਾ ਕੇ ਅੰਮ੍ਰਿਤ ਛਕਾਉਣਾ। ਫਿਰ ਜਿਹਨੇ ਛਕ ਲਿਆ ਉਹ ਫਿਰ ਨਹੀਂ ਸੀ ਡੋਲਦਾ, ਉਹ ਪਹਿਲਾਂ ਹੀ ਨਾਮ ਜਪਣ ਲੱਗ ਜਾਂਦਾ ਸੀ, ਜਦੇ ਹੀ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਬੈਠਣ ਲੱਗ ਜਾਂਦਾ ਸੀ। ਫਿਰ ਨਹੀਂ ਸੀ, ਉਹ ਕਹਿੰਦਾ ਮੇਰਾ ਮਨ ਡੋਲਦਾ ਹੈ ਜੀ, ਮੇਰਾ ਮਨ ਨੱਠਦਾ। ਉਸੇ ਵੇਲੇ ਨਾਮ ਦੀਆਂ ਜੋ ਅੰਦਰਲੀਆਂ ਅਵਸਥਾ ਨੇ ਉਹਨੂੰ ਪ੍ਰਾਪਤ ਹੋ ਜਾਂਦੀਆਂ ਸੀ, ਅਨਾਦ ਸ਼ਬਦ ਪ੍ਰਕਾਸ਼ ਵਗੈਰਾ 'ਚ ਬਿਰਤੀ ਚਲੀ ਜਾਂਦੀ ਸੀ, ਇਹ ਰਾਹ ਦੀਆਂ ਚੀਜ਼ਾਂ ਹੁੰਦੀਆਂ, ਨਾਮ ਗਾਹਾਂ ਪਿਆ। ਸੋ ਇਸ ਤਰ੍ਹਾਂ ਦੇ ਨਾਲ ਜੋ ਜਿਸਦੇ ਅੰਦਰ ਵਿਸ਼ਵਾਸ ਹੋਵੇ ਉਹ ਛੇਤੀ ਲੰਘ ਸਕਦਾ। ਸੋ ਪ੍ਰੇਮੀ ਆ ਗਿਆ, ਆ ਕੇ ਮਸਤਕ ਨਵਾਇਆ, ਕਿਵੇਂ ਆਇਆ ਪ੍ਰੇਮੀਆ? ਮਹਾਤਮਾ ਕਹਿਣ ਲੱਗੇ, ਕਹਿੰਦਾ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਨਾਮ ਦਿਓ। ਕਹਿੰਦੇ ਇੰਨਾ ਸਸਤਾ ਨਾਮ? ਕਹਿੰਦੇ ਪਹਿਲਾਂ ਸੇਵਾ ਕਰ। ਦੱਸੋ ਮਹਾਰਾਜ, ਕਹਿੰਦੇ ਪਸ਼ੂਆਂ ਦੀ ਸੇਵਾ ਕਰ, ਇਹਨਾਂ ਦਾ ਖੁਰ ਗੋਹੇ ਨਾਲ ਨਾ ਲਿਬੜ ਦੇ, ਗੋਹੇ 'ਤੇ ਨਾ ਕੋਈ ਪਸ਼ੂ ਬੈਠ ਜਾਵੇ, ਅਤੇ ਇਹ ਸੇਵਾ ਤੂੰ ਕਰਿਆ ਕਰ, ਪੱਠੇ ਪਾਉਣ ਵਾਲਾ ਉਹਦੀ ਮਦਦ ਕਰਿਆ ਕਰ। ਸੋ ਜਦ ਤੂੰ ਨਾਮ ਦੇ ਕਾਬਲ ਹੋਏਗਾ ਤੈਨੂੰ ਅਸੀਂ ਆਪੇ ਹੀ ਬੁਲਾ ਲਾਂਗੇ। 8 ਸਾਲ ਲੰਘ ਗਏ, ਦਿਨ ਰਾਤ ਸੇਵਾ ਕਰਦਾ, ਮਹਾਤਮਾ ਬੜੇ ਪ੍ਰਸੰਨ ਨੇ ਵੀ ਐਸਾ ਪ੍ਰੇਮੀ ਆਇਆ, ਕਦੇ ਨਹੀਂ ਦੇਖਿਆ ਵੀ ਪਸ਼ੂਆਂ ਦੇ ਖੁਰਾਂ ਦੇ ਵਿੱਚ ਗੋਹਾ ਫਸਿਆ। ਹਰ ਵਕਤ ਸਾਵਧਾਨ ਰਹਿੰਦਾ ਵੀ ਇਹ ਤਾਂ ਮੇਰੇ ਗੁਰੂ ਦੇ ਪਸ਼ੂ ਨੇ, ਅਤੇ ਹੁਕਮ ਵਜਾਉਂਦਾ। 8 ਸਾਲ ਲੰਘਣ ਤੋਂ ਬਾਅਦ ਇੱਕ ਦਿਨ ਮਨ 'ਚ ਖਿਆਲ ਆਇਆ ਵੀ ਕਿਤੇ ਗੁਰੂ ਜੀ ਭੁੱਲ ਨਾ ਗਏ ਹੋਣ, ਮੈਨੂੰ ਅਜੇ ਤੱਕ ਤਾਂ ਕੁਛ ਨਹੀਂ ਪ੍ਰਾਪਤ ਹੋਇਆ। ਸੇਵਾ ਕਰਦੇ ਕਰਦੇ ਕੀ ਹੁੰਦਾ, ਮਨ ਨਿਰਮਲ ਹੋ ਜਾਂਦਾ। ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹੋਵੇ ਨਾਮ ਨਿਵਾਸ। ਸੰਤਾਂ ਦੀ ਸਭਾ 'ਚ ਆ ਕੇ ਜਦੋਂ ਮਨ ਨੂੰ ਮਾਂਜਦੇ ਹਾਂ ਸੇਵਾ ਦੇ ਨਾਲ, ਜਿੰਨੇ ਜਿੰਨੇ ਬਰਤਨ ਲਿਸ਼ਕਾਉਂਦੇ ਆ ਇੰਨਾ ਹੀ ਮਨ ਲਿਸ਼ਕਦਾ ਜਾਂਦਾ। ਗੁਰੂ ਦਸ਼ਮੇਸ਼ ਪਿਤਾ ਨੇ ਭਾਈ ਮਨੀ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਪੁਰਖਾ ਤੂੰ ਜਾ ਕੇ ਬਰਤਨ ਮਾਂਜਿਆ ਕਰ, ਜਿੰਨੇ ਪ੍ਰੇਮ ਦੇ ਨਾਲ ਬਰਤਨ ਚਮਕਾਏਗਾ ਉਨੇ ਹੀ ਤੇਰੀ ਬੁੱਧੀ ਨਿਰਮਲ ਹੋਈ। ਕਿੱਥੇ ਪਹੁੰਚ ਗਏ ਆਪ, ਕਿੱਡੇ ਬੜੇ ਵਿਦਵਾਨ ਹੋਏ। ਸੋ ਇਸ ਤਰ੍ਹਾਂ ਦੇ ਨਾਲ ਕਰਮ, ਉਪਾਸ਼ਨਾ, ਗਿਆਨ, ਵਿਗਿਆਨ 4 ਅਵਸਥਾ ਰੂਹਾਨੀ ਮਾਰਗ ਦੀਆਂ ਹੋਇਆ ਕਰਦੀ। ਪਹਿਲਾਂ ਕਰਮ ਹੁੰਦਾ ਹੈ ਇਹ ਸੇਵਾ ਦੇ ਨਾਲ, ਬਾਣੀ ਪੜ੍ਹਨ ਦੇ ਨਾਲ, ਨੇਕ ਕੰਮ ਕਰਨ ਦੇ ਨਾਲ, ਬੁਰਿਆਈਆਂ ਤੋਂ ਰੋਕ ਪਾ ਕੇ ਮਨ ਦੀ ਮੈਲ ਲੈਂਦੀ ਹੈ। ਫਿਰ ਨਾਮ ਦੀ ਵਾਰੀ ਆ ਜਾਂਦੀ ਹੈ ਉਪਾਸ਼ਨਾ ਦੀ, ਫਿਰ ਉਹਦੇ ਬਾਅਦ ਗਿਆਨ ਦੀ ਆਉਂਦੀ ਹੈ। ਸੋ ਇਸ ਤਰ੍ਹਾਂ ਕਰਦੇ ਕਰਦੇ ਜਦ 8 ਸਾਲ ਲੰਘ ਗਏ, ਬਹੁਤ ਪਿਆਰ ਨਾਲ ਸੇਵਾ ਕਰਦਾ ਹੈ, ਕਦੇ ਸ਼ਿਕਾਇਤ ਨਹੀਂ ਕਰਦਾ, ਜੋ ਮਿਲ ਜਾਂਦਾ ਖਾ ਕੇ ਉਹਦੇ 'ਤੇ ਸ਼ੁਕਰ ਕਰਦਾ, ਜਿੱਥੇ ਰੱਖਦੇ ਨੇ ਉੱਥੇ ਹੀ ਰਹਿੰਦੇ। 8 ਸਾਲ ਲੰਘ ਗਏ ਅਤੇ ਮਨ ਨਿਰਮਲ ਹੋ ਗਿਆ, ਅਤੇ ਅੱਜ ਮਨ 'ਚ ਖਿਆਲ ਆਇਆ ਕਿ ਮਹਾਂਪੁਰਸ਼ਾਂ ਨੂੰ ਬੇਨਤੀ ਕਰਕੇ ਯਾਦ ਕਰਾਈਏ, ਜਾ ਕੇ ਨਮਸਕਾਰ ਕਰੀ। ਕਹਿੰਦੇ ਦੱਸੋ ਕੀ ਮਨੋਰਥ ਹੈ? ਕਹਿੰਦੇ ਮਹਾਰਾਜ ਆਪ ਦਾ ਫਰਮਾਨ ਸੀ ਕਿ ਤੂੰ ਸੇਵਾ ਕਰ, ਫਿਰ ਤੈਨੂੰ ਅਸੀਂ ਨਾਮ ਦੇਵਾਂਗੇ। ਕਹਿੰਦੇ ਆਏ ਕਰ, ਨਾਮ ਅੰਮ੍ਰਿਤ ਵੇਲੇ ਦਿੱਤਾ ਜਾਂਦਾ, ਅਸੀਂ 8 ਵਜੇ ਵਿਹਲੇ ਹੋਵਾਂਗੇ ਆਪਣੇ ਭਜਨ ਬੰਦਗੀ ਤੋਂ, ਤੂੰ ਉਸ ਵੇਲੇ ਆ ਗਈ ਪ੍ਰੇਮੀਆਂ। ਬਹੁਤ ਮਹਾਤਮਾ ਅੰਮ੍ਰਿਤ ਵੇਲੇ ਨਾਮ ਦਿੰਦੇ। ਸੋ ਉਸ ਵੇਲੇ ਜਦ ਆਇਆ ਤਾਂ ਰਾਤ ਨੂੰ ਸੁਨੇਹਾ ਆ ਗਿਆ ਮਹਾਤਮਾ ਨੂੰ ਵੀ ਕੱਲ੍ਹ ਨੂੰ ਇਸ ਜਗ੍ਹਾ ਦੇ ਰਾਜੇ ਨੇ ਦਰਸ਼ਨ ਕਰਨ ਆਉਣੇ ਆ, ਆਪ ਇਜਾਜ਼ਤ ਦਿਓ। ਮਹਾਤਮਾ ਕਹਿੰਦੇ ਠੀਕ ਹੈ, 8 ਵਜੇ ਆ ਜਾਵੇ, 9 ਵਜੇ ਆ ਜਾਵੇ, 8:30 ਆ ਜਾਵੇ। ਸੋ ਹੁਕਮ ਲੈ ਲਿਆ ਕਿ ਮਹਾਰਾਜ ਅਗਰ ਆਪ ਆਗਿਆ ਦੇਵੋ ਅਤੇ ਗੁਸਤਾਖੀ ਨਾ ਹੋਵੇ ਤਾਂ ਅਸੀਂ ਇੱਥੇ ਗਲੀਚੇ ਵਿਛਾ ਦਈਏ, ਤਾਂ ਕਿ ਆਰਾਮ ਦੇ ਨਾਲ
ਰਾਜਾ ਵੀ ਬੈਠ ਜਾਵੇ, ਰਾਣੀਆਂ ਵੀ ਨਾਲ ਹੋਣਗੀਆਂ ਬੈਠ ਜਾਣ। ਆਪ ਜਾਣਦੇ ਹੀ ਹੋ ਵੀ ਉਹਨਾਂ ਦੇ ਕੱਪੜੇ ਬੜੇ ਕੀਮਤੀ ਹੁੰਦੇ ਨੇ, ਅਤੇ ਆਪ ਤਾਂ ਸਭ 'ਤੇ ਬੈਠ ਜਾਂਦੇ ਹੋ, ਅਸੀਂ ਪੁੰਜੇ ਬੈਠ ਸਕਦੇ ਹਾਂ, ਪਰ ਉਹਨਾਂ ਦਾ ਹੁਕਮ ਐਸਾ ਹੈ ਸਾਨੂੰ ਵਜਾਉਣਾ ਪੈਂਦਾ, ਕਿਤੇ ਸਾਡੇ 'ਤੇ ਨਾਰਾਜ਼ ਨਾ ਹੋ ਜਾਣ। ਮਹਾਤਮਾ ਕਹਿੰਦੇ ਕੋਈ ਗੱਲ ਨਹੀਂ। ਉਹਨਾਂ ਨੇ ਗਲੀਚੇ ਵਿਛਾ ਤੇ, ਇਹ ਪ੍ਰੇਮੀ 8 ਵਜੇ ਜਦ 8 ਵਜਣ ਲੱਗੇ, ਅੰਦਾਜ਼ੇ ਨਾਲ ਹਿਸਾਬ ਲਾਇਆ ਸੂਰਜ ਵੱਲ ਦੇਖ ਕੇ, ਅਤੇ ਕਿਹਾ ਵੀ ਮਹਾਤਮਾ ਮਹਾਂਪੁਰਸ਼ਾਂ ਨੇ ਤਾਂ ਮੈਨੂੰ ਬੁਲਾਇਆ ਸੀ 8 ਵਜੇ। ਇਹ ਉਸੇ ਵੇਲੇ ਦੌੜ ਕੇ ਜਾਣ ਲੱਗੇ, ਅਤੇ ਉੱਧਰੋਂ ਰਾਜੇ ਦਾ ਵੀ ਆਉਣ ਦਾ ਟਾਈਮ ਹੋ ਗਿਆ, ਅਤੇ ਮਹਾਤਮਾ ਆਪਣੀ ਕੁਟੀਆ ਦੇ ਦਰਵਾਜ਼ੇ 'ਚ ਖੜ੍ਹੇ, ਸਾਹਮਣੇ ਉਹਨਾਂ ਦੇ ਗਲੀਚਾ ਵਿਛਿਆ ਹੋਇਆ, ਅੰਦਰ ਵੀ ਕਾਰਪਟ ਵਿਛਿਆ ਹੋਇਆ, ਅਤੇ ਇਹ ਪ੍ਰੇਮੀ ਦੌੜਿਆ ਹੁੰਦਾ, ਦੇਖਿਆ ਮਹਾਤਮਾ ਨੇ ਵੀ ਦੌੜਿਆ ਆ ਰਿਹਾ, ਅਤੇ ਧਿਆਨ ਕੀਤਾ ਵੀ ਇਹਦੇ ਤਾਂ ਪੈਰ ਗੋਹੇ ਨਾਲ ਲਿਬੜੇ ਹੋਏ ਨੇ। ਜਿਸ ਵਕਤ ਉਹਨੇ ਆ ਕੇ ਕਾਰਪਟ 'ਤੇ ਪੈਰ ਰੱਖਣਾ ਚਾਹਿਆ, ਉਸੇ ਮੈਂ ਬੜੇ ਮਹਾਤਮਾ ਦੇ ਮੁੱਖ ਤੋਂ ਨਿਕਲ ਗਿਆ, ਪਰੇ 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 ਪਰੇ, ਉੱਥੇ ਹੀ ਮੱਥਾ ਟੇਕਤਾ, ਪਰੇ 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 ਜਪਣਾ ਸ਼ੁਰੂ ਕਰ ਦਿੱਤਾ, ਦਿਨ ਰਾਤ ਇੱਕ ਕਰ ਦਿੱਤਾ। ਪੂਰੀ ਸ਼ਰਧਾ ਹੈ ਉਸਦਾ ਧਿਆਨ ਧਰਦਾ, ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋ, ਹਰ ਵਾਰ ਧਿਆਨ ਰੱਖਦਾ। ਸਤਸੰਗ ਕਰਦਾ ਸੀ, ਪਤਾ ਸੀ ਵੀ ਵਾਹਿਗੁਰੂ ਮੇਰੇ ਨਾਲ ਹੈ ਜਿਹਦਾ ਮੈਂ ਨਾਮ ਲੈਣਾ। ਸਮਾਂ ਲੰਘ ਗਿਆ, ਨਾਮ ਦੇ ਵਿੱਚ ਸਿੱਧੀ ਹੋਇਆ ਕਰਦੀ, ਜਿਹਦਾ ਨਾਮ ਲੈਂਦੇ ਆ ਉਹਦੇ ਵਿੱਚ ਨਾਮ ਹੀ ਵੱਸਦਾ, ਵਾਹਿਗੁਰੂ ਮੰਤਰ ਹੈ ਇਹਦੇ ਵਿੱਚ ਵਾਹਿਗੁਰੂ ਵੱਸਦਾ। ਇਹ ਉਹਨਾਂ ਨੂੰ ਦਿਸਦਾ ਹੈ ਜਿਹੜੇ ਬੰਦਗੀ ਕਰਕੇ ਵਾਹਿਗੁਰੂ ਅੱਖਰ ਤੋਂ ਪਿਛਲੇ ਪਾਸੇ ਲੰਘ ਜਾਂਦੇ ਨੇ, ਪਾਰ ਕਰ ਜਾਂਦੇ ਨੇ। ਇਹ ਅੱਖਰ ਖਿਰ ਜਾਏਗੇ, ਇਹਦਾ ਖਿਰ ਜਾਣਗੇ ਅੱਖਰ, ਜਿਹੜਾ ਨਾ ਖਿਰਨ ਵਾਲਾ ਹੈ ਉਹ ਇਹਦੇ ਪਿਛਲੇ ਪਾਸੇ ਖੜ੍ਹਾ, ਉਹ ਸ਼ਕਤੀ ਰੂਪ 'ਚ ਹੈ, ਨੇਚੇ 'ਚ ਵੱਸ ਜਾਏਗਾ, ਫਿਰ ਪਰਮੇਸ਼ੁਰ ਦਾ ਹੋ ਜਾਂਦਾ। ਐਸੀ ਉਹ ਅਵਸਥਾ ਇਸ ਪ੍ਰੇਮੀ ਦੀ ਹੋ ਗਈ, ਪਰਮੇਸ਼ੁਰ ਦੇ ਵਿੱਚ ਰਹਿਣਾ ਸ਼ੁਰੂ ਕਰਦਾ ਜੇ ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਤਾਂ ਅੱਜ ਮਹਾਤਮਾ ਨੇ ਬੁਲਾਇਆ, ਕਹਿਣ ਲੱਗੇ ਪ੍ਰੇਮੀਆ 40 ਮੀਲ ਦੇ ਉੱਤੇ ਇੱਕ ਸਾਡਾ ਪ੍ਰੇਮੀ ਹੈ, ਤੂੰ ਉੱਥੇ ਜਾ, ਉੱਥੇ ਜਾ ਕੇ ਇਹ ਚਿੱਠੀ ਦਾ ਜਵਾਬ ਲੈ ਕੇ ਆ। ਜਵਾਬ ਲੈਣ ਵਾਸਤੇ ਤਿਆਰ ਹੋ ਰਿਹਾ ਅਤੇ ਮਨ 'ਚ ਫੁਰਨਾ ਆ ਗਿਆ ਵੀ ਕਿਤੇ ਐਸਾ ਨਾ ਹੋਵੇ ਜੇ ਮੇਰੀ ਨਾਮ ਦੀ ਲਿਵ ਲੱਗੀ ਹੋਈ ਹੈ ਕਿਤੇ ਟੁੱਟ ਨਾ ਜਾਵੇ, ਕਿਉਂਕਿ ਨਾਮ ਦੀ ਜੇ ਲਿਵ ਟੁੱਟ ਜਾਵੇ ਤਾਂ ਬਿਲਕੁਲ ਆਹੀ ਅਵਸਥਾ ਹੁੰਦੀ ਹੈ ਜੋ ਫਰਮਾਨ ਕੀਤੀ ਹੈ। ਜਿਉਂ ਮੱਛਲੀ ਬਿਨ ਪਾਣੀ ਹੈ Thank you.
ਵਿਸਰਾਏ ਮਰ ਜਾ। ਖਿਆਲ ਆ ਗਿਆ ਕਿਤੇ ਲਿਵ ਨਾ ਟੁੱਟ ਜਾਵੇ। ਇਕਾਂਤ ਪਸੰਦ ਸੀ, ਹਰ ਵਕਤ ਪ੍ਰਭੂ ਦੇ ਨਾਮ ਨਾਲ ਜੁੜਿਆ ਰਹਿੰਦਾ ਸੀ। ਸੋ ਅੰਦਰ ਫੁਰਨਾ ਹੋਇਆ ਅਤੇ ਪਰਮੇਸ਼ਰ ਹਰ ਵਕਤ ਇੰਤਜ਼ਾਰ ਕਰਦਾ ਵੀ ਜਿਹੜੇ ਮੇਰੇ ਨਾਲ ਭੇਦ ਅਵਸਥਾ ਦੇ ਮਹਾਤਮਾ ਹਰ ਵਕਤ ਜੁੜੇ ਰਹਿੰਦੇ ਨੇ, ਵੀ ਉਹਨਾਂ ਦਾ ਕੰਮ ਕਰਨ ਦਾ ਮੈਨੂੰ ਕਦੇ ਮੌਕਾ ਮਿਲੇ, ਸੇਵਾ ਕਰਨ ਦਾ ਮੌਕਾ ਮਿਲੇ। ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾਵੇ। ਸੇਵਕ ਔਰ ਨਿਕਟੀ ਹੋਏ ਦਿਖਾ, ਜੋ ਜੋ ਕਹੇ ਠਾਕਰ ਪੈ ਸੇਵਕ ਤਤਕਾਲ ਹੋਇਆ। ਤਤਕਾਲ ਕਹਿੰਦੇ ਨੇ ਇਮੀਜੇਟਲੀ, ਉਸੇ ਵੇਲੇ ਗੱਲ ਹੋ ਜਾਂਦੀ, ਸਾਹਮਣੇ ਆ ਗਈ। ਕਹਿੰਦੇ ਪ੍ਰੇਮੀਆ ਕੀ ਗੱਲ, ਪਛਾਣਿਆ ਨਹੀਂ ਕੌਣ। ਕਹਿੰਦਾ ਚਿੱਠੀ ਲੈ ਕੇ ਜਾਣੀ ਹੈ, ਮੈਨੂੰ ਡਰ ਲੱਗਦਾ ਹੈ ਵੀ ਮੇਰਾ ਨਾਮ ਦੀ, ਮੇਰੇ ਨਾਮ ਦੀ ਲਿਵ ਨਾ ਟੁੱਟ ਜਾ। ਕਹਿ ਲਿਆ, ਮੈਂ ਹੁਣੇ ਲਿਆ ਦਿੰਦਾ। ਜਵਾਬ ਲਿਆ ਕੇ ਦੇ ਤਾ 5 ਮਿੰਟਾਂ 'ਚ। ਕਹਿੰਦੇ ਲੈ ਸੰਤਾਂ ਨੂੰ ਦਿਆ। ਉੱਥੋਂ ਵਿਦਾ ਹੋ ਕੇ ਆਇਆ ਸੀ, ਜਦ ਮਹਾਤਮਾ ਕੋਲ ਦੁਬਾਰਾ ਗਿਆ, ਕਹਿੰਦੇ ਤੂੰ ਗਿਆ ਨਹੀਂ। ਕਹਿੰਦੇ ਮਹਾਰਾਜ ਮੈਂ ਜਵਾਬ ਲੈ ਆਉਂਦਾ। ਹੈਰਾਨ ਹੁੰਦੇ ਨੇ ਵੀ ਇਹ ਬੰਦਾ ਕਿਹਾ ਜੇ। ਉਹ ਕਹਿੰਦੇ ਉਹ ਤਾਂ 40 ਮੀਲ 'ਤੇ ਹੈ। ਕਹਿੰਦੇ ਹਾਂਜੀ ਉੱਥੋਂ ਹੀ ਲਿਆਉਂਦਾ। ਕਹਿ ਤੂੰ ਗਿਆ ਸੀ? ਕਹਿੰਦੇ ਨਾ। ਕੌਣ ਗਿਆ ਸੀ? ਕਹਿੰਦੇ ਪਰੇ ਪਰੇ। ਹੈਰਾਨ ਹੋ ਗਏ, ਪਰੇ ਪਰੇ ਕੀ ਕਹਿੰਦੇ? ਹੀਰ ਚਿੱਠੀ ਫੜ ਲਈ, ਸਮਝ ਗਏ ਬਈ ਕੋਈ ਕੌਤਕ ਵਰਤ ਗਿਆ ਇਸ ਆਸ਼ਰਮ ਦੇ ਅੰਦਰ। ਅਰਾਧਨਾ ਚਲੇ ਗਏ, ਪ੍ਰਭੂ ਨੂੰ ਅਰਾਧਿਆ, ਆਵਾਜ਼ ਆਈ, ਕੰਟੈਕਟ ਕੀਤਾ, ਜੁੜ ਗਏ ਉਹਦੇ ਨਾਲ। ਹੇ ਪ੍ਰਭੂ ਇਹ ਕੀ ਕੌਤਕ ਹੈ? ਕਹਿਣ ਲੱਗੇ ਮੈਂ ਹੀ ਜਵਾਬ ਲਿਆ ਕੇ ਦਿੱਤਾ। ਕਹਿੰਦੇ ਇਹ ਪਰੇ ਪਰੇ ਕਹਿੰਦਾ? ਕਹਿੰਦੇ ਬੁਲਾ ਕੇ ਪੁੱਛ ਲੈ। ਬੁਲਾ ਲਿਆ। ਕਹਿੰਦੇ ਪਰੇ ਪਰੇ ਕੀ ਹੈ? ਕਹਿੰਦੇ ਮਹਾਂਪੁਰਸ਼ ਹੋ ਜਿਹੜਾ ਤੁਸੀਂ ਮੈਨੂੰ ਨਾਮ ਦਿੱਤਾ ਸੀ। ਕਹਿੰਦੇ ਪਰੇ ਪਰੇ ਅਸੀਂ ਦਿੱਤਾ? ਕਹਿੰਦੇ ਹਾਂਜੀ। ਖਿਆਲ ਆ ਗਿਆ ਬਈ ਅਸੀਂ ਤਾਂ ਉਹ ਰਾਜੇ ਨੇ ਆਉਣਾ ਸੀ, ਇਹ ਗਲੀਚਿਆਂ ਦੇ ਉੱਤੇ ਕਾਰਪੇਟਸ ਦੇ ਉੱਤੇ ਆਉਂਦਾ ਸੀ, ਅਸੀਂ ਤਾਂ ਸਹਿ ਸੁਭਾਅ ਪਰੇ 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 ਕਿਹਾ ਸੀ। ਉਸ ਵੇਲੇ ਅਰਾਧਨਾ ਕਰੀ, ਹੇ ਪ੍ਰਭੂ ਇਹ ਕਿਹੜਾ ਨਾਮ ਹੈ ਤੁਹਾਡਾ? ਉਹ ਕਹਿੰਦੇ ਇਹ ਤਾਂ ਮੇਰਾ ਨਾਮ, ਅਸਲੀ ਨਾਮ ਤਾਂ ਮੇਰਾ ਇਹੀ ਹੈ, ਕਿਉਂਕਿ ਮੈਨੂੰ ਉਹ ਪਰੰਪਰ ਕਹਿੰਦੇ ਨੇ ਅਤੇ ਮੈਂ ਪਰੇ ਤੋਂ ਪਰੇ ਹਾਂ। ਤਿੰਨ ਗੁਣ ਮਾਇਆ, ਤਿਰਗੁਣ ਮਾਇਆ ਦੇ ਸਾਰੇ ਦ੍ਰਿਸ਼ਾਂ ਤੋਂ, ਸਰੀਰ ਤੋਂ, 5 ਤੱਤਾਂ ਤੋਂ, 5 ਪ੍ਰਾਣਾਂ ਤੋਂ, 5 ਕਰਮ ਇੰਦਰੀਆਂ, 5 ਗਿਆਨ ਇੰਦਰੀ, ਮਨ, ਚਿੱਤ, ਬੁੱਧ, ਅਹਿਮ ਭਾਵ, ਜਿੱਥੇ ਜਾ ਕੇ ਸਾਰੀ ਪ੍ਰਕਿਰਤੀ ਮੁੱਕਦੀ ਹੈ ਮਹਾਤਮਾ ਜੀ, ਉਸ ਤੋਂ ਪਰੇ ਮੈਂ ਹਾਂ, ਮੇਰੇ ਤੋਂ ਪਰੇ ਕੁਛ ਨਹੀਂ ਹੈ, ਮੈਂ ਹੀ ਮਾਇਆ। ਸੋਏ ਨੇ ਮੇਰਾ ਨਾਮ ਪਰੰਪਰ ਜਪਿਆ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ। ਸੋ ਜੋ ਨਾਮ ਵੀ ਪ੍ਰਾਪਤ ਹੋ ਗਿਆ, ਇਹਦੇ 'ਚ ਨਾਮਾਂ 'ਚ ਗਿਣਤੀਆਂ ਮਿਣਤੀਆਂ ਕਰਨੀਆਂ, ਇਹ ਆਦਮੀ ਡਾਵਾਂਡੋਲ ਹੋ ਜਾਇਆ ਕਰਦਾ। ਕਿਸੇ ਨੇ ਕਹਿਤਾ ਵੀ ਆਹ ਨਾਮ ਠੀਕ ਹੈ ਜੀ, ਕਿਸੇ ਨੇ ਕਹਿਤਾ ਉਹ ਨਾਮ ਠੀਕ ਹੈ ਜੀ, ਉਹ ਜਪੇ ਤੇ ਹੋਈ, ਕਿਸੇ ਤੋਂ ਨਹੀਂ ਹੋਣਾ। ਇਹ ਤਾਂ ਤੁਹਾਡੀ ਸ਼ਰਧਾ ਭਾਵਨਾ ਅਤੇ ਤੁਹਾਡੀ ਲਗਨ ਹੈ ਜਿਹਨੇ ਪਾਰ ਲੰਘਾਉਣਾ। ਮਹਾਤਮਾ ਨੇ ਨਾਮ ਦੇਣਾ ਹੈ, ਕਿਰਪਾ ਕਰਨੀ ਹੈ, ਪਰ ਅਗਲੇ ਪਾਸੇ ਵੀ ਕੋਈ ਚੀਜ਼ ਚਾਹੀਦੀ ਹੈ ਸਾਂਭਣ ਵਾਸਤੇ, ਰਹਿਤਾਂ ਦਾ ਵਿੱਚ ਪੂਰਾ ਹੋਣਾ ਚਾਹੀਦਾ। ਅਤੇ ਮਹਾਰਾਜ ਕਹਿਣ ਲੱਗੇ ਵੀ ਨਾਮ ਤਾਂ ਮੰਤਰ ਤਾਂ ਜੋ ਗੁਰੂ ਤੋਂ ਮਿਲਿਆ ਹੈ ਉਹਦੇ ਉੱਤੇ ਵਿਸ਼ਵਾਸ ਹੋ। ਦੂਸਰਾ ਇਹ ਹੁੰਦਾ ਹੈ ਕਿ ਗੁਰੂ ਦੇ ਬਚਨਾਂ 'ਤੇ ਵਿਸ਼ਵਾਸ ਹੋਣਾ ਚਾਹੀਦਾ। ਜਦ ਤੱਕ ਗੁਰੂ ਦੇ ਬਚਨ 'ਤੇ ਵਿਸ਼ਵਾਸ ਨਹੀਂ ਹੈ, ਉਨੀ ਦੇਰ ਤੱਕ ਫਿਲਾਸਫੀਆਂ ਕਿਤਾਬਾਂ ਪੜ੍ਹ ਕੇ ਪੜ੍ਹ ਲਓ, ਜਿੰਨੇ ਪੜ੍ਹਨੇ ਅਰਥ ਪੜ੍ਹਨੇ ਆ ਪੜ੍ਹ ਲਓ, ਜੋ ਕੁਛ ਕਰਨਾ ਕਰ ਲਓ। ਜਦ ਤੱਕ ਗੁਰੂ ਦਾ ਉਪਦੇਸ਼ ਨਹੀਂ ਕਮਾਇਆ ਜਾਂਦਾ ਉਨੀ ਦੇਰ ਤੱਕ ਪਾਰ ਨਹੀਂ ਲੰਘਦਾ, ਇਸ ਤਰ੍ਹਾਂ ਫਰਮਾਨ ਕਰਦੇ। ਪ੍ਰੀਤਮ ਕੇ ਦੇਸ ਕੈਸੇ ਬਤਨ ਸੇ ਜਾਏ, ਕੈਸੇ ਬਤਨ ਸੇ ਜਾਏ।
ਨਿੰਦਿਆ ਨਾ ਕਰੀ, ਚੁਗਲੀ ਨਾ ਕਰੀ, ਈਰਖਾ ਨਾ ਕਰੀ, ਨਾਮ ਨੀ ਤੇ ਤੇਜਾ ਪਾਉਣ, ਪਰ ਕਮਾਉਂਦਾ ਨੀ ਹੈ, ਸੁਣਦਾ ਹੀ ਸੁਣਦਾ ਤੁਰਿਆ ਜਾ ਰਿਹਾ। ਮਹਾਰਾਜ ਕਹਿੰਦੇ ਐ ਨੀ ਬਣਨਾ ਪ੍ਰੇਮੀਆ, ਤੈਨੂੰ ਤਾਂ ਆਗਿਆ ਮੰਨਣੀ ਪੈਣੀ ਹੈ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਗਾਉਂਦੇ ਤਾਂ ਸਾਰੇ ਹੀ ਬੈਠੇ ਹਾਂ ਆਪਾਂ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜੇ ਆਗਿਆ ਹੀ ਨਹੀਂ ਮੰਨਣੀ ਹੈ, ਇਹ ਤਾਂ ਗੱਲ ਗਾਹਾਂ ਚੱਲਦੀ ਨਹੀਂ, ਇੱਥੇ ਹੀ ਟੁੱਟ ਜਾਂਦੀ ਹੈ। ਅਸੀਂ ਮਨ ਦੇ ਸਿੱਖ ਹਾਂ, ਗੁਰੂ ਦੇ ਸਿੱਖ ਨਹੀਂ ਹਾਂ, ਅਤੇ ਮਨ ਦੇ ਸਿੱਖ ਹੋਣ ਕਰਕੇ ਮਨਮੁੱਖ ਕਹਾਉਣੇ। ਜੇ ਗੁਰੂ ਦੇ ਹੋਈਏ ਤਾਂ ਗੁਰਮੁਖ ਕਹਾਈਏ, ਫਿਰ ਸ਼ਰਾਬਾਂ ਕਿਉਂ ਪੀਏ ਜੇ ਗੁਰੂ ਦੇ ਸਿੱਖ ਹੋਈਏ। ਕੇਸ ਰੱਖਣ ਨਾਲ ਤਾਂ ਸਿੱਖੀ ਨਹੀਂ ਮਿਲਦੀ ਹੈ, ਨੌ ਸਿੰਘ ਤਰਾ ਕੇ ਤਾਂ ਸਿੱਖੀ ਨਹੀਂ ਮਿਲਦੀ। ਸਿੱਖੀ ਤਾਂ ਜਿੰਨੀ ਦੇਰ ਤੱਕ ਸਿੱਖ ਕਰਮ ਨਹੀਂ ਕਰਦਾ, ਉੱਨੀ ਦੇਰ ਸਿੱਖ ਕਿਵੇਂ ਤੂੰ ਬਣ ਗਿਆ। ਮਹਾਰਾਜ ਤਾਂ ਕਹਿੰਦੇ ਜਿਹੜਾ ਤਰੇ ਕਤਰੇ ਕੇਸ ਬਿਨ ਪੌਲ, ਭੇਖੀ ਮੂਰਖ ਸਿੱਖ, ਕਹਿੰਦੇ ਉਹ ਤਾਂ ਭੇਖੀ ਅਤੇ ਮੂਰਖ ਸਿੱਖ ਹੈ ਜਿਹੜਾ ਰੀਸ ਕਰਦਾ ਸਿੱਖਾਂ ਨੂੰ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦਾ ਉਪਦੇਸ਼ ਕਮਾਓ। ਗੁਰੂ ਇਹ ਕਹਿੰਦਾ ਤਾਜ਼ੇ ਅਭਿਮਾਨ ਲਿਓ ਮਨ ਨੂੰ,
ਪਹਿਲਾਂ ਅਭਿਮਾਨ ਛੱਡ। ਜੇ ਤੇਰੇ ਵਿੱਚ ਅਭਿਮਾਨ ਹੈ, ਨਾਮ ਤੇਰੇ ਹਿਰਦੇ 'ਚ ਫਲੀਭੂਤ ਨਹੀਂ ਹੋਣਾ। ਅਭਿਮਾਨ ਕਾਹਦਾ ਹੁੰਦਾ? 6 ਕਿਸਮ ਦੇ ਅਭਿਮਾਨ ਨੇ, ਮੋਟੇ 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 ਨੇ, ਅਤੇ ਕੋਈ ਨਹੀਂ ਇਹਨਾਂ ਅਭਿਮਾਨਾਂ ਤੋਂ ਬਚ ਸਕਦਾ। ਅਤੇ ਇਹਨਾਂ ਨੂੰ ਮਹਾਰਾਜ ਨੇ ਠੱਗ ਕਿਹਾ, ਠੱਗ, ਅਤੇ ਸਾਨੂੰ ਵਾਰਨਿੰਗ ਦਿੰਦੇ ਨੇ। ਫਿਰਦੇ ਠਗਵਾੜੇ ਹੋਏ ਵੇਖੀ ਨਾ ਠੱਗਿਆ ਜਾਵੀਂ, ਫਿਰਦੇ ਠਗਵਾੜੇ ਤੇਰੇ ਅੰਦਰ ਤੁਰੇ ਫਿਰਦੇ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹਨੀ ਠੱਗੀ ਜੱਗ ਠੱਗਿਆ, ਕਿਹਨੇ ਨਾ ਰੱਖੀ ਲੱਜ? ਕਹਿੰਦੇ ਕੋਈ ਨਹੀਂ ਬਚਿਆ ਇਹਨਾਂ ਤੋਂ, ਸਾਰਿਆਂ ਨੂੰ ਠੱਗਤਾ ਇਹਨਾਂ। ਇੱਕ ਇੱਕ ਦੇ ਵਿੱਚ ਕਿੰਨੀ ਕਿੰਨੀ ਤਾਕਤ ਹੈ। ਬਾਬਾ ਫਰੀਦ ਜੀ ਤੁਰੇ ਜਾ ਰਹੇ, ਜਾਂਦੇ ਜਾਂਦੇ ਇੱਕ ਚੀਕ ਸੁਣੀ ਆਪਨੇ, ਆਪਦਾ ਕਦਮ ਅੱਗੇ ਨਾ ਉੱਠ ਸਕਿਆ, ਬੜੀ ਦਰਦਨਾਕ ਚੀਕ ਸੁਣਾਈ। ਆਪ ਖੜ ਗਏ ਦਰਵਾਜ਼ੇ ਦੇ ਕੋਲ, ਲੱਗ ਕੇ ਦਰਵਾਜ਼ਾ ਅੰਦਰੋਂ ਬੰਦ ਹੈ, ਦਸਤਕ ਦਿੱਤੀ। ਕਾਫੀ ਸਮੇਂ ਤੋਂ ਬਾਅਦ ਦਰਵਾਜ਼ਾ ਖੁੱਲ੍ਹਿਆ, ਕੀ ਦੇਖਦੇ ਨੇ? ਇੱਕ ਬੀਬੀ, ਨੇਤਰ ਲਾਲ ਹੋਏ ਪਏ ਨੇ, ਚਿਹਰੇ ਦਾ ਰੰਗ ਬਦਲਿਆ ਪਿਆ, ਅਤੇ ਹੱਥ ਵਿੱਚ ਹੰਟਰ ਹੈ। ਬੇਟੀ, ਕੀ ਗੱਲ ਹੈ? ਇੱਥੇ ਕੌਣ ਹੈ ਇੰਨੇ ਦਰਦ ਦੇ ਅੰਦਰ ਜਿਸਨੇ ਚੀਕ ਮਾਰੀ ਅਤੇ ਸਾਤੇ ਸਹਿ ਨਹੀਂ ਹੋਈ? ਕਹਿਣ ਲੱਗੀ, ਦਰਵੇਸ਼ ਸਾਈਂ, ਇਹ ਗ੍ਰਿਸਤੀਆਂ ਦੇ ਘਰ ਨੇ, ਤੈਂ ਕੀ ਲੈਣਾ? ਤੁਸੀਂ ਜਾ ਕੇ ਅੱਲਾ ਅੱਲਾ ਕਰੋ, ਤਸਬੀਹ ਫੇਰੋ, ਇਹਨਾਂ ਗੱਲਾਂ 'ਚ ਪੈਣ ਦੀ ਲੋੜ ਨਹੀਂ। ਬੇਟਾ, ਕੋਈ ਦੁੱਖ ਹੋਵੇ ਤਾਂ ਨਿਵਾਰਿਆ ਜਾ ਸਕਦਾ, ਕੋਈ ਵਿਘਨ ਹੋਵੇ ਕੱਟਿਆ ਜਾ ਸਕਦਾ, ਦੱਸੋ ਤਾਂ ਸਹੀ। ਕਹਿਣ ਲੱਗੀ, ਬਾਬਾ ਤੂੰ ਇੱਕ ਬੇਸ਼ਵਾ ਦੇ ਘਰ ਅੱਗੇ ਖੜੇ, ਇੱਥੇ ਹੁਸਨ ਦਾ ਸੌਦਾ ਹੁੰਦਾ, ਅਤੇ ਤੂੰ ਸਾਧੂ ਸੰਤ ਹੈ, ਇੱਥੇ ਖੜਨਾ ਹੀ ਤੇਰਾ ਤੈਨੂੰ ਕਲੰਕਿਤ ਕਰਦਾ। ਬੇਟਾ, ਮੈਨੂੰ ਦੱਸ ਤਾਂ ਸਹੀ ਗੱਲ ਕੀ ਹੈ। ਕਹਿੰਦੀ, ਕੀ ਗੱਲ ਹੋਣੀ ਹੈ? ਅਤੇ ਅਸੀਂ ਕਜਲਾ ਪਾਉਣੀ ਹਾਂ,
ਤਾਂ ਕਿ ਸੋਹਣਾ ਲੱਗੇ ਅਤੇ ਗਾਹਕ ਦਾ ਮਨ ਖਿੱਚੀਏ। ਇਹ ਮੇਰੀ ਗੋਲੀ ਨੇ ਕਜਲਾ ਰਗੜਿਆ, ਸੁਰਮਾ ਰਗੜਿਆ ਅਤੇ ਮੋਟਾ ਰਹਿ ਗਿਆ ਥੋੜ੍ਹਾ। ਆਹ ਮੈਂ ਪਾਇਆ ਜਿਹੜੀ ਮੈਂ ਧਾਰ ਬਣਾਈ ਸੀ ਨੇਤਰਾਂ ਦੇ ਅੰਦਰ, ਪਾਣੀ ਦੇ ਨਾਲ ਉਹ ਵਹਿ ਕੇ ਫਿੱਕੀ ਪੈ ਗਈ। ਇਸ ਕਰਕੇ ਉਹਨੂੰ ਮੱਤ ਦੇਣ ਵਾਸਤੇ ਮੈਂ ਹੰਟਰ ਨਾਲ ਉਹਨੂੰ ਕੁੱਟ ਰਹੀ ਸੀ। ਕਹਿੰਦੇ ਬੇਟਾ, ਇਹ ਸਰੀਰ ਤਾਂ ਰਿਹਾ ਨਹੀਂ ਕਰਦਾ, ਕਿਉਂਕਿ ਇਹਦੀਆਂ ਤਿੰਨ ਅਵਸਥਾ ਨੇ, ਬਾਲ ਜਵਾਨੀ ਅਰ ਬਿਰਧ ਫੁਨ, ਤਿੰਨ ਅਵਸਥਾ ਜਾਨ। ਤਿੰਨ ਅਵਸਥਾ ਨੇ, ਪਹਿਲਾਂ ਬਾਲਪਨ ਹੁੰਦੀ ਹੈ, ਬਚਪਨ ਨੂੰ ਜਵਾਨੀ ਖਾ ਜਾਂਦੀ, ਨਾਮ ਨਿਸ਼ਾਨ ਨਹੀਂ ਬਚਪਨ ਦਾ ਰਹਿੰਦਾ, ਜਵਾਨੀ ਨੂੰ ਆ ਕੇ ਬੁਢੇਪਾ ਖਾ ਜਾਂਦਾ ਹੈ। ਬੰਦਾ ਲੋਚਦਾ ਹੈ ਵੀ ਮੁੜ ਕੇ ਜਵਾਨ ਹੋ ਜਾਊ, ਕਿਹੜਾ ਵਿਟਾਮਿਨ ਖਾਵਾਂ, ਕਿਹੜਾ ਰੰਗ ਬਾਜ਼ਾਰ 'ਚੋਂ ਖਰੀਦ ਕੇ ਦਾੜ੍ਹੀ ਨੂੰ ਲਾਵਾਂ, ਕਿਹੜਾ ਸਿਰ ਨੂੰ ਲਾਵਾਂ ਧੌਲੇ ਨਾ ਨਜ਼ਰ ਆਉਣ। ਨਹੀਂ ਆਉਂਦੀ ਜਵਾਨੀ, ਲੰਘ ਗਈ ਹੈ, ਇੱਕੋ ਵਾਰੀ ਆਉਂਦੀ ਹੈ ਜਵਾਨੀ, ਅਤੇ ਮਾਪੇ ਦੁਬਾਰਾ ਨਹੀਂ ਮਿਲਿਆ ਕਰਦੇ, ਲੰਘ ਗਈ ਸੋ ਲੰਘ। ਮਹਾਰਾਜ ਕਹਿੰਦੇ ਇਹਦਾ ਕਾਹਦਾ ਮਾਣ ਹੈ, ਇਹ ਸਰੀਰ ਤਾਂ ਇਤਨਾ ਕੁ ਲਾਗੇ ਠਨਕਾ, ਇੰਨਾ ਵੀ ਨਹੀਂ ਸਹਿ ਸਕਦਾ। ਹੁਣ ਇਹਦੇ ਵਿੱਚ ਹੈ ਕੀ, ਕਿਹੜੇ ਭੁਲੇਖੇ 'ਚ ਪੈ ਗਈ ਬੀਬੀ ਤੋਂ, ਬਿਸ਼ਤਾ ਅਸਤ ਰਗਤ ਪਰੇਟੇ ਚਾਮ ਇਸ ਉੱਪਰਲੇ ਰੱਖਿਓ ਗੁਰਮਾਨ, ਦੇਹ ਅਧਿਆਸ ਹੋ ਗਿਆ। ਇਹ ਤਾਂ ਇੱਕ ਪਤਲੇ ਜਿਹੇ ਪਲਾਸਟਿਕ ਦੀ ਤਹਿ ਦੇ ਵਿੱਚ ਬਿਸ਼ਟਾ ਪਿਆ, ਮੂਤਰ ਪਿਆ, ਮੈਲ ਪਈ ਹੈ, 3.5 ਕਰੋੜ ਰੋਮ ਹੈ ਜਿਹਨਾਂ 'ਚੋਂ ਹਰ ਵਕਤ ਮੈਲ ਨਿਕਲਦੀ। ਇਹਦੀ ਸਪਨ ਕਹਦੀ ਹੈ ਇਹਦੇ ਤਾਂ ਠੱਗ ਲਿਆ ਤੈਨੂੰ, ਠੱਗ ਨੇ ਜੋਬਨ ਵਾਲੇ ਠੱਗ ਨੇ ਠੱਗ ਲਿਆ, ਇਹ ਜੋਬਨ ਸਦਾ ਨਹੀਂ ਕਾਇਮ ਰਹਿਣਾ, ਇਹ ਲੰਘ ਜਾਂਦਾ। ਬਾਬਾ ਤੂੰ ਆਪਣੇ ਰਸਤੇ ਪਏ, ਇਹ ਉਪਦੇਸ਼ ਕਿਸੇ ਸਤਸੰਗੀ ਨੂੰ ਦੇਈ, ਇਹ ਮੈਨੂੰ ਨਹੀਂ ਪਾਉਂਦੇ, ਕਿਉਂਕਿ ਜਿੱਥੇ ਤੂੰ ਖੜ੍ਹਾ ਹੈ ਇਹ ਉਪਦੇਸ਼ ਲੈਣ ਵਾਲਾ ਥਾਂ ਨਹੀਂ, ਇਹ ਪੈਸਿਆਂ ਦਾ ਥਾਂ ਹੈ, ਪੈਸੇ ਲੈਣੇ ਨੇ ਮੈਂ, ਪੈਸੇ ਕਮਾਉਣੇ, ਗੁਜ਼ਾਰਾ ਮੇਰਾ ਤਾਂ ਆਉਣਾ, ਜਾਓ ਤੁਸੀਂ ਆਪਣੀ ਦਰਵੇਸ਼ੀ ਕਿਤੇ ਹੋਰ। ਬਾਬਾ ਜੀ ਤੁਰ ਗਏ, ਸਮਾਂ ਲੰਘ ਗਿਆ। ਅੱਜ ਬਹੁਤ ਸਾਰੇ ਮਰੀਦਾਂ ਦੇ ਨਾਲ ਤੁਰੇ ਆ ਰਹੇ ਨੇ, ਝਾੜ ਨੇ ਕਬਰਸਤਾਨ ਦੇ ਅੰਦਰ, ਇੱਕ ਸੰਘਣਾ ਝਾੜ ਹੈ, ਥੋੜ੍ਹਾ ਉੱਚਾ ਹੈ, ਕੀ ਦੇਖਦੇ ਨੇ ਉਹਦੇ ਉੱਤੇ ਖੋਪਰੀ ਪਈ ਹੈ ਅਤੇ ਅੱਖਾਂ ਦੇ ਵਿੱਚੋਂ ਛੋਟੇ ਛੋਟੇ ਬੱਚੇ ਚੁੰਝਾਂ ਕੱਢ ਕੱਢ ਕੇ ਦੇਖ ਰਹੇ ਨੇ। ਆਲਣਾ ਬਣਿਆ ਹੋਇਆ ਉਹਦੇ 'ਚ, ਜਿਹਾ ਜਿਹਾ ਬਈਏ ਦਾ ਆਲਣਾ ਆਉਂਦਾ ਹੈ ਜਿਹਾ ਆਲਣਾ ਬਣਿਆ। ਉਸ ਵੇਲੇ ਅੰਤਰ ਧਿਆਨ ਹੋ ਗਿਆ, ਬਚਿਆ ਭੂਤਕਾਲ ਵੀ ਕੌਣ ਹੈ, ਦੇਖਿਆ ਤਾਂ ਉਹ ਹੰਟਰ ਵਾਲੀ ਬੀਬੀ ਸਾਹਮਣੇ ਖੜੀ ਹੈ, ਹੁਸਨ ਦੀ ਤਾਰੀਫ ਕਰ ਰਹੀ ਹੈ, ਉਹਨੂੰ ਕਾਇਮ ਰੱਖਣਾ ਚਾਹੁੰਦਾ, ਬਜਟ 'ਚ ਆ ਗਏ। ਉਸ ਵੇਲੇ ਬਜਟ 'ਚ ਆ ਕੇ ਆਪਦੇ ਮੁਖ ਤੋਂ ਇਸ ਤਰ੍ਹਾਂ ਫਰਮਾਨ ਹੋਇਆ, ਜਿਹੜੀਆਂ ਕੱਜਲ ਰੇਖ ਨਾ ਸੈਨੀਆਂ, ਆਹ
ਕੱਜਲ ਰੇਖਨਾ ਸਹਿੰਦੀਆਂ ਪੰਖੀ ਸੂਏ ਵਿੱਚ ਮਰੀਜ਼ ਕਹਿਣ ਲੱਗੇ ਮੁਰਸ਼ਦ ਇਹ ਸਜਦਾ ਕਿਸ ਵਾਸਤੇ ਆਪਨੇ ਕੀਤਾ ਕਹਿਣ ਲੱਗੇ ਪ੍ਰੇਮੀਓ ਇੱਕ ਦਿਨ ਅਸੀਂ ਜਾ ਰਹੇ ਸੀ ਇਹ ਬੀਬੀ ਇੱਕ ਆਪਣੀ ਨੌਕਰਾਣੀ ਨੂੰ ਇਸ ਵਾਸਤੇ ਬੇਰਹਿਮੀ ਨਾਲ ਕੁੱਟ ਰਹੀ ਸੀ ਕਿ ਮੇਰੇ ਕੱਜਲ ਦੀ ਰੇਖ ਖਰਾਬ ਹੋ ਗਈ ਪਾਣੀ ਨਿਕਲਿਆ ਮੇਰੀ ਅੱਖ ਦੇ ਵਿੱਚੋਂ ਅਤੇ ਸੁਰਮੇ ਦੀ ਤਾਰ ਖਰਾਬ ਹੋ ਗਈ ਅਸੀਂ ਅੱਲਾਹ ਤਾਲਾ ਦੇ ਬੇਅੰਤ ਕੁਦਰਤ ਨੂੰ ਦੇਖ ਕੇ ਸਜਦਾ ਕਰ ਰਹੇ ਹਾਂ ਅੱਲਾਹ ਤਾਲਾ ਉਹੀ ਖੋਪਰੀ ਹੈ ਅਤੇ ਅੱਜ ਕੀ ਹੋਇਆ ਹੈ ਇਹਦੇ 'ਚ ਪੰਛੀਆਂ ਨੇ ਆਲਣੇ ਪਾਏ ਹੋਏ ਨੇ ਛੋਟੇ ਛੋਟੇ ਬੱਚੇ ਚੁੰਝਾਂ ਕੱਢ ਕੱਢ ਅੱਖਾਂ 'ਚੋਂ ਝਾਕਦੇ ਆ ਜੋ ਬੰਦਾ ਅਖੀਰ ਹੋਇਆ ਕਰ ਫਰੀਦ ਕਹਿੰਦੇ ਨੇ ਕਿ ਫਰੀਦਾ ਜੋਬਨ ਜਾਂਦੇ ਨਾ ਡਰਾਂ ਜੇ ਸੌ ਪ੍ਰੀਤ ਨਾ ਜਾਏ ਅਤੇ ਮੈਂ ਨਹੀਂ ਡਰਦਾ ਜੇ ਮੇਰੀ ਪਿਆਰੇ ਨਾਲ ਪ੍ਰੀਤ ਨਾ ਜਾਵੇ ਜੋਬਨ ਜਾਂਦਾ ਜਾਣ ਦੇ ਕੀਤੀ ਜੋਬਨ ਪ੍ਰੀਤ ਮੈਨ ਸੁੱਕ ਗਏ ਕਮਲਾਏ ਕਿੰਨੇ ਜੋਬਨ ਸੁੱਕ ਗਏ ਪ੍ਰੀਤ ਤਾਂ ਸੁੱਕਿਆ ਨਹੀਂ ਕਰਦੀ ਪ੍ਰੀਤ ਸਦਾ ਰਿਹਾ ਕਰਦੀ ਸੋ ਇਹ ਠੱਗ ਹੈ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਜਾਤ ਵੀ ਠੱਗ ਹੈ ਪੈਸਾ ਟਕਾ ਵੀ ਠੱਗ ਹੈ ਆਦਮੀ ਨੂੰ ਪੋਲਿਊਟ ਕਰ ਦਿੰਦਾ ਬਹੁਤਾ ਪੈਸਾ ਬੈਂਕ 'ਚ ਜਮ੍ਹਾਂ ਹੈ ਕਿਸੇ ਨਾਲ ਗੱਲੇ ਨਹੀਂ ਕਰਦਾ ਗੁਰੂ ਮਹਾਰਾਜ ਇੱਕ ਬਹੁਤ ਵੱਡੇ ਧਨੀ ਕੋਲ ਚਲੇ ਜਿਸਨੇ ਆਪਣਾ ਉਦੇਸ਼ ਪੈਸਾ ਜੋੜਨਾ ਹੀ ਰੱਖਿਆ ਸੀ ਅਤੇ ਉੱਥੇ ਜਾ ਕੇ ਰਾਜ ਦੇ ਵਿੱਚ ਹਾਲ ਦੇਖਿਆ ਕਹਿਣ ਲੱਗੇ ਕਿਸ ਦਾ ਰਾਜ ਹੈ ਕਹਿੰਦੇ ਜੀ ਕਾਰੂੰ ਦਾ ਰਾਜ ਕਾਰੂੰ ਬਾਦਸ਼ਾਹ ਫਾਰਸ ਦੀ ਬਾਤ ਹੈ ਈਰਾਨ ਦੀ ਕਹਿੰਦੇ ਇੰਨੀ ਖਸਤਾ ਹਾਲਤ ਕਿਉਂ ਹੈ ਕਹਿੰਦੇ ਮਹਾਰਾਜ ਕੋਈ ਵੀ ਸਿੱਕਾ ਸਰਕੂਲੇਸ਼ਨ 'ਚ ਨਹੀਂ ਆਉਂਦਾ ਅਤੇ ਇੰਨੀ ਮਾੜੀ ਗੱਲ ਹੈ ਕਿ ਬਹੁਤ ਬੇਰਹਿਮ ਬਾਦਸ਼ਾਹ ਕਹਿੰਦੇ ਇੱਕ ਵਾਰੀ ਇਹਦੇ ਅਮੀਰਾਂ ਵਜ਼ੀਰਾਂ ਨੇ ਇਹ ਗੱਲ ਕਹੀ ਕਿ ਅਸੀਂ ਸਿੱਕਾ ਸਾਰਾ ਖੋਲਿਆ ਪਬਲਿਕ ਤੋਂ ਕੋਈ ਨਹੀਂ ਕਿਸੇ ਦੇ ਪਾਸ ਕਹਿਣ ਲੱਗੇ ਨਹੀਂ ਹੈਗਾ ਇਹਨਾਂ ਨੇ ਇੱਕ ਬਹੁਤ ਖੂਬਸੂਰਤ ਬੇਸ਼ਵਾ ਇੱਕ ਰੁਪਈਏ ਤੋਂ ਵੇਚਣੀ ਕਰਕੇ ਬਾਜ਼ਾਰ ਵਿੱਚ ਟੰਡੋਰਾ ਫਰਾ ਇੱਕ ਨੌਜਵਾਨ ਬੱਚਾ ਮਾਂ ਦੇ ਕੋਲ ਆਇਆ ਕਿ ਮਾਤਾ ਮੈਂ ਉਹ ਔਰਤ ਖਰੀਦਣੀ ਹੈ ਬੇਟਾ ਪੈਸਾ ਤਾਂ ਕੋਈ ਹੈ ਨਹੀਂ ਕਹਿੰਦਾ ਇੱਕ ਰੁਪਈਆ ਦੇ ਨਹੀਂ ਮੈਂ ਮਰ ਜੂੰ ਅਖੀਰ ਕਹਿਣ ਲੱਗੀ ਬੇਟਾ ਉਹ ਗੱਲ ਤੂੰ ਕਰਾਉਣ ਲੱਗਿਆ ਜੋ ਬਿਲਕੁਲ ਨਹੀਂ ਕਰਨੀ ਚਾਹੀਦੀ ਤੇਰੇ ਪਿਤਾ ਦੇ ਮੁੱਖ ਦੇ ਵਿੱਚ ਇੱਕ ਰੁਪਈਆ ਪਾ ਕੇ ਅਸੀਂ ਦਫਨਾਇਆ ਸੀ ਜਾ ਉਹ ਕੱਢ ਲੈ ਫਿਰ ਮੂੰਹ 'ਚੋਂ ਕਬਰ ਪੱਟ ਲਈ ਰੁਪਈਆ ਕੱਢ ਲਿਆ ਬਾਜ਼ਾਰ 'ਚ ਆ ਗਿਆ ਵਿਆਦਿਆਂ ਨੂੰ ਦੇਤਾ ਜੋ ਆਵਾਜ਼ ਦੇ ਰਹੇ ਸੀ ਬਾਦਸ਼ਾਹ ਦੇ ਪੇਸ਼ ਕਰ ਦਿੱਤਾ ਕਾਰੂ ਦੇ ਕਹਿਣ ਲੱਗੇ ਕਿੱਥੋਂ ਲਿਆ ਰੁਪਈਆ ਕਹਿੰਦੇ ਪਿਓ ਦੀ ਕਬਰ 'ਚੋਂ ਲਿਆ ਕਹਿੰਦੇ ਕਬਰਸਤਾਨ ਸਾਰੇ ਪੱਟ ਦਿਉ ਕਹਿੰਦੇ ਮਹਾਰਾਜ ਇਹੋ ਜਿਹਾ ਮਹਾਰਾਜ ਹੀ ਚਲੇ ਗਏ ਉੱਥੇ ਜਾ ਕੇ ਸੰਦੇਸ਼ਾ ਭੇਜਿਆ ਕਿ ਕੋਈ ਦਰਵੇਸ਼ ਆਏ ਨੇ ਅਤੇ ਤੈਨੂੰ ਬੁਲਾ ਰਹੇ ਨੇ ਅਤੇ ਉਸ ਵੇਲੇ ਜਾ ਕੇ ਆਵਾਜ਼ ਦਿੱਤੀ ਬਾਦਸ਼ਾਹ ਨੂੰ ਖਬਰ ਦਿੱਤੀ ਕਹਿਣ ਲੱਗਿਆ ਦਰਵੇਸ਼ਾਂ ਨੂੰ ਬਿਠਾਓ ਅਤੇ ਮੈਂ ਹੁਣੇ ਹੀ ਆਇਆ ਸੋ ਮਹਾਰਾਜ ਬੈਠੇ ਨਹੀਂ ਹੈ ਠੀਕਰੀਆਂ ਇਕੱਠੀਆਂ ਕਰਨ ਲੱਗ ਗਏ ਮਰਦਾਨਾ ਵੀ ਕਰੀ ਜਾਂਦਾ ਆਪ ਵੀ ਕਰੀ ਜਾਂਦੇ ਨੇ ਅਤੇ ਇੱਕ ਥੈਲਾ ਜਿਹਾ ਉਹਦੇ 'ਚ ਪਾਈ ਜਾਂਦੇ ਨੇ ਅਤੇ ਬਾਦਸ਼ਾਹ ਆ ਗਿਆ ਦੂਰੋਂ ਦੇਖਿਆ ਜਾਂ ਚਿਹਰੇ ਦੇ ਦਰਸ਼ਨ ਕਰੇ ਕਹਿਣ ਲੱਗਿਆ ਐਸਾ ਦਰਵੇਸ਼ ਅੱਜ ਤਾਈਂ ਨਹੀਂ ਦੇਖਿਆ ਐਡਾ ਜਲਾਲ ਇਹਦਾ ਨਿਰਾ ਹੀ ਨੂਰ ਹੈ ਇਹਦੇ ਚਿਹਰੇ ਦੇ ਵਿੱਚ ਪ੍ਰਭਾਵਿਤ ਹੋ ਗਏ ਆਵਾਜ਼ ਦਿੱਤੀ ਹੈ ਦਰਵੇਸ਼ ਆਪ ਦੀਦਾਰ ਬਖਸ਼ੋ ਇਹ ਕੀ ਕਰ ਰਹੇ ਹੋ ਕਹਿੰਦੇ ਬਾਦਸ਼ਾਹ ਸਾਨੂੰ ਅਜੇ ਫੁਰਸਤ ਨਹੀਂ ਥੋੜ੍ਹਾ ਠਹਿਰ ਅਸੀਂ ਠੀਕਰੀਆਂ ਇਕੱਠੀਆਂ ਕਰ ਲਈਆਂ ਦਰਵੇਸ਼ ਸਾਈਂ ਮੈਂ ਕਰਾ ਦਿੰਦਾ ਕਹਿੰਦੇ ਅਸੀਂ ਛਾਂਟ ਛਾਂਟ ਕੇ ਕਰਦੇ ਹਾਂ ਵਧੀਆ ਕੀ ਕਰਨੀ ਹੈ ਕਹਿੰਦੇ ਤੈਨੂੰ ਅਸੀਂ ਅਮਾਨਤ ਦੇਣੀ ਆ ਆਪਣੀ ਕਾਹਦੇ ਵਾਸਤੇ ਕਹਿੰਦੇ ਅਸੀਂ ਜਦ ਇਸ ਸੰਸਾਰ ਤੋਂ ਜਾਵਾਂਗੇ
ਵਾਰੇਗਾ ਖੁਦਾ ਵਿੱਚ ਤੇਤੋਂ ਇਹ ਅਸੀਂ ਇਮਾਨਤ ਲੈਣੀ। ਥੋੜ੍ਹੀ ਦੇਰ ਸੋਚਿਆ, ਕਹਿਣ ਲੱਗਿਆ ਦਰਵੇਸ਼ ਸਾਈਂ ਇਹ ਕਿਸ ਤਰ੍ਹਾਂ ਨਾਲ ਚਲੀ ਜਾਏਗੀ, ਸਰੀਰ ਵੀ ਨਹੀਂ ਜਾਂਦਾ। ਕਹਿੰਦੇ ਕਾਰੂੰ ਜਿੱਥੇ 45 ਗੰਜ ਤੇਰੇ ਜੋੜੇ ਹੋਏ ਜਾਣਗੇ ਉੱਥੇ ਨਾਲ ਇਹ ਰੱਖ ਲਈਏ, ਨਹੀਂ ਜਾਊ ਥੋੜ੍ਹੀ ਜਿਹੀ ਚੀਜ਼। ਨੇਤਰ ਖੋਲ ਦਿੱਤੇ ਅਤੇ ਮਹਾਰਾਜ ਕਹਿੰਦੇ ਕੀਚੈ ਨੇਕ ਨਾਮੀ ਜੋ ਦੇਵੈ ਖਦਾਏ ਜੋ ਦੀਸੈ ਜ਼ਿਮੀ ਪਰ ਸੋ ਹੋਸੀ ਫੁਨਾਏ। ਦਾਇਮ ਵਾ ਦੌਲਤ ਕਸ਼ੇ ਬੇਸ਼ੁਮਾਰ ਨਾ ਰਹੇਗੇ ਕਰੋੜੀ ਨਾ ਰਹੇਗੇ ਹਜ਼ਾਰ ਦਮੜਾ ਤਸੀਗਾ ਜੋ ਖਰਚੇ ਔਰ ਖਾਏ। ਦੇਵੇ ਦਲਾਵੇ ਰਜ਼ਾਏ ਖਦਾਏ ਹੋਤਾ ਨਾ ਰੱਖੇ ਕੇਲਾ ਨਾ ਖਾਏ ਤਹਿਕੀਕ ਦਿਲਦਾਨੀ ਵਹੀ ਪਿਸ਼ਤ ਜਾਏ। ਕਹਿੰਦੇ ਉਲਟੇ ਰਸਤੇ 'ਚ ਪਿਆ ਹੋਇਆ ਅਤੇ ਪਰਜਾ ਦੀ ਤੂੰ ਸੰਭਾਲ ਨਹੀਂ ਕਰਦਾ ਅਤੇ ਪਰਜਾ ਤੇਰੀ ਨੂੰ ਚੋਰ ਲੁੱਟ ਰਹੇ ਨੇ, ਡਾਕੂ ਲੁੱਟ ਰਹੇ ਨੇ, ਕੱਪੜਾ ਉਹਨਾਂ ਕੋਲ ਨਹੀਂ, ਕੁਛ ਹੈ ਨਹੀਂ। ਸੋ ਧਨ ਜੋ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਸਾਰੀ ਜ਼ਿੰਦਗੀ ਆਦਮੀ ਛੋਟਾ ਕੀ ਬੜਾ ਕੀ ਧਨ ਦੇ ਪਿੱਛੇ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦਾ। ਕਬੀਰ ਹੈ ਤਨ ਜਾਏਗਾ ਸਕੋ ਤੁਲਿਓ ਹੋਰ ਨਾਂਗੇ ਪਾਵੋ ਤੇ ਗਏ ਜਿਨਕੇ ਲਾਖ ਕਰੋ। ਲੱਖ ਕਰੋੜ ਕਹਿੰਦੇ ਨੇ 100 ਖਰਬ ਰੁਪਈਆ, ਇੰਨੇ ਵੀ ਜਦ ਸੰਸਾਰ ਤੋਂ ਜਾਣਗੇ ਨੰਗੇ ਪੈਰੀਂ ਖਾਲੀ ਹੱਥ ਸੰਸਾਰ ਤੋਂ ਜਾਂਦੇ ਆ, ਫਿਰ ਇਹ ਕਿੱਡਾ ਠੱਗ ਹੈ ਸਾਰੀ ਜ਼ਿੰਦਗੀ ਪਰਮੇਸ਼ੁਰ ਦਾ ਨਾਮ ਨਹੀਂ ਲੈਣ ਦਿੰਦਾ। ਇਸੇ ਤਰ੍ਹਾਂ ਰਾਜ ਮਾਲ ਰਾਜਸੀ ਸ਼ਕਤੀ ਕਿੰਨੀ ਮਾੜੀ ਹੁੰਦੀ ਹੈ। ਇੱਕ ਵਾਰੀ ਆਦਮੀ ਦੇ ਕੋਲ ਹੱਥ 'ਚ ਆ ਜਾਏ, ਲੱਖ ਬੰਦਾ ਮਾਰਨਾ ਪੈ ਜਾਏ ਮਾਮੂਲੀ ਗੱਲ ਹੈ, ਕੁਰਸੀ ਵਾਸਤੇ ਮਾਰ ਦੇ। ਕਰੋੜ ਮਾਰਨਾ ਪੈ ਜਾਏ, ਕਿੱਡਾ ਹੀ ਬੜੇ ਤੋਂ ਬੜਾ ਪਾਪ ਕਰਨਾ ਪੈ ਜਾਏ। ਪਿਓ ਨੂੰ ਮਾਰਤਾ ਔਰੰਗਜ਼ੇਬ ਨੇ, ਚਿੱਠੀ ਲਿਖਦਾ ਪਿਓ ਕਿ ਆਏ ਔਰੰਗਜ਼ੇਬ ਗਰਮੀ ਦਾ ਮਹੀਨਾ ਹੈ ਅਤੇ ਮੈਂ ਜਿਸਨੇ ਵੱਡੇ ਵੱਡੇ ਕੰਮ ਕਰੇ ਰਿਆਇਆ ਦੇ ਅੰਦਰ ਬੇਅੰਤ ਰਫਾਏ ਆਮ ਦੇ ਕੰਮ ਕਰਕੇ ਭੁੱਖਿਆਂ ਪਿਆਸਿਆਂ ਨੂੰ ਪਾਣੀ ਦੇ ਵਾਸਤੇ ਖੂਹ ਲਵਾਏ ਅਤੇ ਅੱਜ ਉਹ ਇੱਕ ਘੁੱਟ ਪਾਣੀ ਦੇ ਵਾਸਤੇ ਤਰਸ ਰਿਹਾ, ਤੂੰ ਮੈਨੂੰ ਇੱਕ ਪਿਆਲਾ ਪਾਣੀ ਦਾ ਹੋਰ ਦੇ। ਜਵਾਬ ਦਿੰਦਾ ਇਹ ਹੈ ਬਾਦਸ਼ਾਹ, ਤੇਰੇ ਵਾਸਤੇ ਹੋਰ ਪਾਣੀ ਨਹੀਂ ਹੈ, ਤੂੰ ਜਿਹੜੀ ਸਿਆਹੀ ਦੇ ਨਾਲ ਚਿੱਠੀ ਲਿਖ ਰਿਹਾ ਇਸ ਸੂਫ ਨੂੰ ਚੂਸ ਲੈ ਤਾਂ ਕਿ ਤੇਰੀ ਪਿਆਸ ਬੁੱਝ ਜਾਵੇ। ਕਿੱਡੇ ਕਿੱਡੇ ਜ਼ੁਲਮ ਨੇ, ਇੱਕ ਪਾਣੀ ਦਾ ਪਿਆਲਾ ਨਹੀਂ ਦੇ ਸਕਦਾ, ਭਰਾ ਨੂੰ ਕਤਲ ਕਰਾ ਦਿੱਤਾ, ਦੂਜੇ ਭਰਾ ਦੀਆਂ ਅੱਖਾਂ ਕਢਾ ਦਿੱਤੀਆਂ, ਕਿੰਨੇ ਪੀਰ ਮਾਰ ਦਿੱਤੇ, ਕਿੰਨੇ ਸਾਧੂ ਦਾ ਖੂਨ ਕਰ ਦਿੱਤਾ, ਅਖੀਰ ਜਦੋਂ ਅੰਤ ਸਮਾਂ ਆਇਆ ਡਰ ਰਿਹਾ, ਪੰਧਨਾਵਾਂ ਲਿਖਾ ਰਿਹਾ, ਪੁੱਤਰਾਂ ਨੂੰ ਚਿੱਠੀ ਲਿਖ ਰਿਹਾ, ਕਹਿ ਪੁੱਤਰੋ ਮੈਂ ਜ਼ਿੰਦਗੀ ਦੇ ਅੰਦਰ ਪਾਪ ਏ ਪਾਪ ਕੀਤੇ ਨੇ ਅਤੇ ਮੈਂ ਇਬਾਦਤ ਨਹੀਂ ਕੀਤੀ, ਬੜਾ ਭੁਲੇਖਾ ਮੈਂ ਖਾਧਾ, ਮੈਂ ਛਲ ਦੇ ਨਾਲ ਦੁਨੀਆ ਦੇ ਵਿੱਚ ਨੇਕ ਬੰਦਾ ਕਹਾਉਂਦਾ ਰਿਹਾ, ਹੁਣ ਮੇਰਾ ਕੀ ਹਾਲ ਹੋਏਗਾ ਜਦ ਮੈਂ ਦਰਗਾਹ ਜਾਵਾਂਗਾ, ਮੇਰੀ ਜ਼ਮੀਰ ਮੇਰੇ 'ਤੇ ਲਾਹਨਤਾਂ ਪਾ ਰਹੀ ਹੈ। ਕਿੱਡਾ ਭੁਲੇਖਾ ਦਿੱਤਾ ਇਸ ਰਾਜਸੀ ਸ਼ਕਤੀ ਨੇ, ਨੰਗੇ ਹੱਥ ਚਲਿਆ ਗਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਕਿ ਮਾਣ ਜਿਹੜਾ ਹੈ ਉਹ ਸਭ ਤੋਂ ਵੱਡੀ ਰੁਕਾਵਟ ਹੈ ਭਜਨ ਕਰਨ ਦੇ, ਜਿਸ ਦੇ ਅੰਦਰ ਵੀ ਮਾਣ ਹੈ ਉਹ ਭਜਨ ਦੇ ਰਸਤੇ ਨਹੀਂ ਚੱਲ ਸਕਦਾ। ਇਸ ਤਰ੍ਹਾਂ ਬੋਲੋ, ਤੇਰਾ ਮਾਣ, ਤੇਰਾ ਮਾਣ, ਤੇਰਾ ਮਾਣ, ਆਹ
ਕੋਈ ਚੀਜ਼ ਨਹੀਂ ਪਾਉਂਦੀ। ਹਰ ਜੀ ਉਹ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾ। ਮਹਾਰਾਜ ਕਹਿੰਦੇ ਜਿੰਨੇ ਧਰਮ ਗ੍ਰੰਥ ਨੇ, ਜਿੰਨੇ ਵੀ ਮਹਾਂਪੁਰਸ਼ ਨੇ, ਉਹ ਇੱਕੋ ਗੱਲ ਕਹਿੰਦੇ ਨੇ ਕਿ ਰੱਬ ਨੂੰ ਜੇ ਨਹੀਂ ਕੋਈ ਚੀਜ਼ ਪਾਉਂਦੀ ਤਾਂ ਉਹ ਮਾਣ ਹੋਇਆ ਕਰਦਾ। ਮਾਣ ਹੀ ਸਾਧ ਸੰਗਤ ਜੀ ਪਰਮੇਸ਼ੁਰ ਦੇ ਮਿਲਾਪ ਦੇ ਅੰਦਰ ਰੁਕਾਵਟ ਹੈ। ਮਾਣ ਛੱਡ ਕੇ ਹੀ ਨਾਮ ਮਿਲਦਾ। ਤਾਜਬ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ। ਨਾਮ ਨਹੀਂ ਮਿਲਦਾ ਜੇ ਅਭਿਮਾਨੀ ਹੈ। ਅਭਿਮਾਨ ਇਹਦੀ ਦੂਜੀ ਸ਼ਕਲ ਹਉਮੈ ਹੁੰਦੀ ਹੈ, ਈਗੋ ਹੁੰਦੀ ਹੈ, ਜਿਹਨੂੰ ਅਹੰ ਭਾਵ ਕਹਿੰਦੇ। ਬੋਟਾ